ਤੇ ਇਸ ਵਕਤ ਨਵਜੀਤ ਸਿੰਘ ਹੋਰਾਂ ਦੇ ਨਾਲ ਆਪਾਂ ਜੁੜੇ ਹਾਂ ਰੇਡੀਓ ਚੰਨ ਪ੍ਰਦੇਸੀ ਦੇ ਪਲੇਟਫਾਰਮ ਤੋਂ। ਧੰਨਵਾਦੀ ਹਾਂ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਤੇ ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦੇ, ਜਿਨ੍ਹਾਂ ਦਾ ਸਹਿਯੋਗ ਸਾਨੂੰ ਮਿਲਦਾ, ਜਿਨ੍ਹਾਂ ਦਾ ਕਰਕੇ ਸਾਂਝਾਂ ਪੈਂਦੀਆਂ। ਨਵਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਜੀ ਸੁਖਨੈਬ ਜੀ ਸਤਿ ਸ੍ਰੀ ਅਕਾਲ ਜੀ, ਰੇਡੀਓ ਚੰਨ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਤੁਹਾਡਾ। ਤੇ ਜੀ ਅੱਜ ਜੇ ਗੱਲ ਕਰਨੀ ਹੋਵੇ, ਵੈਸੇ ਖਬਰਾਂ ਸਾਡੇ ਕੋਲ ਕਾਫੀ ਨੇ, ਹਨਾ, ਹਰ ਪੱਖੋਂ ਚੰਗੀਆਂ ਵੀ ਆ ਤੇ ਮਾੜੀਆਂ ਜ਼ਿਆਦਾ ਨੇ। ਤੇ ਕਹਿੰਦੇ ਹੁੰਦੇ ਜੇ ਮਾੜੀ ਖਬਰ ਲੈ ਕੇ ਆਵੇ ਤਾਂ ਡਾਕੀਏ ਨੂੰ ਗੋਲੀ ਤਾਂ ਨਹੀਂ ਮਾਰ ਦਿੰਦੇ, ਪਰ ਇਹ ਹੈ ਕਿ ਉਮੀਦ ਹਮੇਸ਼ਾ ਚੰਗੀ ਖਬਰ ਦੀ ਹੁੰਦੀ ਹੈ, ਉਹ ਨਹੀਂ ਆ ਰਹੀਆਂ। ਤੇ ਇਸੇ ਤਰ੍ਹਾਂ ਹੀ ਜੇ ਕੁਝ ਚੰਗਾ ਆ ਰਿਹਾ ਆਪਾਂ ਉਹਦੀ ਗੱਲ ਕਰੀਏ। ਅਮਿਤਾਭ ਬੱਚਨ ਨੇ ਸਹਾਇਤਾ ਦੇਣ ਦੀ ਗੱਲ ਆਖੀ, 2 ਕਰੋੜ ਰੁਪਇਆ, ਕਿ ਜੀ ਇੱਕ ਤਾਂ ਸਿੱਖ ਭਾਈਚਾਰਾ ਕੰਮ ਵਧੀਆ ਕਰ ਰਿਹਾ, ਉਨ੍ਹਾਂ ਨੇ ਸਿਫਤ ਕੀਤੀ, ਚਲੋ ਚੰਗੀ ਗੱਲ ਹੈ। ਦੂਜੇ ਪਾਸੇ ਜਿਹੜਾ 2 ਕਰੋੜ ਰੁਪਏ ਦੀ ਗੱਲ ਹੈ ਉਹ ਸਰਸਾ ਦੇ ਰਾਹੀਂ ਸਾਹਮਣੇ ਆਈ, ਤੇ ਹੁਣ ਚਰਚਾ ਦੋਵੇਂ ਪਾਸਿਆਂ ਦੀ ਚੱਲ ਪਈ ਹੈ ਕਿ ਭਾਈ ਪੈਸੇ ਲੈ ਲੈਣੇ ਚਾਹੀਦੇ ਆ, ਕੁਝ ਲੋਕ ਕਹਿੰਦੇ ਨਹੀਂ ਲੈਣੇ ਚਾਹੀਦੇ। ਜੀ ਸੁਖਨੈਬ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਅੱਜ ਖਬਰਾਂ ਬਹੁਤ ਹੁੰਦੀਆਂ, ਵਾਕਈ ਤੁਹਾਡੀ ਗੱਲ ਸਹੀ ਹੈ, ਬੜੀਆਂ ਖਬਰਾਂ ਹੁੰਦੀਆਂ ਰੋਜ਼ ਕਰਨੇ ਨੂੰ, ਪਰ ਵਿੱਚ ਨੈਗੇਟਿਵ ਖਬਰਾਂ ਰੋਜ਼। ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਜਾਣ ਬੁੱਝ ਕੇ ਕਰਦੇ ਹਾਂ ਜਾਂ ਸਾਡਾ ਦਿਲ ਕਰਦਾ ਨੈਗੇਟਿਵ ਦੇਣ, ਸਾਨੂੰ ਵੀ ਪਤਾ ਸਾਡੇ ਸਰੋਤੇ ਸੁਣਦੇ ਆ, ਪਰ ਇਸ ਵਕਤ ਸਾਰਿਆਂ ਦੀਆਂ ਨਜ਼ਰਾਂ ਭਾਰਤ ਤੇ ਟਿੱਕੀਆਂ, ਪੰਜਾਬ ਤੇ ਟਿੱਕੀਆਂ। ਵਿਦੇਸ਼ ਵਿਚ ਸਾਡਾ ਭਾਈਚਾਰਾ ਬੈਠਾ ਹੁਣ NRI ਹੈ, ਪਰ ਉਨ੍ਹਾਂ ਦੀਆਂ ਮੋਹ ਦੀਆਂ ਤੰਦਾਂ ਅਜੇ ਵੀ ਪੰਜਾਬ ਦੇ ਨਾਲ ਜੁੜੀਆਂ। ਉਨ੍ਹਾਂ ਦਾ ਫਿਕਰ ਹੈ, ਉਹ ਹਰ ਵਕਤ ਆਪਣੇ ਪਰਿਵਾਰ ਨਾਲ ਗੱਲ ਕਰਦੇ ਆ, ਪਰ ਕਿੰਨਾ ਕੁ ਅਸੀਂ ਰੋਕ ਸਕੀਏ, ਕਿਉਂਕਿ ਖਬਰਾਂ ਹੀ ਰੋਜ਼ ਉਸੇ ਤਰ੍ਹਾਂ ਦੀਆਂ ਆ ਰਹੀਆਂ ਨੇ। ਦੇਖੋ ਅਮਿਤਾਭ ਬੱਚਨ ਨੇ 2 ਕਰੋੜ ਰੁਪਏ ਦਿੱਤਾ, ਬੜੀ ਵਧੀਆ ਗੱਲ ਹੈ। ਹੋਰ ਵੀ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ, ਹੋਰ ਵੀ ਜਿੰਨੇ ਕੁ ਧਾਰਮਿਕ ਸਥਾਨ ਹੈ, ਸਾਰਿਆਂ ਨੂੰ ਖੁੱਲ ਕੇ ਅੱਗੇ ਆ ਜਾਣਾ ਚਾਹੀਦਾ, ਪਰ ਇਸ ਮਾਮਲੇ ਵਿਚੋਂ ਵੀ ਕਈ ਲੋਕ ਰਾਜਨੀਤੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ, ਸਿਆਸੀ ਰੋਟੀਆਂ ਸੇਕਣ ਦਾ ਯਤਨ ਕਰ ਰਹੇ ਆ। ਮੈਨੂੰ ਨਿੱਜੀ ਤੌਰ ਤੇ ਲੱਗਦਾ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਸੇਵਾ ਕਰਦੇ ਆ, ਖੁੱਲ ਕੇ ਮੈਦਾਨ ਵਿਚ ਆਜੋ। ਪਹਿਲੀ ਗੱਲ ਤਾਂ ਜਿੱਥੇ ਸੇਵਾ ਹੁੰਦੀ ਉੱਥੇ ਨਾਮ ਨਹੀਂ ਹੁੰਦਾ, ਗੁਪਤ ਤਰੀਕੇ ਨਾਲ ਵੀ ਸੇਵਾ ਕੀਤੀ ਜਾ ਸਕਦੀ ਹੈ। ਕਿਸੇ ਨੂੰ ਪੈਸੇ ਦੇ ਕੇ ਉਹਨੂੰ ਕਹਿਣਾ ਭਾਈ ਤੂੰ ਅੱਗੇ ਦੇ ਦੇ ਹੁੰਦੀ ਤਾਂ ਉਹ ਵੀ ਸੇਵਾ ਹੀ ਹੈ, ਪਰ ਅੱਗੇ ਜਾਂਦੇ ਜਾਂਦੇ ਵਿਚ ਜਿਹੜਾ ਆਪਣਾ ਨੇਵਾ ਆ ਜਾਂਦਾ ਨਾ, ਉਹ ਬਹੁਤ ਘੱਟ ਦੁਨੀਆਂ ਦੇਖਦੀ ਹੈ। ਚੰਗੀ ਗੱਲ ਹੈ ਕਿ ਉਨ੍ਹਾਂ ਨੇ ਮਦਦ ਕੀਤੀ ਹੈ, ਹੋਰ ਵੀ ਕੁਝ ਧਾਰਮਿਕ ਸਥਾਨ ਹੈ, ਉਨ੍ਹਾਂ ਨੇ ਆਪਣੇ ਦਰਵਾਜ਼ੇ ਖੋਲੇ ਹੈ, SGPC ਵੀ ਸਾਥ ਦੇ ਰਹੀ ਹੈ। ਮੈਨੂੰ ਲੱਗਦਾ ਪਹਿਲੀ ਵਾਰ ਹੈ ਜਦੋਂ ਇਹ ਸਾਰੇ ਧਾਰਮਿਕ ਤੌਰ ਤੇ ਇਕੱਠੇ ਹੋਏ, ਇਹ ਚੰਗੀ ਗੱਲ ਹੈ, ਇਹ ਕਰਨਾ ਵੀ ਚਾਹੀਦਾ। ਰਹੀ ਗੱਲ 2 ਕਰੋੜ ਦੀ, ਹੋਰ ਵੀ ਬਹੁਤ ਸਾਰੇ ਬਾਲੀਵੁੱਡ ਅਦਾਕਾਰ, ਉਸ ਤੋਂ ਇਲਾਵਾ ਜਿੰਨਾ ਵੀ ਕਿਸੇ ਦਾ ਬਣਦਾ ਸਰਦਾ, ਭਾਵੇਂ ਆਮ ਨਾਗਰਿਕ ਕਿਉਂ ਆ, ਪਰ ਹਾਂ ਇੰਨਾ ਧਿਆਨ ਰੱਖਿਓ ਇੱਕ ਕੇਅਰ ਫੰਡ ਹੈ, ਉਧਰ ਨਾ ਪੈਸੇ ਜਾਣ ਜ਼ਿਆਦਾ, ਕਿਉਂਕਿ ਉਹਦਾ ਹਿਸਾਬ ਕਿਤਾਬ ਨਹੀਂ ਪਤਾ ਲੱਗਦਾ, ਕੇਅਰ ਨਹੀਂ ਹੋਣੀ ਜੀ, ਉਹਦੀ ਕੋਈ ਕੇਅਰ ਨਹੀਂ ਹੋਣੀ। ਪਰ ਕਿਸੇ ਵੀ ਤਰੀਕੇ ਨਾਲ ਤੁਸੀਂ ਮਦਦ ਭੇਜਣੀ ਚਾਹੁੰਦੇ ਹਾਂ, ਹਰ ਇੱਕ ਨੂੰ ਭੇਜੋ, ਤਾਂ ਕਿ ਅੱਜ ਵਿਦੇਸ਼ਾਂ ਤੋਂ ਮਦਦ ਆ ਰਹੀ ਹੈ, ਅਸੀਂ ਕਹਿ ਰਹੇ ਹਾਂ ਕਿ ਬੜੀ ਵਧੀਆ ਗੱਲ ਹੈ, ਪਰ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ। ਅਜੇ ਤੱਕ ਵੀ ਆਕਸੀਜਨ ਦੀ ਕਮੀ ਹੈ, ਹਰ ਇੱਕ ਦੇਸ਼ ਤੋਂ ਆਕਸੀਜਨ ਆ ਰਹੀ ਹੈ, ਹੋਰ ਵੀ ਕਿੱਟਾਂ ਆ ਰਹੀਆਂ, ਇਹਦਾ ਮਤਲਬ ਕਿ ਇਹ ਵੱਡੇ ਪੱਧਰ ਤੇ ਸਾਡੇ ਦੇਸ਼ ਨੂੰ ਇਸ ਵਕਤ ਜ਼ਰੂਰਤ ਹੈ, ਜਾਨ ਲੋਕਾਂ ਦੀ ਬਚਾਉਣੀ ਜ਼ਰੂਰੀ ਹੈ, ਹੱਥ ਨੂੰ ਹੱਥ ਹੁੰਦਾ। ਵਿਦੇਸ਼ਾਂ ਵਿਚ ਬੈਠੇ NRI ਪਹਿਲਾਂ ਵੀ ਬਹੁਤ ਮਦਦ ਕਰਦੇ ਰਹੇ ਆ, ਪਿੰਡਾਂ ਦੀ ਨੁਹਾਰ ਇਨ੍ਹਾਂ ਨੇ ਬਦਲੀ ਹੈ ਆਪਣੇ ਆਪਣੇ ਪਿੰਡਾਂ ਦੀ, ਤੇ ਹੁਣ ਜੇਕਰ ਇਕ ਵਾਰ ਫਿਰ ਸਹਿਯੋਗ ਦੇਣਗੇ ਤਾਂ ਮੈਨੂੰ ਲੱਗਦਾ ਵੱਡੇ ਪੱਧਰ ਤੇ ਕੁਛ ਨਾ ਕੁਛ ਹਾਲਾਤ ਠੀਕ ਹੋ ਸਕਦੇ ਆ। ਉਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਇਹ ਸਿਰਫ ਬੋਲਣ ਲਈ ਨਹੀਂ ਹੋਣੇ ਚਾਹੀਦੇ, ਕਈ ਤਾਂ ਏਦਾਂ ਦੇ ਕਮੈਂਟ ਕਰਦੇ ਆ, ਰੋਂਦੇ ਆ ਫਿਰ ਕਿ ਸਾਨੂੰ ਬਲੌਕ ਕਰਤਾ ਸੋਸ਼ਲ ਮੀਡੀਆ ਤੇ, ਆਪਾਂ ਉਹ ਬਹੁਤ ਜ਼ਿਕਰ ਨਹੀਂ ਕਰਨਾ, ਪਰ ਅੱਜ ਜ਼ਰੂਰਤ ਹੈ ਸਰ ਹਰ ਕਿਸੇ ਨੂੰ ਅੱਗੇ ਆਉਣ ਦੀ ਤੇ ਲੋਕਾਂ ਦੀ ਜਾਨ ਬਚਾਉਣ ਦੀ, ਕਿਉਂਕਿ ਜਾਨ ਤੋਂ ਇਲਾਵਾ ਕੁਛ ਨਹੀਂ ਗਾ ਅੱਜ ਆਪਾਂ ਖਬਰਾਂ ਦੇ ਵਿਚ ਜ਼ਿਕਰ ਕਰਾਂਗੇ। ਇੱਕ ਚੀਜ਼ ਨਾ ਹੋਰ ਵੀ ਹੈ, ਚਲੋ ਆਪਾਂ ਅਮਿਤਾਭ ਬੱਚਨ ਵਾਲੀ ਗੱਲ ਦੇ ਉੱਤੇ ਥੋੜੀ ਜੀ ਗੱਲ ਕਰ ਲਈਏ, ਕਿਉਂਕਿ 1984 ਦੇ ਵਿਚ ਉਹਦਾ ਜਿਹੜਾ ਪੱਖ ਸੀ ਉਹ ਸਿੱਖ ਵਿਰੋਧੀ ਸੀ, ਜਾਂ ਕਹਿ ਲਓ ਕਿ ਗਾਂਧੀ ਪਰਿਵਾਰ ਦੇ ਹਮਾਇਤੀ ਸੀਗਾ, ਠੀਕ ਹੈ, ਉਹ ਇੱਕ ਵੱਖਰਾ ਐਂਗਲ ਹੈ ਜਿਹੜੀ ਚਰਚਾ ਬਹੁਤ ਸਾਰੇ ਲੋਕ ਕਰਦੇ ਆ ਕਿ ਭਾਈ ਸਿੱਖਾਂ ਨੂੰ ਉਨ੍ਹਾਂ ਦੇ ਸਹਿਯੋਗ ਦੀ ਲੋੜ ਨਹੀਂ, ਪਰ ਜੇ ਦੇ ਰਿਹਾ ਸਾਡੀ ਸਿੱਖ, ਆਪਾਂ ਮੰਗਣ ਤਾਂ ਨਹੀਂ ਨਾ ਗਏ, ਇੱਕ ਤਾਂ ਇਹ ਆ, ਦੂਜੀ ਗੱਲ ਹੈ ਕਿ ਸਿੱਖ ਕੌਮ ਦੇ ਵਿਚ ਜਿਹੜਾ ਫਲਸਫਾ ਹੈ ਨਾ, ਨੀਵਾਂ ਹੋ ਕੇ ਜੇ ਕੋਈ ਆ ਗਿਆ ਤਾਂ ਉਹਨੂੰ ਗਲ ਵੀ ਲਾਇਆ, ਬਹੁਤ ਸਾਰੇ ਉਦਾਹਰਣਾਂ ਸਾਡੇ ਕੋਲ ਹੋਣਗੀਆਂ, ਔਰ ਬਹੁਤ ਸਾਰੇ ਲੋਕ ਜਿਹੜੇ ਨਾ ਸਹਿਮਤ ਵੀ ਹੋਣਗੇ, ਅਸਹਿਮਤ ਵੀ ਹੋਣਗੇ, ਜੀ ਸਦਕੇ ਆਪੋ ਆਪਣੇ ਤਰੀਕੇ ਨਾਲ ਹੋਣਾ ਚਾਹੀਦਾ, ਪਰ ਸਾਡਾ ਕੀ ਸਿਸਟਮ ਆ ਕਿ ਜੇ ਤਾਂ ਕੋਈ ਨਹੀਂ ਦਿੰਦਾ
फिर ओदा नां लिख के मेरे अर्गे ने आपने 125 की देख नहीं कराई होंगी कदे गुरुद्वारे ओदा नां लिख के पोस्टा पाउणी शुरू कर देना मरी जमीर आले ने आ नहीं किया ओ नहीं किया नहीं किया जो देन लग जाता दूजे पास चल पैंदे मैनू यह लगता निजी तौर उत्ते कि सोशल मीडिया के उत्ते कुछ लोग सिर्फ ते सिर्फ ऊं टेंड च काना पाउण वास्ते असीं सरगर्म रहिंदे आ जिहड़ा किसी का फायदा किसी तरीके हो जाए मान लो अमिताभ बच्चन होरां ने 2 लाख देता आ 2 करोड़ देता तो किन्नियां जिंदगियां बच सकदियां हो सकता यह उन्हां लोकां दियां ही होण जिन्हां दे बारे 1984 के अमिताभ बच्चन के वलों गलत बोलिया गया हो जो भी है आप मन के चलीए कि अज जो जिंदगी उस दे राही बच रही है तो मैनू तो नहीं लगता कोई माड़ी गल है बाकी खैर हरेक का अपना अपना नजरिया जी गल तुहाडी ठीक है सुखनैप जी हर किसी का अपना अपना नजरिया कोई कहणगे जी इन्हें पिछले काम के उपर अपनी मिट्टी पाने लिए अजिहा किया हर एक की वक् वक्त सोच हो सकती है आप उन्हां गल्लां विच नहीं जाने आप अज की गल ही करते उस समय किस तरह के हालात सी ये बहुत सारे लोगों सारा पता है अज किस तरह के हालात ने वह भी पता है पर हर एक घटना का एक अपना अपना पहलू है उन्हें किसी नाल भी जोड़ के नहीं देखना चाहिए अज जरूरत लोगों की जान बचाउण दी है ते सिख कौम ने अगे होके काम किया मैं कोई सोशल मीडिया से पोस्ट देखदा कि भाई हुण 84 वाली है यह होने मैनूं लगदा अज दे दौर विच यह गल्लां नहीं होनिया चाहीदियां इंसानियत बचाउणी जरूरी है इंसान बचाउणा जरूरी है धर्म के नाते असीं पहले बहुत वंडियां पाईआं बहुत औखा है पाड़ा मटाउणा पर अज इंसान ते इंसानियत नूं बचाउणा सब तो पहली जरूरत है जी बिल्कुल गल तां इही है जी कि मुढलियां जरूरतां जिहड़ियां उह साडियां इहो ही ने ते हुण कोरोना दा दस्सो की हैगा जी हालात बनाया हुआ भारत का पंजाब का सुखनैप जी गल तो करनी पैनी है किसी पास भी क्योंकि अजकल हर पास जिधर भी नजर मारीए कोरोना कोरोना से कोरोना दबर ही ने भारत अज केस 3,66,000 हूं तक 161 मामले सामने आ गए चंगी गल है कि पिछले 5 दिन तो यह घटिया पर अजे 12 बजे तक रात है टेस्टिंग चलनी है पता नहीं किन्ने बढ़ जाने मैं 2 पहलुआ का हमेशा गल ना हूं पहला ए कि हो सकता है अज दे दिन टेस्टिंग दी दर घट होवे इस करके मामले घट आए हो सकता है कल टेस्ट ज्यादा होण ते पॉजिटिव मरीजां दी गिनती भी ज्यादा होवे पर इन्हां नाल मैं चंगी गल जिहड़ी है ओह है कि 3,68,000 दे तकरीबन मरीज ठीक भी होके घरां नूं गए है यह चंगी गल है जे अज दी गल करिए ते मतलब 18,000 दा फर्क रह गया अजे तक सिर्फ ते वैसे तो 2,000 का फर्क बनता है कुल कल का अज का मिला के 18,000 मरीजों का फर्क रह गया जेडे ठीक ते मतलब जिन्हें सेहत अजे तक ठीक नहीं गई मतलब कि मरीज ठीक भी हो रहा घरां नूं जा रहे है उतों भी वध जिहड़ी गल है दुख देने वाली 3,754 मौतां कल दर्ज कीतियां गईयां तकरीबन इन्नियां क मौतां अज हो चुकियां ये गल बहुत दुख देने वाली है पर वक् वक् थावां ते कोरोना वायरस नूं लैके सरकार ने हदायतां जारी कीतियां आ उहनूं मनदे भी पए आ हुण कई थावां ते कई नहीं मनदे पए मजबूरी है मनना ही पैणा क्योंकि इस वक्त जिस तरह दे हालात बने हुए ने उहदे विच जरूरी यही है कि हर एक बंदा घर रहे देखो राजस्थान होवे दिल्ली होवे उत्तर प्रदेश होवे हरियाणा होवे बिहार होवे इन्हां सारे ने 15 मई तक लॉकडाउन वधा दिता क्योंकि समय की जरूरत है उड़ीसा ने 19 मई तक वधाता 14 दिन का लॉकडाउन उन्होंने लगाया थी राजस्थान ने 24 मई तक वधाता हुण हर एक सूबा चाहुंदा क्योंकि सूबे की अपनी जिम्मेवारी है कल नूं सवाल सूबे दीआं सरकारां तो मुख्यमंत्री तो लोकां ने पुछना है कि पंजाब विच भी हो सकदा है आने वाले समय च जदों मंत्रियां ने पिंडां विच गेड़े लाउण जाणा ते उन्हां नूं लोक पुछण कि साडे पिंडां विच कोरोना करके इन्नियां मौतां होईआं तुसीं की सहूलत दित्ती किहड़ी चीज़ दे सानूं योगदान किहड़ा दित्ता किहड़े हस्पताल सी की सीगा इह सारा कुछ पुछ सकदे आ हुण झारखंड मैनूं लगदा स्नैप जी घट तों घट भी 16 सूबिआं विच सरकार ने द्वारा लॉकडाउन भी वधाता है कई थावां ते रात दा कई थावां ते कर्फ्यू रात दा कई थावां ते दिन दी तालाबंदी है मोस्टली 15 मई तक हर जगह से बंद है आने वाले समय विच ए हर एक जगह के उपर वधाया भी जा सकता है क्योंकि जेकर हालात सैट हो गए तो ठीक है जेकर नहीं हुए तो फिर यह पक्की गल है कि लॉकडाउन वधाना ही पैना कारण यह है बड़े बड़े माहरां ने बड़े बड़े डॉक्टरां ने यह गल कहती है कि जेकर लॉकडाउन ना वधाया गया तो हालात खराब होनी है मौतों की गिनती बढ़ सकती है जरूरी है इस वक्त कोरोना की जी बैल की चेन आनू तोड़ना उन्हू रोकना बिल्कुल वड्डी गल तो यही है जिहड़ी दा तुसीं जिक्र कीता ते हस्पताल बनाउण दे खोखले ऐलान
ਡਾਕਟਰਾਂ ਦੀ ਮੌਤ ਹੋਈ ਜਾਂਦੀ ਹੈ ਜੀ। ਸਨੈਪ ਜੀ, ਇਹ ਬਹੁਤ ਦੁਖਦਾਈ ਖਬਰ ਹੈ। ਹਸਪਤਾਲਾਂ ਦੇ ਸਾਡੇ ਦੇਸ਼ ਵਿਚ ਐਲਾਨ ਕੀਤੇ ਗਏ ਆ ਕਿ ਅਸੀਂ ਸਿਹਤ ਸਿਸਟਮ ਨੂੰ ਸੁਧਾਰਨ ਲਈ ਹਸਪਤਾਲਾਂ ਦਾ ਨਿਰਮਾਣ ਕਰਾਂਗੇ। ਇਹ ਹੁਣ ਦਾ ਨਿਰਮਾਣ ਨਹੀਂ ਹੁੰਦਾ ਪਿਆ, 1952 ਤੋਂ ਲੈ ਕੇ ਨਿਰਮਾਣ ਕਰਦੇ ਆ ਰਹੇ ਆ। 1952 ਵਿਚ ਮੈਨੂੰ ਯਾਦ ਹੈ ਪਹਿਲੀ 5 ਸਾਲਾ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਮਹਾਲ ਨੋਬੀ। ਉਸ ਸਮੇਂ ਪਹਿਲਾ ਏਮਸ ਬਣਿਆ ਸੀ ਸਾਡੇ ਦੇਸ਼ ਵਿਚ। ਚਲੋ ਵੱਖ ਵੱਖ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਜਿੰਨੇ ਵੀ ਮੰਤਰੀ ਆਉਂਦੇ ਆ, ਵੱਡੇ ਵੱਡੇ ਲੋਕ ਆਉਂਦੇ ਆ, ਕਿਸੇ ਵਰਗ ਨਾਲ ਜਿਹੜੇ ਉੱਚੇ ਆ ਉਹ ਉੱਥੇ ਹਸਪਤਾਲ ਦੇ ਵਿਚ ਇਲਾਜ ਕਰਵਾਉਂਦੇ ਆ। ਹੈਰਾਨੀ ਦੀ ਗੱਲ ਦੇਖੋ ਕਿ ਹੁਣ ਤੱਕ 23 ਏਮਸ ਬਣਾਉਣ ਦੇ ਇਨ੍ਹਾਂ ਨੇ ਐਲਾਨ ਕੀਤੇ ਆ ਤੇ 23 ਦੇ ਵਿਚੋਂ ਅਜੇ ਤੱਕ ਕੁੱਲ ਮਿਲਾ ਕੇ 4 ਜਾਂ 5 ਹੀ ਬਣਾਏ ਜਾ ਸਕਿਆ। ਕਾਰਨ ਕੀ ਇਨ੍ਹਾਂ ਦਾ? ਅਸਲ ਵਿਚ ਸਾਡੇ ਦੇਸ਼ ਦੇ ਜਿਹੜੇ ਮੰਤਰੀ ਆ ਸਮੇਂ ਸਮੇਂ ਦੇ ਹਾਕਮ ਰਹੇ ਆ, ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਾਂ ਪਿੱਛੇ ਵੀ ਕਰਦੀ, ਉਸ ਤੋਂ ਪਹਿਲਾਂ ਵੀ ਜਿਹੜੇ ਪ੍ਰਧਾਨ ਮੰਤਰੀ ਰਹੇ ਆ ਸਾਬਕਾ ਹੋ ਗਏ ਹੁਣ, ਉਨ੍ਹਾਂ ਦੇ ਸਮੇਂ ਵੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਹਰ ਇਕ ਕਾਰਜਕਾਲ ਦੇ ਦੌਰਾਨ ਆਪਣੇ ਆਪਣੇ ਕੰਮ ਆਪਣੀਆਂ ਆਪਣੀਆਂ ਵੋਟਾਂ ਨੂੰ ਪੱਕਾ ਕਰਨ ਦੇ ਲਈ ਕਦਮ ਤਾਂ ਜ਼ਰੂਰ ਅੱਗੇ ਵਧਾਏ ਸੀਗੇ, ਐਲਾਨ ਜ਼ਰੂਰ ਕੀਤੇ ਸੀਗੇ, ਪਰ ਕੰਮ ਪੂਰਾ ਨਹੀਂ ਕੀਤਾ। ਹੁਣ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੀਗੇ, ਉਨ੍ਹਾਂ ਨੇ 2003 ਦੇ ਤਕਰੀਬਨ 6 ਏਮਸ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਦਾ ਪ੍ਰੋਜੈਕਟ ਸੀਗਾ, ਐਲਾਨ ਕਰ ਦਿੱਤਾ, ਸਰਕਾਰ ਬਦਲ ਗਈ। ਸਰਕਾਰ ਬਦਲੀ ਤੇ ਡਾਕਟਰ ਮਨਮੋਹਨ ਸਿੰਘ ਉਨ੍ਹਾਂ ਦੇ ਕੋਲ ਕਾਰਜਕਾਲ ਚਲ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੇ 6 ਬਣਾਈ ਜੀ। ਫਿਰ ਐਲਾਨ ਕੀਤਾ ਏਮਸ। ਪਹਿਲਾਂ ਮੈਂ ਹਸਪਤਾਲਾਂ ਦੀ ਗੱਲ ਕਰ ਲੈਂਦਾ, ਮੈਂ ਡਾਕਟਰਾਂ ਦੀ ਗੱਲ ਬਾਅਦ ਚ ਕਰਦਾ ਕਿਉਂਕਿ ਉਹ ਵੀ ਬਹੁਤ ਸਾਰੇ ਡਾਕਟਰਾਂ ਦੀ ਹੁਣ ਤੱਕ ਮੌਤ ਹੋ ਗਈ ਹੈ। ਭੋਪਾਲ, ਪਟਨਾ, ਭੁਵਨੇਸ਼ਵਰ, ਜੋਧਪੁਰ, ਪਟਨਾ, ਰਾਏਪੁਰ, ਰਿਸ਼ੀਕੇਸ਼, ਇੱਥੇ ਵੀ ਏਮਸ ਬਣੇ, ਐਲਾਨ ਕੀਤੇ ਸੀਗੇ, ਅਜੇ ਤੱਕ ਪੂਰੇ ਨਹੀਂ ਹੋਏ ਕਿਤੇ ਵੀ। ਰਾਏਬਰੇਲੀ ਵਿਚ ਸੋਨੀਆ ਗਾਂਧੀ ਨੇ ਇੱਕ ਏਮਸ ਬਣਾਉਣ ਦਾ ਐਲਾਨ ਕੀਤਾ ਸੀਗਾ, ਉਹ ਵੀ ਕੰਮ ਲਟਕ ਗਿਆ ਕਿਉਂਕਿ ਵੋਟਾਂ ਲੈਣ ਲਈ ਵਾਅਦੇ ਕੀਤੇ ਜਾਂਦੇ ਆ ਪਰ ਬਾਅਦ ਦੇ ਵਿਚ ਕੰਮ ਇਧਰ ਉਧਰ ਚਲ ਜਾਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਆਪਣੇ ਕਾਰਜਕਾਲ ਵਿਚ 15 ਏਮਸ ਹਸਪਤਾਲਾਂ ਦਾ ਐਲਾਨ ਕੀਤਾ ਤੇ ਹੈਰਾਨੀ ਦੀ ਗੱਲ ਹੈ ਅਜੇ ਤੱਕ ਕੋਈ ਵੀ ਕੰਪਲੀਟ ਨਹੀਂ ਹੋਇਆ। ਕਿਤੇ ਸਿਰਫ ਕਲਾਸਾਂ ਚੱਲਦੀਆਂ, ਕਿਤੇ ਸਿਰਫ ਓਪੀਡੀ ਚੱਲਦੀ ਹੈ, ਕਿਤੇ ਸਿਰਫ ਟ੍ਰੇਨਿੰਗ ਦਾ ਕੰਮ ਚੱਲਦਾ, ਮਤਲਬ ਕਿ ਪੂਰਨ ਕੰਮ ਨਹੀਂ ਹੋਇਆ। ਉਸ ਤੋਂ ਬਾਅਦ ਇੱਕ ਵਿਸ਼ਟਾ ਪ੍ਰੋਜੈਕਟ ਸਨੈਪ ਦੀ ਬਹੁਤ ਚਰਚਾ ਵਿਚ ਆ ਜੀ, ਉਹਨੂੰ ਬਣਾਉਣ ਦੇ ਲਈ ਪੈਸੇ ਹੈਗੇ ਆ ਸਾਡੇ ਦੇਸ਼ ਕੋਲ। 2000 ਕਰੋੜ ਦੀਆਂ ਮੂਰਤੀਆਂ ਬਣਾਉਣ ਲਈ ਸਾਡੇ ਦੇਸ਼ ਕੋਲ ਪੈਸੇ ਹੈਗੇ ਆ। ਵਿਦੇਸ਼ ਵਿਚੋਂ ਬੈਠੇ ਲੋਕ ਇਸ ਗੱਲ ਦੀ ਆਲੋਚਨਾ ਕਰਦੇ ਆ ਕਿ ਅਸੀਂ ਫੰਡ ਭਾਰਤ ਨੂੰ ਕਿਉਂ ਭੇਜੀਏ ਕਿਉਂਕਿ ਉਨ੍ਹਾਂ ਕੋਲ ਤਾਂ 2000 ਕਰੋੜ ਰੁਪਏ ਮੂਰਤੀਆਂ ਤੇ ਲਗਾਉਣ ਲਈ ਹੈਗਾ। ਇਹ ਪਿਛਲੇ ਸਾਲ ਵਿਚ ਯੂਕੇ ਤੋਂ ਕਿਸੇ ਮੰਤਰੀ ਨੇ ਕਿਹਾ ਸੀ, ਮੈਨੂੰ ਨਾਂ ਨੀ ਯਾਦ ਉਹਦਾ ਜੀ। ਹੁਣ ਵੈਕਸੀਨ ਦੀ ਕਮੀ ਹੈ, ਆਕਸੀਜਨ ਦੀ ਕਮੀ ਹੈ, ਦਵਾਈਆਂ ਦੀ ਕਮੀ ਹੈ, ਜਦੋਂ ਬਜਟ ਦੀ ਗੱਲ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਸਾਡੇ ਕੋਲ ਬਜਟ ਦੀ ਵੀ ਕਮੀ ਹੈ। ਹੈਰਾਨ ਕਰਦਾ ਇੱਕ ਅੰਕੜਾ ਹੱਥ ਲੱਗਾ, IMA ਨੇ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ। ਇਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ, ਡਾਕਟਰਾਂ ਦੀ ਸਭ ਤੋਂ ਵੱਡੀ ਐਸੋਸੀਏਸ਼ਨ, ਤਕਰੀਬਨ 3 ਲੱਖ ਤੋਂ ਵੱਧ ਡਾਕਟਰ ਇਸ ਐਸੋਸੀਏਸ਼ਨ ਦੇ ਨਾਲ ਜੁੜਿਆ ਹੋਇਆ। ਹੁਣ ਉਨ੍ਹਾਂ ਨੇ ਅੱਜ ਤੋਂ 5 ਮਹੀਨੇ ਪਹਿਲਾਂ ਹੀ ਇਸ ਗੱਲ ਦਾ ਕਹਿਤਾ ਸੀਗਾ ਕਿ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ, ਵਿਸਟਾ ਪ੍ਰੋਜੈਕਟ ਨੂੰ ਬੰਦ ਕਰਨਾ ਪੈਣਾ, ਮਜ਼ਦੂਰ ਵੀ ਉੱਥੇ ਆ, ਮਜ਼ਦੂਰਾਂ ਨੂੰ ਹੋ ਸਕਦਾ ਕਿ ਜੇਕਰ ਘਰਾਂ ਨੂੰ ਜਾਂਦੇ ਆ ਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਉਹ ਸ਼ਿਕਾਰ ਹੋ ਜਾਣ, ਪਰ ਇਸ ਚਿੱਠੀ ਦਾ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਜੀ। ਹੁਣ ਮੈਂ ਦੁਖਦਾਈ ਖਬਰ ਸਨੈਪ ਜੀ ਦੱਸਦਾ, IMA ਦੱਸਦਾ ਕਿ 3.5 ਲੱਖ ਡਾਕਟਰ ਉਨ੍ਹਾਂ ਨਾਲ ਜੁੜੇ ਆ ਤੇ ਹੁਣ ਤੱਕ ਪਹਿਲੀ ਵੇਵ ਜਦੋਂ ਕੋਰੋਨਾ ਦੀ ਆਈ ਸੀ 756 ਡਾਕਟਰਾਂ ਦੀ ਮੌਤ ਹੋਈ ਜੀ, ਦੂਜੇ ਦੌਰ ਵਿਚ 146 ਡਾਕਟਰਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ, ਪਰ ਸਾਰੇ ਚੁੱਪ ਆ, ਕੋਈ ਇਸ ਮਾਮਲੇ ਤੇ ਬੋਲ ਹੀ ਨਹੀਂ ਰਿਹਾ, ਸਾਡੇ ਮੀਡੀਆ ਦਾ ਵੱਡਾ ਹਿੱਸਾ ਕਿਉਂ ਨਹੀਂ ਇਸ ਤੇ ਗੱਲ ਕਰ ਰਿਹਾ। ਮੈਂ ਨਹੀਂ ਕਹਿੰਦਾ ਕਿ ਸਿਰਫ ਡਾਕਟਰਾਂ ਦੀ ਮੌਤ ਹੋਈ ਹੈ, ਆਮ ਲੋਕਾਂ ਦੀ ਮੌਤ ਵੀ ਹੋਈ ਹੈ, ਅਧਿਆਪਕਾਂ ਦੀ ਮੌਤ ਵੀ ਹੋਈ ਹੈ, ਨਰਸਾਂ ਵੀ ਹੋਈਆਂ, ਫਰੰਟ ਲਾਈਨ ਤੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ, ਪਰ ਸਾਡਾ ਸਿਹਤ ਸਿਸਟਮ ਜਿਸ ਤਰ੍ਹਾਂ ਖਰਾਬ ਹੈ, ਜਿੰਨੇ ਪੈਸੇ ਅਸੀਂ ਵਿਸਟਾ ਪ੍ਰੋਜੈਕਟ ਤੇ ਪਹਿਲਾਂ 850 ਕਰੋੜ ਦੀ ਗੱਲ ਕਹੀ ਗਈ ਲਗਾਉਣ ਦੀ, 900 ਕਰੋੜ ਤੱਕ ਗਿਆ। ਹੁਣ ਦੇਖੋ ਉਹਦੇ ਵਿਚ ਇੰਜੀਨੀਅਰ ਵੀ ਆ, ਇੰਜੀਨੀਅਰ ਨੂੰ ਲਿਆਉਣ ਤੋਂ ਲੈ ਕੇ ਛੱਡਣ ਤੱਕ ਦਾ ਖਰਚਾ, ਮਜ਼ਦੂਰਾਂ ਨੂੰ ਲਿਆਉਣ ਤੋਂ ਛੱਡਣ ਤੱਕ ਦਾ ਖਰਚਾ ਸਾਰਾ, ਇੱਕ ਮਜ਼ਦੂਰ ਨੂੰ ਜਿਹੜੀ ਦਿਹਾੜੀ ਮਿਲਦੀ ਹੈ ਉਸ ਪ੍ਰੋਜੈਕਟ ਦੀ 600 ਰੁਪਏ ਦਿਹਾੜੀ ਮਿਲਦੀ ਹੈ ਇਸ ਟਾਈਮ। ਦੂਸਰੇ ਪਾਸੇ ਡਾਕਟਰਾਂ ਦੀ ਮੌਤ ਹੋ ਰਹੀ ਹੈ, ਯੂਪੀ ਨੇ ਇਹ ਐਲਾਨ ਕੀਤਾ ਕਿ ਜਿਹੜੇ MBBS ਦੇ ਫਾਈਨਲ ਈਅਰ ਦੇ ਡਾਕਟਰ ਆ, ਵਿਦਿਆਰਥੀ ਆ ਜਿਹੜੇ ਹੁਣ ਡਾਕਟਰ ਬਣ ਜਾਣੇ ਆ, ਉਹ ਉਨ੍ਹਾਂ ਨੂੰ ਕਹਿਤਾ ਕਿ ਤੁਸੀਂ ਨੌਕਰੀ ਕਰ ਸਕਦੇ, ਉਨ੍ਹਾਂ ਨੂੰ ਦਿਹਾੜੀ ਭੱਤਾ ਦੇਣ ਦੀ ਗੱਲ ਵੀ ਕਹੀ ਹੈ। ਹੈਰਾਨੀ ਦੀ ਗੱਲ ਦੱਸਾਂ ਕਿੰਨੀ ਦਿਹਾੜੀ ਹੈ ਸਨੈਪ ਜੀ? 300 ਰੁਪਿਆ। ਹੁਣ ਉਹ ਫਰੰਟ ਲਾਈਨ ਤੇ ਕੰਮ ਵੀ ਕਰਨਾ ਉਨ੍ਹਾਂ ਨੇ ਪੂਰਾ,
दूसरे पासे विस्टा दे विच प्रोजेक्ट काम कर रहे हैं, पता नहीं किन्ने किन्ना ठेकेदार ने किथे किथे खा लेना, कुछ नहीं पता। उम्मीद है कि ना खान, क्योंकि सरकारी अंकड़े है, सरकारी अंकड़े कभी सच भी नहीं होंगे, इस गल्ला दे सबूत भी अज हैगे आ। इत्थे तो इन्होंने मौतां पिछे सरकारी अंकड़े बदल दिते, वो तो हैगा ही सर प्रोजेक्ट बनदा है। हुण उस प्रोजेक्ट विच 600 रुपया मजदूर नू, इंजीनियर नू पता नहीं किन्ने होने है, आम होर भी पता नहीं किन्ने विच लोकां नू होने जिन्हें पैसे देण, ते फिर डॉक्टरां नू 300 रुपया, ये अपने आप दे विच हैरान करने वाली गल है। पर इस वक्त हर एक फील्ड जिहड़ा फ्रंट लाइन ते लड़ रहा है, वक्त वक्त योधे साडे जिहड़े आ उन्हां दी मौत भी हो रही है। हालांकि फौज मैदान विच फिर तो उतारी गई है, 400 डॉक्टर जिहड़े रिटायर हो चुके हैं उन्हां नू फिर 11 महीने लई रखिया गया, ये चंगी गल है, क्योंकि अज देश नू जरूरत है एक होने की, सारे अपना अपना बनता सरदा योगदान दे रहे हैं। पर सरकारां अपना काम क्यों नहीं निभा रही, किस बंदे का हुण बयान आया, किस केंद्रीय मंत्री का हुण तक बयान आया, हुण सारे चुप धर के बह गए हैं, पता नहीं हुण कि समाधि विच चल गए हैं, कि घुरने विच बढ़ के बह गए हैं, जिहड़ा हुण अज तक कोई बयान नहीं दे रहा, ना ही कोई। तुसीं देखो विदेश विच, असीं न्यूजीलैंड की प्रधानमंत्री की गल करते हैं, न्यूजीलैंड की प्रधानमंत्री हर रोज अपडेट देंदे सी, स्कॉट मॉरिसन होनी, बोरिस जॉनसन होनी, मैं नहीं कहना कि वह देश के सी, इस करके उन्होंने आप गल करिए, पर उन्होंने कंट्रोल करने लिए लोगों रोजाना दसिया कि साडे देश विच इस तरह के हालात आ, कि साडे उल्टा साडे इस टाइम कोई बोलता नहीं पाया, वर्चुअल मीटिंग करने साडे को समा हुंदा, चोन रैलियां विच जाने लिए साडे को समा हुंदा, अज जो जरूरत है लोगों तक गल पहुंचाने लिए कि भाई डरने की जरूरत नहीं, साडी सरकार, साडे मंत्री, साडे लोग, साडे डॉक्टर काम कर रहे हैं, किसी घबराने की जरूरत नहीं। ਜਨਾਬ ਜੀ, ਡਾਕਟਰ ਦੇ ਕੋਲ ਮਰੀਜ਼ ਜਾਵੇ ਨਾ, ਅੱਧਾ ਮਰੀਜ਼ ਉਸੇ ਤਰ੍ਹਾਂ ਠੀਕ ਹੋ ਜਾਂਦਾ ਕਿ ਜਦੋਂ ਡਾਕਟਰ ਉਹਨੂੰ ਹੌਸਲਾ ਦਿੰਦਾ, ਭਾਈ ਕੋਈ ਨੀ, ਇਹ ਛੋਟੀ ਮੋਟੀ ਬਿਮਾਰੀ ਆ, ਤੂੰ ਠੀਕ ਹੋ ਜਾਣਾ, ਦੇਖੀ ਜਦੋਂ ਦੇਖੀ ਘੋੜੇ ਵਾਂਗੂ ਦੌੜਨਾ। ਪਰ ਇੱਥੇ ਤਾਂ ਕੋਈ ਅੱਜ ਅੱਗੇ ਨਹੀਂ ਆ ਰਿਹਾ, ਸਾਰੇ ਪਿੱਛੇ ਲੁਕੇ ਆ। ਇਹ ਸਾਰੀਆਂ ਗੱਲਾਂ ਦੱਸਦੀਆਂ ਪਈਆਂ ਕਿ ਸਰਕਾਰਾਂ ਜੋ ਦਾਅਵੇ ਕਰਦੀਆਂ ਉਹ ਖੋਖਲੇ ਆ, ਐਵੇਂ ਮੀਟਿੰਗਾਂ ਦੇ ਵਿੱਚ, ਡੈਵੋਸ ਮੀਟਿੰਗਾਂ ਵਿੱਚ ਇਹ ਕਹਿਣਾ ਕਿ ਸਾਡੇ ਦੇਸ਼ ਕੋਲ ਸਾਰੇ ਪ੍ਰਬੰਧ ਹੈ। ਇੱਕ ਮੈਂ ਹੋਰ ਹੈਰਾਨੀ ਦੀ ਗੱਲ ਦੱਸਦਾ, ਕੇਂਦਰੀ ਮੰਤਰੀ ਨੇ ਇਹ ਕਿਹਾ ਕਿ 4.5 ਲੱਖ ਮਰੀਜ਼ ਇਸ ਟਾਈਮ ਦੇਸ਼ ਦਾ ਵੈਂਟੀਲੇਟਰ ਤੇ ਹੈ, 4.5 ਲੱਖ। ਮੈਂ ਤੁਹਾਨੂੰ ਉਸ ਤੋਂ ਵੀ ਹੈਰਾਨੀ ਦੀ ਗੱਲ ਦੱਸਾਂ, ਭਾਰਤ ਦੇ ਕੋਲ ਅਜੇ ਤੱਕ ਇੰਨੇ ਵੈਂਟੀਲੇਟਰ ਹੈ ਨੀ ਕਿ ਜਿੰਨੇ ਮਰੀਜ਼ਾਂ ਦੀ ਗਿਣਤੀ ਉਹਨਾਂ ਨੇ ਗਿਣਾਤੀ ਆ। ਇਹ ਕਿਸ ਤਰ੍ਹਾਂ ਦੇ ਅੰਕੜੇ ਆ, ਕਿੱਥੋਂ ਲਿਆਈ ਜਾ ਰਹੇ ਆ? 58,000 ਵੈਂਟੀਲੇਟਰ ਦੇ ਸਿਰਫ ਆਰਡਰ ਦਿੱਤੇ ਗਏ ਆ, ਅਜੇ ਤੱਕ ਕੰਪਨੀਆਂ ਦੱਸ ਹੀ ਨਹੀਂ ਰਹੀਆਂ ਕਿੰਨੇ ਵੈਂਟੀਲੇਟਰ ਆ। ਮੈਨੂੰ ਲੱਗਦਾ ਕਿ 2 ਲੱਖ ਦੇ ਕਰੀਬ ਵੈਂਟੀਲੇਟਰ ਅਜੇ ਪੂਰੇ ਦੇਸ਼ ਵਿੱਚ ਹੈ। ਹਾਂ, ਵਿਦੇਸ਼ਾਂ ਤੋਂ ਹੋਰ ਆ ਰਹੇ ਆ, ਉਹਨਾਂ ਦੀ ਗਿਣਤੀ ਕੋਈ 26 ਤਰੀਕ ਨੂੰ ਆਉਣਾ, 26 ਮਈ ਨੂੰ, ਕੋਈ 28 ਮਈ ਨੂੰ ਜਹਾਜ਼ ਆਉਣਾ, ਵੱਖ ਵੱਖ ਤਰੀਕਿਆਂ, ਕਿਉਂਕਿ ਆਰਡਰ ਹੋਰਾਂ ਦੇਸ਼ਾਂ ਨੇ ਵੀ ਦਿੱਤੇ ਆ, ਤੇ ਸਾਡੇ ਇੱਥੇ ਅੰਕੜਿਆਂ ਦੇ ਵਿੱਚ ਹੀ ਹੇਰ ਫੇਰ ਹੋ ਰਹੀ ਹੈ, ਕਮਾਲ ਦੀ ਗੱਲ ਹੈ ਜੀ। ਬਿਲਕੁਲ, ਇਹ ਵੀ ਗੱਲ ਹੈ ਕਿ ਅੰਕੜਿਆਂ ਦੀ ਹੇਰ ਫੇਰ ਤਾਂ ਆਪਣੇ ਮੁਲਕ ਚ ਹੁੰਦੀ ਹੈ। ਪੰਜਾਬ ਦੇ ਵਿੱਚ ਕੀ ਸਥਿਤੀ ਹੈ ਜੀ ਕੋਰੋਨਾ ਦੀ? ਫਿਰ ਪੰਜਾਬ ਦੇ ਵਿੱਚ ਵੀ ਹਾਲਾਤ ਖਰਾਬ ਹੀ ਹੈ, ਕਦੀ ਅੱਜ ਤੱਕ ਆਇਆ ਨੀ ਅਜੇ ਤੱਕ 200 ਦਾ ਅੰਕੜਾ ਮੌਤਾਂ ਦਾ, ਪਰ ਹੁਣ ਮੈਨੂੰ ਲੱਗਦਾ, ਮੈਂ ਚਾਹੁੰਦਾ ਨੀ ਇਹ ਗੱਲ ਮੇਰੀ ਝੂਠ ਹੋਵੇ, 191 ਦੇ ਤਕਰੀਬਨ ਮੌਤਾਂ ਹੋ ਗਈਆਂ, ਕੱਲ ਵੀ 191 ਦੇ ਤਕਰੀਬਨ ਮੌਤਾਂ ਨੋਟ ਕੀਤੀਆਂ ਗਈਆਂ, ਤੇ ਆਉਣ ਵਾਲੇ ਦਿਨਾਂ ਚ 200 ਦਾ ਅੰਕੜਾ ਹੋ ਜਾਣਾ। ਕਦੀ ਵੀ 8531 ਕੇਸ ਕੱਲ ਸਾਹਮਣੇ ਆਏ ਸੀਗੇ, ਅੱਜ ਜ਼ਿਆਦਾ ਵੀ ਹੋ ਸਕਦੇ, ਟੈਸਟਿੰਗ ਦੀ ਦਰ ਵਧਾਈ ਗਈ ਹੈ, ਮਤਲਬ ਕਿ ਪੰਜਾਬ ਦੇ ਵਿੱਚ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਖਰਾਬ ਹੈ। ਲੌਂਗੋਵਾਲ ਇੱਕ ਬਲਾਕ ਪੈਂਦਾ ਸੁਣਿਆ ਜੀ, ਉੱਥੇ ਹੁਣ ਤੱਕ ਕੋਰੋਨਾ ਵਾਇਰਸ ਨਾਲ, ਪਿਛਲੇ ਸਾਲ ਦੀ ਵੀ ਆਪਾਂ ਗੱਲ ਕਰੀਏ, ਹੁਣ ਤੱਕ 90 ਮੌਤਾਂ ਹੋ ਚੁੱਕੀਆਂ ਇੱਕ ਇਕੱਲੇ ਬਲਾਕ ਵਿੱਚੋਂ, 30 ਦੇ ਕਰੀਬ ਮੌਤਾਂ ਪਿਛਲੇ 15 ਦਿਨ ਵਿੱਚ ਹੀ ਹੋਈਆਂ। ਪਿੰਡਾਂ ਦੇ ਵਿੱਚ ਵੀ ਕੋਰੋਨਾ ਪਹੁੰਚ ਹੀ ਚੁੱਕਿਆ, ਜਿਹੜੇ ਬੰਦੇ ਕਹਿੰਦੇ ਸੀ ਸਾਨੂੰ, ਹੁਣ ਆਮ ਉਹਨਾਂ ਨੂੰ ਕਹਿਤਾ ਕਿ ਟਾਈਫਾਈਡ ਹੈ, ਇਹਨੂੰ ਹਾਰਟ ਦੀ ਪ੍ਰੋਬਲਮ ਸੀਗੀ, ਉਹ ਜ਼ਿਆਦਾਤਰ ਕੇਸ ਇਸ ਤਰ੍ਹਾਂ ਲੱਗਦੇ ਆ ਕਿ ਕੋਰੋਨਾ ਵਾਇਰਸ ਦੇ ਆ। ਮੈਨੂੰ ਲੱਗਦਾ ਤੁਹਾਡੇ ਲਾਗਲੇ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਦੇ ਕੇਸ, 2 ਜਾਂ 4 ਮੌਤਾਂ ਜ਼ਰੂਰ ਇੱਕ ਇੱਕ ਡੇਢ ਡੇਢ ਹਫ਼ਤੇ ਚ ਹੋਈਆਂ ਹੋ ਸਕਦੀਆਂ, ਕਿਉਂਕਿ ਕੇਸ ਲਗਾਤਾਰ ਵੱਧ ਰਹੇ ਪਿੰਡਾਂ ਦੇ ਵਿੱਚੋਂ। ਹੁਣ ਇਹ ਆਵਾਜ਼ਾਂ ਆ ਰਹੀਆਂ ਲੋਕਾਂ ਦੀਆਂ, ਉਥੋਂ ਵੀ ਚੀਖਾਂ ਸੁਣਨ ਨੂੰ ਮਿਲਦੀਆਂ ਕਿ ਉਥੇ ਵੀ ਸੀਵੇ ਚੱਲਣੇ ਸ਼ੁਰੂ ਹੋ ਗਏ ਆ, ਜਿਹਨਾਂ ਪਿੰਡਾਂ ਵਿੱਚ ਸਾਲ ਵਿੱਚ 1-1, 2-2 ਮੌਤ ਹੀ ਹੁੰਦੀ ਸੀ, ਇਹ ਹੁਣ ਕਰੋਪੀ ਸਾਰਿਆਂ ਦੇ ਉੱਪਰ ਪਈ ਹੈ। ਉਹ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਦੇਖੋ, 6 ਜ਼ਿਲ੍ਹੇ ਆ ਜਿੱਥੇ ਅਜੇ ਤੱਕ ਵੀ ਕੋਰੋਨਾ ਵਾਇਰਸ ਦੇ ਕੇਸ ਘੱਟ ਨਹੀਂ ਹੋ ਰਹੇ। 63,123 ਮਾਮਲੇ ਅਜੇ ਵੀ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ, ਇਨ੍ਹਾਂ ਵਿੱਚੋਂ 40,000 ਦੇ ਤਕਰੀਬਨ ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ ਤੇ ਅੰਮ੍ਰਿਤਸਰ ਤੇ ਬਠਿੰਡਾ ਵਿੱਚ ਆ। ਜੇ ਕਹਿ ਲਈਏ 69% ਅੰਕੜੇ ਕੋਰੋਨਾ ਵਾਇਰਸ ਦੇ ਇਨ੍ਹਾਂ 6 ਜ਼ਿਲ੍ਹਿਆਂ ਵਿੱਚ ਆ। ਇਹਦਾ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਇਨ੍ਹਾਂ 6 ਸੂਬਿਆਂ ਦੇ ਖਰਾਬ ਹੈ। ਅੱਜ ਇੱਕ ਦੁਖਦਾਈ ਖ਼ਬਰ ਆ, ਤਕੀਪੁਰ ਪਿੰਡ ਹੈ, ਉਸ ਪਿੰਡ ਦੇ 4 ਜੀਆਂ ਦੀ ਮੌਤ ਹੁੰਦੀ ਹੈ। ਸਾਬਕਾ ਸਰਪੰਚ ਹੈ, 2 ਪੁੱਤਰ ਹੈ, 1 ਬੇਟੀ ਹੈ।
ਉਹ ਲੋਕ ਜਿਹੜੇ ਕਹਿੰਦੇ ਆ ਅਜੇ ਤੱਕ ਵੀ ਚਿਹਰਿਆਂ ਤੇ ਮਾਸਕ ਨਹੀਂ ਲਾਉਂਦੇ, ਨਾ ਨਾ ਸਰਕਾਰਾਂ ਜਾਣ ਬੁੱਝ ਕੇ ਕਰਾ ਰਹੀਆਂ, ਇਹ ਸਾਰੀ ਸਰਕਾਰ ਦੀ ਸਿਆਸਤ ਆ, ਕਰੋਨਾ ਕਰੋਨਾ ਕੁਛ ਨੀਗਾ। ਫਿਰ ਉਹਨਾਂ ਨੂੰ ਅੱਜ ਪੁੱਛਣ ਵਾਲਾ ਹੋਵੇ ਕਿ ਇੱਕ ਪਰਿਵਾਰ ਦੇ ਆਚਾਰਦੀਆਂ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਵੇ। ਬਟਾਲੇ ਦੇ ਵਿੱਚ ਇੱਕ ਪਰਿਵਾਰ ਚ ਦੋ ਸਕੇ ਭਰਾਵਾਂ ਦੀ ਮੌਤ ਹੋਈ, ਮਾਤਾ ਸੀ ਪਿਤਾ ਪਹਿਲੇ ਉਹਨਾਂ ਦਾ ਲੜਕਿਆਂ ਦਾ ਚਲ ਗਿਆ, ਹੁਣ ਮਾਤਾ ਕੱਲੀ ਹੈ। ਕਿੰਨੇ ਕੁ ਇਸ ਤਰ੍ਹਾਂ ਦੇ ਪਰਿਵਾਰ ਹੋਣਗੇ, ਇਹ ਕਿਹੜਾ ਕੋਈ ਪਹਿਲਾ ਪਰਿਵਾਰ ਹੈ। ਜਿਸ ਤਰ੍ਹਾਂ ਦੇ ਹਾਲਾਤ ਬਣੇ ਆ, ਮੈਂ ਇਹ ਵੀ ਨਹੀਂ ਕਹਿੰਦਾ ਕਿ ਮੌਤਾਂ ਇੱਥੇ ਬੰਦ ਹੋ ਜਾਣਗੀਆਂ ਸੁਨੈਲ ਜੀ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸਥਿਤੀ ਇਸ ਵਕਤ ਗੰਭੀਰ ਆ। ਕਈ ਜ਼ਿਲ੍ਹਿਆਂ ਵਿੱਚ ਅਜੇ ਤੱਕ ਵੈਂਟੀਲੇਟਰ ਹੈ ਨੀਗੇ, ਜੇ ਵੈਂਟੀਲੇਟਰ ਹੈਗੇ ਆ ਉਹਨਾਂ ਨੂੰ ਚਲਾਉਣਾ ਨੀ ਆਉਂਦਾ। 200 ਦੇ ਤਕਰੀਬਨ ਵੈਂਟੀਲੇਟਰ ਇਸ ਤਰ੍ਹਾਂ ਦਾ ਜਿਨ੍ਹਾਂ ਨੂੰ ਅਜੇ ਤੱਕ ਓਪਰੇਟ ਹੀ ਨਹੀਂ ਕਰਨਾ ਆਉਂਦਾ। ਦਿੱਲੀ ਵਾਲੇ ਪਾਸੇ ਹੁਣ ਚਿੱਠੀਆਂ ਲਿਖ ਦਿੱਤੀਆਂ ਕਿ ਸਾਨੂੰ ਬੰਦਾ ਭੇਜਿਆ ਜਾਵੇ ਟ੍ਰੇਨਿੰਗ ਦੇਣ ਲਈ ਕਿ ਵੈਂਟੀਲੇਟਰ ਕਿਸ ਤਰ੍ਹਾਂ ਚਲਾਉਣੇ ਆ। ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੈ। ਅੰਮ੍ਰਿਤਸਰ ਦੇ ਪਿੰਡਾਂ ਵਿੱਚ 13-13 ਲੋਕਾਂ ਦੀ ਮੌਤ ਇੱਕ ਦਿਨ ਵਿੱਚ ਹੋ ਰਹੀ ਹੈ, ਤੇ ਪਿੰਡ ਦੇ ਵਿੱਚ 7-8 ਸੀਵੇ, 10 ਸੀਵੇ, 15 ਸੀਵੇ ਬਲਦੇ ਪਏ ਆ, ਕਿੰਨੇ ਹੌਲ ਪੈਂਦੇ ਆ। ਇਹ ਲੋਕ ਸਰਕਾਰਾਂ ਨੂੰ ਹੀ ਕਹਿਣਗੇ, ਸਰਕਾਰਾਂ ਨੂੰ ਦੋਸ਼ ਦੇਣਾ ਇੱਥੇ ਬਣਦਾ, ਕਿਉਂਕਿ ਜਦੋਂ ਪਤਾ ਸੀ ਸਾਰਾ ਕੁਝ। ਮੈਂ ਕੇਂਦਰ ਨੂੰ ਪਿੱਛੇ ਕਰ ਦਿੰਦਾ, ਅਸੀਂ ਪੰਜਾਬ ਸਰਕਾਰ ਦੀ ਗੱਲ ਕਰ ਲੈਂਦੇ ਹਾਂ। ਡਾਕਟਰ ਬਲਵੀਰ ਸਿੱਧੂ ਹੋਣਾ ਨੂੰ ਸਾਰਾ ਕੁਝ ਪਤਾ ਕਿ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਬਣੇ ਸਨ, ਕਿਉਂ ਨੀ ਕਦਮ ਚੁੱਕੇ ਸਹੀ, ਕਿਉਂ ਮੰਤਰੀਆਂ ਦੇ ਨਾਲ ਮੀਟਿੰਗਾਂ ਵਿੱਚ ਸਮਾਂ ਖਰਾਬ ਕੀਤਾ ਗਿਆ। ਜੇਕਰ ਪਤਾ ਸੀ ਪਹਿਲੀ ਲਹਿਰ ਚੱਲ ਗਈ ਹੈ, ਦੂਜੀ ਲਹਿਰ ਕੋਰੋਨਾ ਦੀ ਆਉਣੀ ਹੈ, ਹਰ ਇੱਕ ਨੂੰ ਸੰਕੇਤ ਦਿੱਤਾ ਗਿਆ, ਚਿੱਠੀਆਂ ਹਰ ਇੱਕ ਸੂਬੇ ਤੱਕ ਪਹੁੰਚੀਆਂ, ਕਿਉਂ ਨੀ ਗੰਭੀਰਤਾ ਨਾਲ ਲਿਆ ਗਿਆ। ਸਾਡੇ ਇੱਥੇ ਮਾਮਲੇ ਸਿਆਸਤ ਵਿੱਚ ਹੀ ਲਟਕ ਕੇ ਰਹਿ ਗਏ। ਹੁਣ ਅਸੀਂ ਕਦੀ ਏਐਨਐਮ ਨਰਸਾਂ ਉਹਨਾਂ ਨੂੰ ਅਪੀਲ ਕਰਦੇ ਹਾਂ, ਭਾਈ ਤੁਸੀਂ ਹੜਤਾਲ ਵਾਪਸ ਲੈ ਲਓ, ਤੁਸੀਂ ਕੰਮ ਤੇ ਆ ਜਾਓ। ਕਦੀ ਅਸੀਂ ਇਹ ਕਹਿੰਦੇ ਹਾਂ ਟੈਕਨੀਸ਼ੀਅਨਾਂ ਦੀ ਭਰਤੀ ਕੀਤੀ ਜਾਵੇਗੀ, ਕਦੀ ਕਹਿੰਦੇ ਪਿਆ ਨਰਸਾਂ ਦੀ ਨਵੀਂ ਭਰਤੀ ਕੀਤੀ ਜਾਵੇ, ਕਰੋ ਜਿੰਨੀ ਕਰਨੀ ਆ। ਪਰ ਜਿਹੜੇ ਸਾਡੇ ਕੋਲ ਪੁਰਾਣਾ ਜੋ ਕੁਛ ਹੈਗਾ, ਸਾਡਾ ਸਿਹਤ ਸਿਸਟਮ ਜੋ ਕੁਛ ਅਸੀਂ ਸੁਧਾਰਨ ਦੀ ਜ਼ਰੂਰਤ ਹੈ, ਉਹਨੂੰ ਤਾਂ ਸੁਧਾਰ ਲਓ, ਅਜੇ ਤੱਕ ਸੁਧਾਰੇ ਨੀ। ਪੰਜਾਬ ਦੇ ਧਾਰਮਿਕ ਸਥਾਨ ਅੱਗੇ ਆਏ ਆ, ਕਈ ਡੇਰੇ ਅੱਗੇ ਆਏ ਆ, ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਸਾਡੇ ਦਰਵਾਜ਼ੇ ਖੁੱਲ੍ਹੇ ਆ, ਤੁਸੀਂ ਇੱਥੇ ਅਸੀਂ ਸੈਂਟਰ ਬਣਾ ਤੇ ਆ, ਇੱਥੇ ਮਰੀਜ਼ਾਂ ਨੂੰ ਲਿਆ ਸਕਦੇ ਹੋ। ਤੇ ਸਰਕਾਰਾਂ ਨੇ ਅਜੇ ਤੱਕ ਕਿੰਨੇ ਕੁ ਦਰਵਾਜ਼ੇ ਖੁੱਲ੍ਹੇ ਆ, ਕਿੰਨੇ ਖੁੱਲ੍ਹ ਕੇ ਕਿਹਾ ਕਿ ਅਸੀਂ ਇੰਨੇ ਸੈਂਟਰ ਬਣਾਤੇ ਆ। ਮੈਨੂੰ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਲਈ, 20-22 ਦੀ ਗਰਾਊਂਡ ਤਿਆਰ ਕਰਨ ਲਈ, ਜੇਕਰ ਸਮੇਂ ਦੀਆਂ ਸਰਕਾਰਾਂ, ਜੇਕਰ ਸਮੇਂ ਦੇ ਲੋਕ ਜਲਦੀ ਸਮਝ ਜਾਣ, ਤਾਂ ਸਰਕਾਰਾਂ ਦੇ ਉੱਪਰ ਭਾਰੂ ਪੈ ਸਕਦਾ ਕੰਮ। 20-22 ਵਿੱਚ ਇਹ ਲੋਕਾਂ ਨੇ ਜਵਾਬ ਲੈਣੇ ਆ। ਇਹਨਾਂ ਨੂੰ ਤਾਂ SIT ਵਾਲੇ ਮੁੱਦੇ ਨੇ ਲੈ ਕੇ ਬਹਿ ਜਾਣਾ, ਬਾਕੀ ਤਾਂ ਬਹੁਤ ਦੂਰ ਦੀ ਗੱਲ ਹੈ। ਆ ਕੋਰੋਨਾ ਦੇ ਨਾਲ ਵੀ ਚੰਗੇ ਘਿਰਨੇ ਆ। ਮੈਂ ਸੀਨੀਅਰ ਪੱਤਰਕਾਰ ਇੱਕ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਨੇ ਹੱਥਾਂ ਦੇ ਵਿੱਚ ਲਿਸਟਾਂ ਰੱਖਣੀਆਂ, ਪਿੰਡਾਂ ਵਿੱਚ ਜਾ ਕੇ ਉਹਨਾਂ ਨੇ ਸਵਾਲ ਪੁੱਛਣੇ ਆ, ਭਾਈ ਆ ਦੱਸੋ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਆ ਲਿਸਟ ਦੇਖੋ, ਤੁਹਾਨੂੰ ਨੀ ਪਤਾ ਤੇ ਸਾਨੂੰ ਪੁੱਛੋ। ਤੁਸੀਂ ਵਾਅਦੇ ਕਰਦੇ ਸੀ ਕਿ ਪੰਜਾਬ ਚ ਘਰ ਘਰ ਰੋਜ਼ਗਾਰ ਦੇਵਾਂਗੇ, ਤੁਸੀਂ ਦਾਅਵੇ ਕਰਦੇ ਸੀ ਕਿ ਸਿਹਤ ਸਿਸਟਮ ਨੂੰ ਸੁਧਾਰਾਂਗੇ, ਇੱਥੇ ਤਾਂ ਜੀ ਹੁਣ ਜੀ ਮੈਂ ਜੀ ਅੰਮ੍ਰਿਤਸਰ ਵਾਲੇ ਪਾਸੇ ਉਸ ਉਹ ਮੰਦਿਰ ਹੈ ਉੱਥੇ, ਉਹਨਾਂ ਉਹ ਕਹਿੰਦੇ ਉੱਥੇ ਵੀ ਲੈ ਕੇ ਸਿਆਸਤ ਹੋ ਰਹੀ ਹੈ, ਹਾਲਾਂਕਿ ਉੱਥੇ 7-8 ਜਾਂ 5-6 ਸੰਸਕਾਰ ਕੀਤੇ ਜਾਂਦੇ ਸੀ, ਹੁਣ ਉੱਥੇ ਵੀ ਗਿਣਤੀ 20-25 ਦੇ ਤਕਰੀਬਨ ਪਹੁੰਚ ਗਈ ਹੈ। ਲੱਕੜਾਂ ਦੀ ਕਮੀ ਹੈ ਸਭ ਤੋਂ ਵੱਡੀ ਅੱਜ ਦੇ ਸਮੇਂ ਵਿੱਚ, ਇਹ ਉਹੀ ਲੱਕੜਾਂ ਜਿਨ੍ਹਾਂ ਨੂੰ ਕੱਟ ਕੱਟ ਕੇ ਉੱਥੇ ਮਹਿਲ ਬਣਾਏ ਗਏ, ਉਹੀ ਲੱਕੜਾਂ ਕੰਮ ਆਉਣੀਆਂ ਸਨ ਜਿਨ੍ਹਾਂ ਨੂੰ ਕੱਟ ਕੇ ਉੱਥੇ ਕਾਰਪੋਰੇਟ ਘਰਾਣੇ ਬਣਾਏ ਗਏ। ਅੱਜ ਸਮੇਂ ਦੀ ਜ਼ਰੂਰਤ ਹੈ, ਸਮਾਂ ਬਦਲਿਆ ਪਿਆ ਆ, ਸਮਾਂ ਸਭ ਤੋਂ ਵੱਡਾ ਸਿਖਾਉਣ ਵਾਲਾ ਸਾਨੂੰ ਬੈਠਾ। ਮੈਂ ਕਹਿਣਾ ਨੀ ਚਾਹੁੰਦਾ, ਬਹੁਤ ਸਾਰੇ ਲੋਕਾਂ ਨੇ ਆਪ ਗਲਤੀਆਂ ਵੀ ਕੀਤੀਆਂ, ਪਰ ਪਤਾ ਨੀ ਹੁੰਦਾ ਅੱਗਿਓ ਸਮਾਂ ਕਿਸ ਤਰ੍ਹਾਂ ਦਾ ਆ ਜਾਣਾ। ਅੱਜ ਧਾਰਮਿਕ ਸਥਾਨ ਦਰਵਾਜ਼ੇ ਖੋਲਦੇ ਪਏ ਆ ਇਸ ਕਰਕੇ ਕਿ ਲੋਕਾਂ ਦੀ ਜਾਨ ਬਚੇ, ਤੇ ਸਰਕਾਰਾਂ ਮੂੰਹ ਲੁਕਾਉਂਦੀਆਂ ਪਈਆਂ ਇਸ ਕਰਕੇ ਕਿ ਲੋਕ ਜਵਾਬ ਨਾ ਪੁੱਛਣ, ਤੇ ਬਹੁਤ ਹੈਰਾਨ ਕਰਦੀਆਂ ਗੱਲਾਂ। ਨਵਜੋਤ ਸਿੰਘ ਸਿੱਧੂ ਦੇ ਫੇਰ ਸਿੰਘ ਫਸ ਗਿਆ ਜੀ, ਕਿਉਂਕਿ ਕੈਪਟਨ ਦੇ ਉੱਤੇ ਨਿਸ਼ਾਨਾ ਲਾ ਰਿਹਾ ਤੇ ਇਹਨਾਂ ਦੇ ਕੁਝ ਮੰਤਰੀ ਆ ਜਿਹੜੇ ਉਹਨਾਂ ਨੇ ਭੇਜਤੀ ਆ ਹਾਈਕਮਾਂਡ ਨੂੰ ਚਿੱਠੀ ਸ਼ਿਕਾਇਤ ਬਣਾ ਕੇ। ਕੀ ਫਾਇਦਾ ਹਾਈਕਮਾਂਡ ਨੂੰ ਚਿੱਠੀ ਭੇਜਣ ਦਾ? ਨਵਜੋਤ ਸਿੰਘ ਸਿੱਧੂ ਕਹਿੰਦੇ ਮੇਰੀ ਹਾਈਕਮਾਂਡ ਨਾਲ ਪੂਰੀ ਜਾ ਰਹੀ ਹੈ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਸੋਨੀਆ ਗਾਂਧੀ ਤਿੰਨਾਂ ਨਾਲ ਮੀਟਿੰਗ ਕਰਨੀ ਹੈ, ਚਾਹ ਦਾ ਕੱਪ ਪੀਣਾ, ਇੱਥੇ ਖਬਰਾਂ ਲੱਗ ਜਾਣੀਆਂ ਕਿ ਅੱਜ ਹਾਈਕਮਾਂਡ ਦੇ ਨਾਲ ਮੀਟਿੰਗ ਕੀਤੀ ਹੈ, ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲ ਸਕਦਾ। ਉਸ ਤੋਂ ਬਾਅਦ ਖਬਰ ਆਣੀ, ਹੋ ਸਕਦਾ ਕਿ ਮਹਿਕਮਾ ਬਦਲ ਕੇ ਉਹਨਾਂ ਨੂੰ ਦੇ ਦਿੱਤਾ ਜਾਵੇ, ਤੇ ਸਾਰੇ ਖਬਰਾਂ ਚੱਲ ਪੈਣੀਆਂ। ਸ਼ਾਮ ਨੂੰ ਨਵਜੋਤ ਸਿੰਘ ਸਿੱਧੂ ਹੋਣਾ ਨੇ ਘਰ ਬਹਿ ਜਾਣਾ, ਜਾ ਕੇ ਕੋਈ ਗੱਲਬਾਤ ਨਹੀਂ ਹੋਣੀ, ਕਿਸੇ ਨੇ ਕੁਛ ਨਹੀਂ ਕਹਿਣਾ। ਸੋਸ਼ਲ ਮੀਡੀਆ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਆਵਾਜ਼ ਆਪਣੀ ਚੁੱਕ ਰਹੇ ਆ, ਵੱਖ ਵੱਖ ਥਾਵਾਂ ਤੇ ਪਹਿਲਾਂ ਗਏ ਸੀ ਕੁਛ ਕੁ ਦਿਨ, ਉਸ ਤੋਂ ਬਾਅਦ ਫਿਰ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਆ। ਅੱਜ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੇ ਇੱਕ ਕਮੈਂਟ ਕੀਤਾ ਕਿ ਗੁਰੂ ਤੋਂ ਬੇਮੁੱਖ ਹਾਕਮਾਂ ਦੀ ਬਦਨੀਅਤ ਜੱਗ ਜ਼ਾਹਰ ਹੈ। ਪਿਛਲੇ 4.5 ਸਾਲ ਤੱਕ ਕਿਸੇ ਹਾਈਕੋਰਟ ਨੇ ਨਹੀਂ ਸੀ ਰੋਕਿਆ, ਜਦੋਂ DGP ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਤੇ ਰੋਕ ਲੱਗੀ ਤਾਂ ਘੰਟਿਆਂ ਵਿੱਚ ਹੁਕਮਾਂ ਦੀ ਉੱਪਰਲੀ ਅਦਾਲਤ ਨੂੰ ਚੁਣੌਤੀ ਦੇ ਦਿੱਤੀ ਗਈ।
ਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਤੁਸੀਂ ਹਾਈ ਕੋਰਟ ਦੇ ਹੁਕਮਾਂ ਤੇ ਤਿੱਖੇ ਸਵਾਲ ਚੁੱਕੇ ਤੇ ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਵੀ ਮੰਨ ਲਿਆ। ਇਹ ਗੱਲ ਜੁੜਦੀ ਹੈ ਐਸ ਆਈ ਟੀ ਮਾਮਲੇ ਨਾਲ। ਨਵਜੋਤ ਸਿੰਘ ਸਿੱਧੂ ਪਿਛਲੇ 3 ਦਿਨਾਂ ਤੋਂ ਲਗਾਤਾਰ ਸ਼ਬਦੀ ਹਮਲੇ ਕਰ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਨੇ ਕੱਲ ਜਿਹੜਾ ਬਿਆਨ ਦਿੱਤਾ ਉਹ ਕਿਹੜਾ ਨਹੀਂ ਚਰਚਾ ਚ ਆਪਣੇ ਆਪ ਚ, ਉਹ ਕਹਿੰਦੇ ਆ ਕਿ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਹੋ ਰਿਹਾ, ਕੈਪਟਨ ਸਰਕਾਰ ਜੋ ਕੁਛ ਕਰ ਰਹੀ ਹੈ। ਹੋ ਸਕਦਾ ਦੋਸ਼ ਲਗਾਏ ਆ, ਕਈਆਂ ਨੂੰ ਬਚਾਇਆ, ਕਈਆਂ ਦੇ ਨਾਮ ਮੋਹਰੇ ਆਏ ਆ, ਫੜਿਆ ਵੀ ਨੀ ਕਿਸੇ ਨੂੰ, ਹਿਰਾਸਤ ਵਿਚ ਵੀ ਨੀ ਲਿਆ, ਬਹੁਤੀ ਪੁੱਛ ਪੜਤਾਲ ਵੀ ਨੀ ਹੋਈ। ਚਲੋ ਇੱਕ ਦੋ ਵਾਰੀ ਪੁਲਿਸ ਲੈ ਕੇ ਪੇਸ਼ ਹੋਏ ਆ, ਐਸ ਆਈ ਟੀ ਨੇ ਸਾਰਾ ਕੁਛ ਲਿਖ ਦਿੱਤਾ, ਉਸ ਐਸ ਆਈ ਟੀ ਨੂੰ ਬਾਅਦ ਵਿਚ ਰੱਦ ਕਰ ਦਿੱਤਾ। ਹੁਣ ਜੇਕਰ ਆਪਾਂ ਇਹ ਗੱਲ ਕਰੀਏ ਕਿ ਨਵਜੋਤ ਸਿੰਘ ਸਿੱਧੂ ਸਵਾਲ ਚੁੱਕਦੇ ਪਏ ਆ, ਕ੍ਰੈਪ ਜੀ ਬੰਦਾ 100 ਮਾੜਾ ਹੋ ਸਕਦਾ, ਉਹਦੀਆਂ ਆਪਣੀਆਂ ਕੁਛ ਉਹਦੇ ਵਿਚ ਕਮੀਆਂ ਹੋ ਸਕਦੀਆਂ, ਪਰ ਜਿਹੜੇ ਕੁਛ ਕੁ ਸਵਾਲ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਜਾ ਰਹੇ ਆ ਉਹਨਾਂ ਵਿਚ ਥੋੜੀ ਬਹੁਤ ਸਚਾਈ ਜ਼ਰੂਰ ਨਜ਼ਰ ਆਉਂਦੀ ਹੈ। ਆ ਬਾਦਲ ਪਰਿਵਾਰ ਦੀ ਆਪਾਂ ਜਿਹੜੀ ਗੱਲ ਕਰਦੇ ਆ, ਇਹ ਬੱਸਾਂ ਨੂੰ ਲੈ ਕੇ ਅਜੇ ਤੱਕ ਚਰਚਾ ਚੱਲਦੀ ਪਈ ਹੈ, ਕੱਲ ਦੀ ਵੀ ਚਰਚਾ ਇਹੀ ਚੱਲਦੀ ਪਈ ਹੈ। ਅੱਜ ਮੈਂ ਆਉਂਦੇ ਹੋਏ ਵੀ ਰਸਤੇ ਚ ਦੇਖਿਆ ਆ ਸਰਕਾਰੀ ਬੱਸਾਂ ਨੂੰ ਖੜਾ ਕੀਤਾ ਸੀ ਸਾਈਡ ਤੇ, ਲਾਈਨਾਂ ਲਗਾ ਕੇ ਭਾਈ 30 ਤੋਂ ਵੱਧ ਸਵਾਰੀਆਂ ਵਿਚ ਬਿਠਾਈਆਂ, ਚਲਾਨ ਕੱਟਦੇ ਪਏ, ਪਤਾ ਲੱਗਾ PRTC ਬੱਸ ਵੀ ਸੀਗੀ, ਰੋਡਵੇਜ ਵੀ ਬੱਸ ਸੀਗੀ। ਤੇ ਫਿਰ ਦੂਜੇ ਪਾਸੇ ਚਰਚਾ ਇਹ ਚੱਲਦੀ ਹੈ ਕਿ ਇਸ ਘਰਾਣੇ ਦੀਆਂ, ਕਾਰਪੋਰੇਟ ਘਰਾਣੇ ਦੀਆਂ ਇਹ ਵੀ ਤਾਂ ਹੁਣ ਹੈਗੀ ਹੈ, ਪ੍ਰਾਈਵੇਟ ਬੱਸਾਂ ਤੁੰਨ ਤੁੰਨ ਕੇ ਜਾਂਦੀਆਂ, ਉਹਨਾਂ ਨੂੰ ਕੋਈ ਕਿਉਂ ਨਹੀਂ ਪੁੱਛ ਰਿਹਾ। ਇਹ ਬੱਸ ਅੱਡਿਆਂ ਤੇ ਖੜੇ ਲੋਕ ਗੱਲਾਂ ਕਰਦੇ ਆ, ਜੇਕਰ ਇਹ ਗੱਲਾਂ ਸੱਚ ਹੈਗੀਆਂ ਤੇ ਇਹਦਾ ਮਤਲਬ ਆ ਫਿਰ ਸਵਾਲ ਤਾਂ ਇਹ ਵੀ ਬਹੁਤ ਵੱਡਾ। ਪਰ ਨਵਜੋਤ ਸਿੰਘ ਸਿੱਧੂ ਇਸ ਵਕਤ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਜਿਸ ਤਰ੍ਹਾਂ ਉਹਨਾਂ ਨੇ ਸਰਗਰਮ ਕੀਤਾ, ਹੁਣ ਲੱਗਦਾ ਇਹੀ ਹੈ ਕਿ ਇਸੇ ਤਰ੍ਹਾਂ ਉਹਨਾਂ ਨੇ ਗੱਲਾਂ ਆਉਣ ਵਾਲੇ ਸਮੇਂ ਚ ਸੁਣਾਉਂਦੇ ਰਹਿਣਾ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਸ ਤਰ੍ਹਾਂ ਦੇ ਉਹਨਾਂ ਦੇ ਰਿਸ਼ਤੇ ਆ ਇਹ ਜੱਗ ਜਾਹਰੀ ਹੈ, ਤੇ ਐਸ ਆਈ ਟੀ ਮਾਮਲੇ ਨੂੰ ਸਵਾਲ ਚੁੱਕ ਰਹੇ ਆ। ਮੈਂ ਜੀ ਇਹ ਸਵਾਲ ਇਸੇ ਤਰ੍ਹਾਂ ਹੀ ਚੁੱਕੇ ਜਾਣੇ ਆ ਜਦੋਂ ਤੱਕ ਇਹ ਕੋਈ ਨਾ ਕੋਈ ਗੱਲ ਤਨ ਪਤਨ ਲੱਗ ਨੀ ਜਾਂਦੀ, ਪਰ ਅਜੇ ਤੱਕ ਸੰਭਾਵਨਾ ਬਹੁਤ ਘੱਟ ਆ। ਪਤਾ ਤਾਂ ਇਹ ਵੀ ਆ ਹੁਣ ਲੱਗਿਆ ਹੀ ਆ ਕਿ ਨਵੀਂ ਐਸ ਆਈ ਟੀ ਬਣਾਤੀ, ਆਪਾਂ ਉੱਥੇ ਵੀ ਬਾਅਦ ਚ ਜ਼ਿਕਰ ਕਰ ਲੈਂਦੇ ਆ, ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਸਵਾਲ ਚੁੱਕਿਆ ਇਹ ਸਹੀ ਲੱਗਦਾ। ਬਿਲਕੁਲ, ਸਿੰਘ ਮਿੱਟੀ ਕੋਈ ਚੱਕੀ ਹੈ ਜੀ, ਅਸਲ ਚ ਸਵਾਲ ਤੋਂ ਵੀ ਗਾਹਣਗੇ, ਤੇ ਜਦੋਂ ਕੋਈ ਸਿੰਘ ਮਿੱਟੀ ਚੱਕ ਲੈਂਦਾ ਫਿਰ ਤੁਹਾਨੂੰ ਪਤਾ ਹੀ ਹੈ। ਜਿਹੜੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਹੁਣ ਸਰਗਰਮੀ ਹੈ ਨਾ, ਇਹ ਸਵਾਲ ਖੜੇ ਕਰਦੀ ਹੈ, ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਚੁੱਪ ਹੀ ਬੈਠੇ ਸੀ, ਤੇ ਚਲੋ ਮੌਕਾ ਦੇਖ ਕੇ ਬੋਲਦੇ ਜਾਂ ਫਿਰ ਕਹਿੰਦੇ ਨੇ ਵਕਤ ਵਿਚਾਰੇ ਸੋ ਬੰਦਾ ਹੋਏ। ਤੇ ਜਨਾਬ ਅਗਲੀ ਖਬਰ ਕੀ ਹੈ, ਯੂਪੀ ਦੇ ਪਿੰਡਾਂ ਦੇ ਵਿਚ ਕੋਰੋਨਾ ਦਾ ਖੌਫ ਹੈ, ਪਤਾ ਲੱਗਿਆ ਕਿ ਹਰ ਦੂਜੇ ਤੀਜੇ ਘਰ ਦੇ ਵਿਚ ਕਈ ਕਈ ਮਰੀਜ਼ ਹੈ। ਬਿਲਕੁਲ, ਲੋਕਾਂ ਚ ਖੌਫ ਹੈ ਇਸ ਵਕਤ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਕੇਸ ਤੇਜ਼ੀ ਨਾਲ ਵੱਧ ਰਹੇ ਆ, ਉੱਥੇ ਇਹੀ ਲੱਗਦਾ ਪਿਆ ਕਿ ਸਰਕਾਰਾਂ ਆਪਣੀ ਭੂਮਿਕਾ ਤਾਂ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀਆਂ, ਪਰ ਲੋਕ ਜਿੰਨਾ ਕੁ ਉਹਨਾਂ ਕੋਲ ਬਣਦਾ ਸਰਦਾ ਆ ਉਹ ਸੋਚਦੇ ਪਏ ਆ, ਰੁਕਦੇ ਪਏ ਆ ਕਿ ਆਪਾਂ ਕੰਟਰੋਲ ਕਰ ਲਈਏ, ਪਰ ਸੁਨੈਬ ਜੀ ਹੁਣ ਗੱਲ ਹੱਥੋਂ ਬਾਹਰ ਨਿਕਲ ਗਈ ਹੈ। ਕਾਰਨ ਇਹ ਹੈ ਕਿ ਕੋਰੋਨਾ ਹੁਣ ਰਫ਼ਤਾਰ ਤਾਂ ਇਹਦੀ ਤੇਜ਼ ਹੋ ਗਈ ਹੈ, ਇਹਨੇ ਮੌਤਾਂ ਦੀ ਗਿਣਤੀ ਵੀ ਵਧਾ ਦੇਣੀ ਹੈ। 7 ਦਿਨਾਂ ਵਿਚ 10 ਮੌਤਾਂ ਇੱਕ ਹੀ ਪਿੰਡ ਚ ਹੋ ਗਈਆਂ, ਇੱਕ ਹੀ ਪਰਿਵਾਰ ਚ 4 ਮੌਤਾਂ, ਗੁਰਪੁਰ ਦੀ ਮੈਂ ਗੱਲ ਕਰ ਰਿਹਾ। ਸਾਰੇ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿਚ ਬੰਦ ਕਰ ਲਿਆ। ਬੰਦ ਕਿਉਂ ਕੀਤਾ? ਕਿਉਂਕਿ ਅਜੇ ਤੱਕ ਹਰ ਇੱਕ ਨੂੰ ਡਰ ਹੈ ਕਿ ਸਾਡੀ ਵੀ ਵਾਰੀ ਨਾ ਆ ਜਾਏ। ਉਸ ਤੋਂ ਵੀ ਹੈਰਾਨੀ ਦੀ ਗੱਲ ਹੈ, ਸਿਹਤ ਵਿਭਾਗ ਦੀ ਟੀਮ ਅੱਜ ਪਹਿਲੇ ਦਿਨ ਉਸ ਪਿੰਡ ਵਿਚ ਪਹੁੰਚੀ ਆ। ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਨੇ ਅੰਕੜਾ ਦੱਸਿਆ ਕਿ ਸਾਡੇ ਕੋਲ 14 ਲੋਕਾਂ ਦੀ ਮੌਤ ਹੋਈ ਹੈ ਜਿਹੜੀਆਂ ਸਰਕਾਰੀ ਤੌਰ ਤੇ ਦਰਜ ਕੀਤੀਆਂ ਗਈਆਂ, ਜਦਕਿ 14 ਲੋਕਾਂ ਦੀ ਮੌਤ ਪਿਛਲੇ 14 ਘੰਟਿਆਂ ਵਿਚ ਹੀ ਹੋ ਗਈ ਹੈ। ਹਾਂ ਇਹ ਠੀਕ ਹੈ, 1250 ਬੰਦਾ ਠੀਕ ਵੀ ਹੋਇਆ, ਪਰ ਮੌਤਾਂ ਦੀ ਗਿਣਤੀ ਵੱਧਦੀ ਪਈ ਹੈ। ਇਹਦੇ ਵੱਲ ਅਜੇ ਤੱਕ ਸਰਕਾਰ ਜਾਂ ਉੱਥੇ ਦੇ ਕੋਈ ਵੀ ਯੂਪੀ ਦੇ ਹੁਣ ਮੁੱਖ ਮੰਤਰੀ ਆ ਯੋਗੀ ਆਦਿਤਿਆਨਾਥ, ਕੋਰੋਨਾ ਹੋਇਆ ਸੀ ਹੁਣ ਥੋੜੇ ਠੀਕ ਆ, ਅਜੇ ਤੱਕ ਉਹ ਵੀ ਨੀ ਬਹੁਤਾ ਖਿਆਲ ਕਰ ਰਹੇ। ਯੂਪੀ ਦੇ ਹੋਰ ਪਿੰਡਾਂ ਵੱਲ ਆ ਜਾਓ, ਅਜੇ ਤੱਕ ਇਸ ਤਰ੍ਹਾਂ ਦੇ ਪਿੰਡ ਆ ਜਿੱਥੇ ਤੱਕ ਸਿਹਤ ਵਿਭਾਗ ਦੀਆਂ ਟੀਮਾਂ ਪਹੁੰਚੀਆਂ ਹੀ ਨਹੀਂ। ਅਸੀਂ ਯੂਪੀ ਦਾਅਵਾ ਕਰਦਾ ਕਿ ਅਸੀਂ 15 ਦਿਨ ਦਾ ਲਾਕਡਾਊਨ ਬਣਾਤਾ, ਇਹ ਵੀ ਕਹਿੰਦੇ ਪਏ ਕਿ ਸਾਰੀ ਟੈਸਟਿੰਗ ਹੋ ਰਹੀ ਹੈ, ਟ੍ਰੇਸਿੰਗ ਵੀ ਕੀਤੀ ਜਾ ਰਹੀ ਹੈ, ਕਿਸੇ ਦੀ ਟ੍ਰੇਸਿੰਗ ਕੀਤੀ ਜਾ ਰਹੀ ਹੈ। ਅੱਜ ਜਹਾਂਗੀਰਬਾਦ ਆ, ਜਹਾਂਗੀਰਬਾਦ ਹਾਂ ਉਸ ਪਿੰਡ ਜਹਾਂਗੀਰਬਾਦ ਦੇ ਵਿਚ ਅਜੇ ਤੱਕ ਪਿਛਲੇ 30 ਦਿਨਾਂ ਦੌਰਾਨ 30 ਲੋਕਾਂ ਦੀ 22 ਦਿਨਾਂ ਦੌਰਾਨ 30 ਲੋਕਾਂ ਦੀ ਮੌਤ ਹੋ ਗਈ ਹੈ। ਲੋਕ ਇਹੀ ਸਮਝੀ ਜਾ ਰਹੇ ਹੈ ਕਿ ਪਿੰਡ ਵਿਚ ਕੋਈ ਸ਼ਹਿ ਆ ਗਈ ਹੈ, ਅਨਪੜ ਲੋਕ ਆ, ਗਰੀਬ ਲੋਕ ਆ। ਹੋ ਸਕਦਾ ਸਭ ਤੋਂ ਪਹਿਲਾਂ ਕਹਿਣ ਪਿੰਡ ਦਾ ਨਾਂ ਬਦਲ ਗਏ ਜੀ, ਮੁੱਖ ਮੰਤਰੀ ਵੀ ਇਹ ਜਾਣਾ ਜੀ, ਉਹ ਮੁੱਖ ਮੰਤਰੀ ਤਾਂ ਉੱਥੇ ਇਸ ਤਰ੍ਹਾਂ ਦਾ, ਉਹ ਤਾਂ ਸਿਕਿਉਰਿਟੀ ਲੈਣ ਲਈ ਲੋਕ ਸਭਾ ਵਿਚ ਰੁਪਿਆ ਪਿਛਲੀ ਵਾਰੀ,
ਉਹ ਕਹਿੰਦਾ ਮੈਨੂੰ ਦੋ ਬੰਦੇ ਸਿਕਿਉਰਿਟੀ ਕਰ ਦਿੱਤੀ ਹੈ, ਮੇਰੀ ਵਧਾਈ ਜਾਵੇ, ਮੇਰੀ ਜਾਨ ਨੂੰ ਖਤਰਾ। ਇੰਨੀਆਂ ਵੀਡੀਓ ਉਹਦੀਆਂ ਪਈਆਂ ਪਈਆਂ। ਉਹ ਤਾਂ ਇਸ ਤਰ੍ਹਾਂ ਦਾ ਬੰਦਾ ਹੈ, ਉਦੋਂ ਚਲੋ ਉਹ ਸੰਸਦ ਮੈਂਬਰ ਹੁੰਦਾ ਸੀ, ਪਾਰਲੀਮੈਂਟ ਮੈਂਬਰ ਹੁੰਦਾ ਸੀ। ਵੈਸੇ ਜੋਗੀ ਜੋਗੀਆਂ ਦੇ ਕੰਮ ਹੁੰਦੇ ਨੀ, ਜੋਗੀ ਜਿਹੜੇ ਹੁੰਦੇ ਉਹਨਾਂ ਨੇ ਸੰਨਿਆਸ ਲਿਆ ਹੁੰਦਾ ਪੂਰਾ ਦੁਨੀਆਂ ਤੋਂ, ਕਿ ਮਤਲਬ ਹੀ ਨੀ। ਪਰ ਪਤਾ ਨੀ ਨਾਮ ਵੀ ਉਹੋ ਤੇ ਕੰਮ ਵੀ ਸਿਆਸਤ ਆ, ਇਹ ਕਿਉਂ ਅਜੇ ਤੱਕ ਚੱਲੀ ਜਾ ਰਿਹਾ। ਹੁਣ ਇਸ ਪਿੰਡ ਵਿੱਚ ਅਜੇ ਤੱਕ ਵੀ ਲੋਕਾਂ ਦੇ ਮਨ ਚ ਇਹੀ ਸੀਗਾ ਕਿ ਪਿੰਡ ਵਿੱਚ ਕੋਈ ਸ਼ਹਿ ਆ, ਉਹ ਬਿਮਾਰੀ ਹੈ, ਖੰਘ ਬੁਖਾਰ ਹੁੰਦਾ, ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਲੋਕ ਮਰਦੇ ਗਏ, ਕਿਸੇ ਨੇ ਉੱਥੇ ਪੁੱਛਿਆ ਨੀ। ਅੱਜ ਉੱਥੇ ਸਿਹਤ ਵਿਭਾਗ ਦੀਆਂ ਟੀਮਾਂ ਪਹੁੰਚੀਆਂ। ਹੁਣ ਮੈਂ ਪਿਛਲੀ ਲਹਿਰ ਦੀ ਗੱਲ ਨੀ ਕਰਦਾ, ਫਰਵਰੀ ਮਹੀਨੇ ਤੋਂ ਦੂਜੀ ਲਹਿਰ ਸ਼ੁਰੂ ਹੋਈ ਹੈ। ਯੂਪੀ ਵਿੱਚ ਵੀ ਕੋਰੋਨਾ ਫੈਲਿਆ ਸੀ, ਯੂਪੀ ਵਿੱਚ ਕੋਰੋਨਾ ਕੱਲ ਨੀ ਫੈਲਿਆ ਨਾ ਹੀ ਅੱਜ ਫੈਲਿਆ। ਕੀ ਕਿਸੇ ਨੇ ਉਸ ਹਸਪਤਾਲ ਤੱਕ, ਉਸ ਪਿੰਡ ਵਿੱਚ, ਉੱਥੋਂ ਕਿਸੇ ਦੇ ਸਰਪੰਚ ਨੇ, ਕਿਸੇ ਮੁਖੀਆ ਨੇ, ਕਿਸੇ ਪੰਚ ਨੇ ਗੱਲ ਹੀ ਨੀ ਕੀਤੀ ਹੋਊਗੀ? ਕੀ ਉੱਥੇ ਦੇ MLA ਨੇ ਉੱਥੇ ਤੱਕ ਪਹੁੰਚ ਹੀ ਨੀ ਕੀਤੀ? ਇਹਦਾ ਮਤਲਬ ਕੀ ਹੈ? 6000 ਦੀ ਆਬਾਦੀ ਹੋਵੇ, 3300 ਦੇ ਤਕਰੀਬਨ ਪਿੰਡ ਦੀ ਵੋਟ ਹੋਵੇ, ਤੇ ਉੱਥੇ 25-30 ਲੋਕਾਂ ਦੀ ਮੌਤ ਹੋ ਗਈ ਹੋਵੇ, ਕਿਸੇ ਦਾ ਉੱਥੇ ਧਿਆਨ ਹੀ ਨੀ ਗਿਆ ਅਜੇ ਤੱਕ? ਇਹ ਬੜੇ ਹੈਰਾਨ ਕਰਨ ਵਾਲੀਆਂ ਗੱਲਾਂ। ਪੱਤਰਕਾਰ ਸਰ ਜਦੋਂ ਰਿਪੋਰਟ ਕਰਦੇ ਆ, ਯੂਪੀ ਵਿੱਚ ਹਾਥਰਸ ਵਾਲੀ ਘਟਨਾ ਹੋਈ ਸੀ, ਪੱਤਰਕਾਰ ਨੂੰ ਗ੍ਰਿਫਤਾਰ ਇਸ ਕਰਕੇ ਕਰ ਲਿਆ ਗਿਆ ਕਿ ਆਨ ਦੀ ਸਪੋਰਟ ਸਭ ਤੋਂ ਪਹਿਲਾਂ ਪੁਲਿਸ ਤੋਂ ਪਹਿਲਾਂ ਕਿਵੇਂ ਪਹੁੰਚ ਗਿਆ? ਉੱਥੇ ਪਰਚੇ ਕੀਤੇ ਗਏ, ਅਜੇ ਤੱਕ ਜੇਲ੍ਹ ਵਿੱਚ ਹੈ, ਅਜੇ ਤੱਕ ਨਹੀਂ ਛੁੱਟਿਆ। ਹਾਥਰਸ ਵਿੱਚ ਹੀ ਇੱਕ ਰੇਪ ਦੀ ਘਟਨਾ ਹੁੰਦੀ ਹੈ, ਉੱਥੇ ਇੱਕ ਬੀਬੀ ਪੱਤਰਕਾਰ ਤਾਂ ਕਰਦੀ ਕਰਦੀ ਲਾਈਵ ਹੋ ਜਾਂਦੀ ਹੈ, ਕੁਝ ਦਿਨ ਬਾਅਦ ਉਹਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਂਦਾ ਕਿਉਂਕਿ ਉਹਨੇ ਸੱਚ ਦਿਖਾਤਾ। ਉੱਥੇ ਉਹਦਾ ਅੰਤਿਮ ਸੰਸਕਾਰ ਕਰਦੇ ਸੀਗੇ, ਪੁਲਿਸ ਵਾਲੇ ਵਿੱਚ ਮਿਲ ਗਏ ਸੀਗੇ, ਪਿੰਡ ਵਾਲੇ ਵੀ ਕਈ ਸੀਗੇ, ਉਹ ਕਿਸੇ ਨੂੰ ਦੱਸਿਆ ਨੀ, ਉਹਦਾ ਸੰਸਕਾਰ ਕਰਦੇ ਸੀ। ਇਸ ਤਰ੍ਹਾਂ ਦੇ ਹਾਲਾਤ ਹੈ। ਹੁਣ ਉੱਥੇ ਕੁਝ ਕੁ ਪੱਤਰਕਾਰਾਂ ਨੇ ਪਹੁੰਚ ਕੇ ਇਹ ਹਾਲਾਤ ਸਾਹਮਣੇ ਰੱਖੇ ਹੈ। 6000 ਦੀ ਆਬਾਦੀ ਹੋਵੇ, ਇੰਨੀਆਂ ਸੀਟਾਂ ਹੋਣ, ਵਿਧਾਇਕ ਨੇ ਉੱਥੇ ਪੁੱਛਿਆ ਨਾ ਹੋਵੇ, ਤੇ ਲੋਕ ਇਹੀ ਸਮਝੀ ਜਾਂਦੇ ਆ ਕਿ ਪਿੰਡ ਦੇ ਵਿੱਚ ਕੋਈ ਸ਼ਹਿ ਆ। ਆਪ ਸ਼ਹਿਾਂ ਸ਼ੂਹਾਂ ਵਾਲੇ ਬਾਬੇ ਵੀ ਅਜੇ ਤੱਕ ਦਿਖੇ ਨੀ। ਮੈਨੂੰ ਲੱਗਦਾ ਉਸ ਪਿੰਡ ਵਿੱਚ ਤਾਂ ਜ਼ਰੂਰ ਹੋਊਗਾ, ਇਹਦਾ ਕੋਰੋਨੇ ਦਾ ਝਾੜਾ ਕਰਾਉਣ ਵਾਲੇ ਬਥੇਰੇ ਮਿਲ ਜਾਣੇ ਸੀ। ਹੁਣ ਤੱਕ ਹਾਲਾਤ ਖਰਾਬ ਹੈ, ਗੰਭੀਰ ਹੈ, ਲੋਕਾਂ ਦੀ ਮੌਤ ਹੋ ਰਹੀ ਹੈ, ਸਰਕਾਰਾਂ ਅਜੇ ਤੱਕ ਜਾਗ ਨਹੀਂ ਰਹੀਆਂ। ਭਾਵੇਂ ਆਪਣੀ ਸਰਕਾਰ ਹੋਵੇ, ਭਾਵੇਂ ਯੂਪੀ ਦੀ ਹੋਵੇ, ਭਾਵੇਂ ਝਾਰਖੰਡ ਦੀ ਹੋਵੇ, ਭਾਵੇਂ ਛੱਤੀਸਗੜ੍ਹ ਦੀ ਹੋਵੇ, ਕਿਤੇ ਦੀ ਵੀ ਹੋਵੇ, ਅਜੇ ਤੱਕ ਬਹੁਤੀ ਅਕਲ ਅਜੇ ਤੱਕ ਆਈ ਨੀ ਸਿੱਖ ਦੇ ਨਹੀਂ ਪਏ ਮੌਤਾਂ ਤੋਂ। ਪਰ ਫਿਰ ਵੀ ਹਾਲਾਤ ਹੈ, ਲੋਕ ਦਿਨ ਕੱਟੀ ਜਾ ਰਹੇ ਆ। ਭੁਲੇਖੇ ਵਿੱਚ ਹੈ ਕਿ ਗੱਲ ਖਰਾਬ ਹੈ, ਸਿਹਤ ਖਰਾਬ ਹੈ, ਸਾਰੀ ਤਕਲੀਫ ਹੈ, ਬਜ਼ੁਰਗ ਹੋ ਗਏ ਆ, ਪਰ ਅਸਲ ਮੌਤ ਕੋਰੋਨਾ ਕਰਕੇ ਹੀ ਹੋਈ ਹੈ ਜੀ। ਰੌਲਾ ਤਾਂ ਇਹੀ ਹੈ ਜਿਹੜਾ ਨਹੀਂ ਸਮਝਿਆ ਜਾ ਰਿਹਾ। ਔਰ ਅਗਲੀ ਗੱਲ ਕਰ ਲਈਏ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ। ਬਹੁਤ ਸਾਰੀਆਂ ਖ਼ਬਰਾਂ ਸੱਜਣ ਜਿਹੜੀਆਂ ਦੇ ਉੱਤੇ ਅਸੀਂ ਨਜ਼ਰ ਮਾਰਨੀ ਹੈ ਬਸ ਕੁਛ ਹੀ ਪਲਾਂ ਤੋਂ ਬਾਅਦ, ਕਿਉਂਕਿ 2100 ਦੇ ਕਰੀਬ ਬੈਂਕਾਂ ਬੰਦ ਹੋ ਗਈਆਂ ਪੰਜਾਬ ਦੇ, ਭਾਰਤ ਦੇ ਵਿੱਚੋਂ ਬ੍ਰਾਂਚਾਂ 2100, ਤੇ ਛੱਤੀਸਗੜ੍ਹ ਦੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਹੈ ਹੁਣ ਕਈ ਥਾਵਾਂ ਦੇ ਉੱਤੇ ਹੋਰ ਵੀ ਹੈ। ਤੇ SIT ਵੈਕਸੀਨ ਪੱਪੂ ਯਾਦਵ ਤੇ ਅਗਲੀ ਗੱਲ ਇੱਕ ਹੋਰ ਬ੍ਰੇਕ ਤੋਂ ਬਾਅਦ। ਲਓ ਜੀ ਬ੍ਰੇਕ ਤੋਂ ਬਾਅਦ ਗਾਂ ਵਾਲੀ ਗੱਲ ਕਰੀਏ। ਨਵਜੀਤ ਜੀ, ਦੇਸ਼ ਦੇ ਵਿੱਚ ਬੈਂਕਾਂ ਦੀਆਂ ਬ੍ਰਾਂਚਾਂ ਵੀ ਬੜੀਆਂ ਬੰਦ ਹੋ ਗਈਆਂ ਜੀ। ਅਜੇ ਪਤਾ ਨੀ ਸੁਨੈਬ ਜੀ ਕੀ ਕੀ ਬੰਦ ਕਰਨਾ, ਅਜੇ ਤਾਂ ਬ੍ਰਾਂਚਾਂ ਹੀ ਬੰਦ ਹੋਈਆਂ। ਅਜੇ ਤਾਂ ਬੇਲ ਪਈ ਹੈ ਕੰਪਨੀ ਹੈ, ਸੇਲ ਪਈ ਹੈ ਸਟੀਲ ਅਥਾਰਟੀ ਇੰਡੀਆ, ਉਸ ਤੋਂ ਬਾਅਦ ਰੇਲ ਪਈ ਹੈ ਥੋੜੀ ਬਹੁਤੀ, ਉਹ ਵੀ ਵੇਚਣ ਨੂੰ ਫਿਰਦੇ ਆ, BPCL ਆ, ਪਤਾ ਨੀ ਕੀ ਕੀ ਵੇਚਣਾ ਅਜੇ ਤੱਕ। ਇਹ ਕਿਹੜਾ ਇਹਨਾਂ ਨੇ ਪਹਿਲੀ ਵਾਰ ਵੇਚਿਆ, ਇਸ ਸਰਕਾਰ ਨੇ ਵੇਚਿਆ, ਪਿਛਲੀਆਂ ਸਰਕਾਰਾਂ ਵੀ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਕੰਮ ਕਰਦੀਆਂ ਰਹੀਆਂ। ਉਹਨਾਂ ਨੇ ਉਹ ਵੇਚਿਆ ਸੀਗਾ ਜਿਹੜੀਆਂ ਉਹਨਾਂ ਨੂੰ ਪ੍ਰੋਫਿਟ ਵਿੱਚ ਨਹੀਂ ਗਿਆ, ਤੇ ਇਹ ਉਹ ਵੀ ਵੇਚੀ ਜਾਂਦੇ ਆ ਜਿਹਦੇ ਵਿੱਚ ਅਜੇ ਥੋੜਾ ਬਹੁਤਾ ਪ੍ਰੋਫਿਟ ਹੈਗਾ ਆ। ਚੰਗੀਆਂ ਕੰਪਨੀਆਂ ਵਿੱਚੋਂ ਕਈ ਸੇਲ ਦੇਣ ਵਾਲੀਆਂ ਹੈਗੀਆਂ, ਪਰ ਉਹਨਾਂ ਨੂੰ ਵੀ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੈਂਕਾਂ ਦਾ ਰਲੇਵਾਂ ਹੋ ਰਿਹਾ, ਜਿਹੜੇ ਕਰਮਚਾਰੀ ਕੰਮ ਕਰਦੇ ਆ ਉਹਨਾਂ ਨੂੰ ਆਪਣਾ ਇਸ ਵੇਲੇ ਫਿਕਰ ਹੈ ਕਿ ਉਹਨਾਂ ਦੀ ਨੌਕਰੀ ਦਾ ਕੀ ਬਣੇਗਾ। ਏਰੀਅਲ ਲੈਣ ਦੇ ਲਈ, ਭੱਤਾ ਪੂਰਾ ਲੈਣ ਦੇ ਲਈ, ਕਈ ਜਿਹੜੇ ਜਿਨ੍ਹਾਂ ਦੀ 1-1.5 ਸਾਲ ਨੌਕਰੀ ਰਹਿੰਦੀ ਪਈ ਹੈ, ਪਹਿਲਾਂ ਰਿਟਾਇਰਮੈਂਟ ਕਈਆਂ ਨੇ ਲੈ ਲਈ ਹੈ ਸਰਕਾਰੀ, ਕਈ ਬੰਦਿਆਂ ਨੇ ਜੀ। ਹੁਣ ਇੱਕ RTI ਕਿਸੇ ਬੰਦੇ ਨੇ ਪਾਈ ਸੀਗੀ, ਤੇ ਉਹਦਾ ਚੰਦਰ ਸ਼ੇਖਰ ਸੀ ਨਾਮ, ਚੰਦਰ ਸ਼ੇਖਰ ਗੌਡ, ਉਹਨੇ RTI ਪਾਈ ਹੈ। 2118 ਬੈਂਕਾਂ ਜਾਂ ਬ੍ਰਾਂਚਾਂ ਇਹ ਜਾਂ ਤਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ, ਜਾਂ ਇਹਨਾਂ ਦੇ ਵਿੱਚੋਂ ਕੁਝ ਕੁ ਬ੍ਰਾਂਚਾਂ ਅਜੇ ਚੱਲਦੀਆਂ ਹੈਗੀਆਂ ਪਰ ਬੰਦ ਹੋਣ ਦੀ ਕਗਾਰ ਤੇ ਹੈ ਜੀ। 2020-2021 ਵਿੱਚ ਜਿਹੜੀਆਂ ਬੈਂਕਾਂ ਦਾ ਰਲੇਵਾਂ ਹੋਇਆ ਉਹਦੇ ਵਿੱਚ ਸਭ ਤੋਂ ਵੱਧ ਬੈਂਕਾਂ ਬੈਂਕ ਆਫ ਬੜੌਦਾ ਦੀਆਂ ਸੀਗੀਆਂ, 1283 ਬ੍ਰਾਂਚਾਂ ਖਤਮ ਹੀ ਕਰ ਦਿੱਤੀਆਂ ਗਈਆਂ ਜੀ। ਸਟੇਟ ਬੈਂਕ ਆਫ ਇੰਡੀਆ ਵੀ ਸੀ, 332 ਇਹਨਾਂ ਦੀਆਂ ਬ੍ਰਾਂਚਾਂ ਸੀ, ਪੰਜਾਬ ਨੈਸ਼ਨਲ ਬੈਂਕ ਦੀਆਂ 169 ਸੀਗੀਆਂ, ਹੋਰ ਵੀ ਕਈ ਬੈਂਕਾਂ ਦੀ ਲਿਸਟ ਹੈ। ਯੂਨੀਅਨ ਬੈਂਕ ਸੀ, ਯੂਨੀਅਨ ਬੈਂਕ ਆਫ ਇੰਡੀਆ 124, ਕੇਨਰਾ ਬੈਂਕ 107, ਇੰਡੀਅਨ ਓਵਰਸੀਜ਼ 53, ਸੈਂਟਰਲ ਬੈਂਕ ਆਫ ਇੰਡੀਆ 43, ਇੰਡੀਅਨ ਬੈਂਕ 5। ਅਸੀਂ
ਗੱਲਾਂ ਕਰਦੇ ਹੁੰਦੇ ਆ ਕਿ ਅਮਰੀਕਾ ਦੀ ਬੈਂਕ ਦਿਵਾਲੀਆ ਹੋ ਗਈ ਜੀ, ਉਹਨੂੰ ਬੰਦ ਕਰਤਾ। ਤੇ ਜਦੋਂ ਪਹਿਲਾਂ ਸਰਕਾਰ ਸੀਗੀ ਬਰਾਕ ਓਬਾਮਾ ਹੋਣਾ ਦੀ, ਉਸ ਵੇਲੇ ਵੀ ਕਈ ਬੈਂਕਾਂ ਪਤਾ ਲੱਗਾ ਸੀ ਕਿ ਬੰਦ ਕਰ ਦੇਣੀਆਂ। ਡਾਕਟਰ ਮਨਮੋਹਨ ਸਿੰਘ ਹੋਣਾ ਜਦੋਂ ਉਦੋਂ ਪ੍ਰਧਾਨ ਮੰਤਰੀ ਸੀ, ਉਹਨਾਂ ਦੀ ਸਲਾਹ ਲਈ ਤੇ ਕਾਫੀ ਕੁਛ ਸਹੀ ਹੋਇਆ। ਸਮਾਂ ਆਉਂਦਾ ਗਿਆ, ਹਰ ਇੱਕ ਦੇਸ਼ ਦੇ ਵਿੱਚ ਬੈਂਕਾਂ ਦਿਵਾਲੀਆਂ ਹੋਈਆਂ, ਮੈਂ ਨਹੀਂ ਕਹਿੰਦਾ ਕਿ ਭਾਰਤ ਵਿੱਚ ਹੀ ਹੋਈਆਂ, ਪਰ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਬੈਂਕਾਂ ਦਿਵਾਲੀਆਂ ਨਹੀਂ ਸੀ, ਅਜੇ ਤੱਕ ਸਹੀ ਕੰਮ ਕਰ ਰਹੀਆਂ, ਪ੍ਰੋਫਿਟ ਦੇ ਰਹੀਆਂ ਸੀਗੀਆਂ, ਪਰ ਫੇਰ ਵੀ ਉਹਨਾਂ ਦਾ ਰਲੇਵਾਂ ਕਰਤਾ ਸਰਕਾਰ ਨੇ, ਜ਼ਰੂਰੀ ਸਮਝਿਆ। ਬੈਂਕ ਆਫ ਪਟਿਆਲਾ ਸੀ, ਚਲੋ ਮਿਲਾ ਕੇ ਇੱਕ ਹੀ ਬਣਾ ਦਿੱਤੀ ਸਾਰੀ। ਅਜੇ ਤੱਕ ਹੁਣ ਸਾਡੇ ਭਾਰਤ ਵਿੱਚ ਕੁੱਲ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ 4 ਵੱਡੇ ਬੈਂਕ ਬਣਾ ਦਿੱਤੇ ਆ। 10 ਸੀਗੇ ਸਰਕਾਰੀ, ਹੁਣ ਵਿੱਚੋਂ 6 ਖਤਮ ਕਰਕੇ 4 ਬਣਾਤੇ ਆ। ਇਹਨਾਂ ਚਾਰਾਂ ਵਿੱਚੋਂ ਵੀ 2 ਰਹਿ ਜਾਣੇ ਕਿ ਕੀ ਰਹਿਣਾ ਇਹ ਨਹੀਂ ਪਤਾ। ਤੇ ਕਿਉਂਕਿ ਅਜੇ ਚਰਚਾ ਇਹ ਵੀ ਚੱਲਦੀ ਪਈ ਨਾ, ਓਰੀਐਂਟਲ ਬੈਂਕ ਆਫ ਕਮਰਸ ਤੇ ਯੂਨਾਈਟਿਡ ਬੈਂਕ ਨੂੰ ਮਿਲਾ ਕੇ ਨੈਸ਼ਨਲ ਪੰਜਾਬ ਨੈਸ਼ਨਲ ਬੈਂਕ ਨਾਲ ਕਰਤਾ ਸੀਗਾ। ਦੇਖਣ ਵਾਲੀ ਗੱਲ ਤਾਂ ਇਹ ਹੈ ਨਾ ਜੀ ਕਿ ਉੱਥੇ ਲੋਕਾਂ ਦਾ ਕੀ ਹਾਲ ਹੁੰਦਾ। ਹੁਣ ਉਧਰੋਂ ਜਿਹੜੇ ਬੁਢਾਪਾ ਪੈਨਸ਼ਨ ਵਾਲੇ ਵਿਚਾਰੇ ਉਹ ਆ ਜਾਂਦੇ, ਵਿੱਚ ਨਰੇਗਾ ਵਾਲੇ ਆ ਜਾਂਦੇ, ਲਿਮਟ ਭਰਨ ਵਾਲਿਆਂ ਦੀਆਂ ਲਾਈਨਾਂ ਅੱਡ ਲੱਗੀਆਂ ਰਹਿੰਦੀਆਂ। ਗੱਲ ਤੁਹਾਡੀ ਬਿਲਕੁਲ ਸਹੀ ਹੈ, ਬਹੁਤ ਸਾਰੇ ਆਰਮੀ ਨਾਲ ਸੰਬੰਧਿਤ ਵੀ ਉਹਨਾਂ ਦੀਆਂ ਪੈਨਸ਼ਨਾਂ ਵੀ PNB ਬੈਂਕ ਚ, ਬਜੁਰਗ ਸਰੀਰ ਹੈ 2-2 ਦਿਨ। ਮੈਂ ਦਾਅਵੇ ਨਾਲ ਕਹਿੰਦਾ ਕਿ ਕਈ PNB ਬੈਂਕਾਂ ਵਿੱਚ ਤੁਸੀਂ ਹਫ਼ਤਾ ਹਫ਼ਤਾ ਚੱਕਰ ਮਾਰ ਲਓ, ਕਹਿਣਗੇ ਜੀ ਸਰਵਰ ਖਰਾਬ ਆ, ਕੰਪਿਊਟਰ ਖਰਾਬ ਆ, ਕੱਲ ਨੂੰ ਆਇਓ। ਕੱਲ ਜਾਂਦੇ ਆ, ਬਜੁਰਗ ਸਰੀਰ ਹੈ, ਕਿੰਨੀ ਵਾਰੀ ਜਾਈ ਜਾਣ। ਫਿਰ ਜਦੋਂ ਜਾਂਦੇ ਆ ਸੀਟ ਤੇ ਅੱਗੇ ਬੈਠੇ ਆ, ਸਾਹ ਚੜਿਆ ਹੁੰਦਾ, ਨਾਲ ਦੇ ਜਿਹੜੇ ਆਉਂਦੇ ਆ ਪੋਤੀਆਂ ਪੋਤੇ ਹੁੰਦੇ ਆ, ਦੋਤੀਆਂ ਦੋਤੇ ਹੁੰਦੇ ਆ, ਧੀਆਂ ਪੁੱਤ ਹੁੰਦੇ ਆ, ਨੋਹਾਂ ਹੁੰਦੀਆਂ ਆ, ਕਈ ਵਿੱਚ ਬਾਹਰ ਨੂੰ ਚੱਕਰ ਲਾਉਣ ਚਲ ਜਾਂਦੇ ਮੋਬਾਈਲਾਂ ਤੇ, ਕਿਉਂਕਿ ਇੰਨਾ ਸਮਾਂ ਕਹਿੰਦੇ ਸਾਡੇ ਕੋਲ ਬਹਿਸ ਨੀ ਹੁੰਦਾ, 2-2, 3-3 ਘੰਟੇ ਇੰਤਜ਼ਾਰ ਕਰਵਾਇਆ ਜਾਂਦਾ, ਲਾਈਨਾਂ ਲੱਗਦੀਆਂ ਉੱਥੇ, ਦੇਖੀਆਂ ਆਪਾਂ ਇਹਨਾਂ ਚੀਜ਼ਾਂ ਸਾਰੀਆਂ। ਹੁਣ ਦੇਖੋ, ਇੱਕ ਪਾਸੇ ਸਰਕਾਰਾਂ ਦਾਅਵੇ ਕਰਦੀਆਂ ਕਿ ਅਸੀਂ ਡਿਜੀਟਲ ਭਾਰਤ ਬਣਾਉਣਾ, ਚੰਗੀ ਗੱਲ ਹੈ, ਬਣਾਉਣਾ ਚਾਹੀਦਾ। ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਉਹ ਐਨਕਾਂ ਜਿਹੜੀਆਂ ਮਹਾਤਮਾ ਗਾਂਧੀ ਵਾਲੀਆਂ ਲਾਗੀਆਂ ਸਵੱਛ ਭਾਰਤ, ਉਹ ਇਸ ਕਰਕੇ ਆ ਕਿਉਂਕਿ ਇੱਕ ਦੇ ਪਿੱਛੇ ਸਵੱਛ ਲੈ ਦੇਣਾ, ਦੂਜੇ ਤੇ ਭਾਰਤ ਲੈ ਦੇਣਾ, ਦੋਨੇ ਇੱਕ ਦੂਜੇ ਨੂੰ ਦੇਖ ਹੀ ਨਾ ਸਕਣ। ਹੁਣ ਇਸ ਤਰ੍ਹਾਂ ਦਾ ਸਵੱਛ ਭਾਰਤ ਬਣਾਉਣਾ। ਦੂਸਰੇ ਪਾਸੇ ਸਾਰਾ ਕੁਝ ਪ੍ਰਾਈਵੇਟਲਾਈਜੇਸ਼ਨ ਹੋ ਰਿਹਾ, ਨਿੱਜੀਕਰਨ ਹੋ ਰਿਹਾ, ਇਹ ਹੁਣ ਦੀ ਪਾਲਿਸੀ 1991 ਦੀ ਸ਼ੁਰੂ ਹੋਈ ਹੈ। ਗਲੋਬਲਾਈਜੇਸ਼ਨ, ਲਿਬਰਲਾਈਜੇਸ਼ਨ, ਪ੍ਰਾਈਵੇਟਲਾਈਜੇਸ਼ਨ ਜਦੋਂ LPG ਸ਼ੁਰੂ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਹੋਣਾ ਜਦੋਂ ਵਿੱਤ ਮੰਤਰੀ ਸੀਗੇ, ਤਾਂ ਕਿ ਦੇਸ਼ ਦੇ ਹਾਲਾਤ ਡੁੱਬਿਆ ਸੀ, ਦੇਸ਼ ਸਹੀ ਹੋ ਜਾਣ, ਪਰ ਇੰਨਾ ਕੁਝ ਪ੍ਰਾਈਵੇਟ ਨਹੀਂ ਕੀਤਾ ਸੀ ਜਿੰਨਾ ਕੁ ਹੁਣ ਹੋ ਰਿਹਾ। ਸਰਕਾਰੀ ਬੈਂਕਾਂ 10 ਦੇ ਕਰੀਬ ਰਹਿ ਕੇ 4 ਰਹਿ ਗਈਆਂ, ਆਉਣ ਵਾਲੇ ਦਿਨਾਂ ਚ ਪਤਾ ਨੀ ਕਿੰਨੀਆਂ ਬੈਂਕਾਂ ਬੰਦ ਹੋ ਜਾਣੀਆਂ। ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈ, ਚੂਨਾ ਲਾ ਕੇ ਜਿਹੜੇ ਅਜੇ ਤੱਕ ਸਾਡੇ ਬਿਜ਼ਨਸਮੈਨ ਗਏ ਆ, ਮੇਰੇ ਕੋਲ 28 ਬੰਦਿਆਂ ਦੀ ਲਿਸਟ ਹੈ, ਜੇਕਰ ਮੈਂ ਦੇਖਾਂ ਤਾਂ ਮੈਨੂੰ ਲੱਗਦਾ ਅੰਕੜਿਆਂ ਤੋਂ ਬਾਹਰ ਹੀ ਹੈ ਕਿ ਜਦੋਂ ਉਹਨਾਂ ਦੀ ਗੱਲ ਕਰਨੀ ਹੈ, ਵਿਜੇ ਮਾਲਿਆ, ਮੇਹੁਲ ਚੌਕਸੀ, ਨੀਰਵ, ਨਿਸ਼ਾਨ ਮੋਦੀ, ਨੀਰਵ ਮੋਦੀ, ਇਹ ਸਾਰੇ ਬੰਦੇ ਆ ਜਿਹਦੇ 14-14 ਹਜ਼ਾਰ ਕਰੋੜ, ਕੋਈ 8 ਹਜ਼ਾਰ ਕਰੋੜ, ਕੋਈ 6 ਹਜ਼ਾਰ ਕਰੋੜ, ਕੋਈ 9 ਹਜ਼ਾਰ ਕਰੋੜ। ਅੱਜ ਇਹਨਾਂ ਸਾਰਿਆਂ ਦੀ ਸੰਪਤੀ ਨੂੰ ਜ਼ਬਤ ਕਰਕੇ ਜੇਕਰ ਦੇਸ਼ ਦੇ ਸਿਹਤ ਸਿਸਟਮ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਮੈਨੂੰ ਲੱਗਦਾ ਕਿ ਸਾਰਿਆਂ ਨੇ ਦੁਆਵਾਂ ਦੇਣੀਆਂ ਇਹਨਾਂ ਨੂੰ ਕਿ ਭਾਈ ਕੋਈ ਤਾਂ ਚੰਗਾ ਕੰਮ ਕੀਤਾ। ਚਲੋ ਦੇਖਦੇ ਆ ਕਰਦੇ ਕਿ ਨਹੀਂ। ਉੱਥੇ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਹਵਾਲਗੀ ਲਈ ਚਿੱਠੀ ਲਿਖੀ ਸੀਗੀ, ਉਹ ਨੀਰਵ ਮੋਦੀ ਨੂੰ ਲੰਡਨ ਚ ਲਿਆਉਣ ਲਈ, ਪਤਾ ਲੱਗਿਆ ਹੁਣ ਇੱਕ ਹੋਰ ਚਿੱਠੀ ਲਿਖ ਦਿੱਤੀ ਆ, ਕੋਰੋਨਾ ਵੀ ਚੱਲਦਾ ਪਿਆ, ਹਵਾਲਾ ਦੇ ਕੇ ਫਿਰ ਨਹੀਂ ਲਿਆਉਣਾ ਅਜੇ ਤੱਕ। ਕਈ ਤਾਂ ਇੱਦਾਂ ਦੇ ਬਾਬੇ ਵੀ ਆ ਸਾਡੇ ਇੱਥੇ, ਉਹ ਜਿਹੜੇ ਆਪਣੇ ਕਈ ਦੇਸ਼ ਹੀ ਬਣਾ ਕੇ ਬਹਿ ਗਏ ਆ ਵੱਖਰੇ। ਇਹ ਇਸ ਤਰ੍ਹਾਂ ਦੇ ਹਾਲਾਤ ਜੇਕਰ ਹੈਗੇ ਆ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਇੱਥੇ ਕਿਸੇ ਨੇ ਕਰਜ਼ਾ ਲਿਆ ਹੋਵੇ 50 ਹਜ਼ਾਰ ਦਾ, ਤੇ ਬੈਂਕ ਦੇ ਵਿੱਚ ਉਹਦੇ ਪੋਸਟਰ ਲੱਗ ਜਾਂਦੇ ਆ, ਤੇ ਇੰਨੇ ਇੰਨੇ 1000 ਕਰੋੜ ਰੁਪਏ ਲੈ ਕੇ ਇਹ ਜਹਾਜ਼ਾਂ ਦੇ ਵਿੱਚ ਹੀ ਚੜ ਕੇ ਸਕੈਨਰਾਂ ਵੀ ਦੀ ਲੰਘ ਕੇ ਚਲੇ ਕਿੱਦਾਂ ਜਾਂਦੇ ਆ, ਅਜੇ ਤੱਕ ਸਮਝ ਨਹੀਂ ਆਇਆ ਜੀ। ਤੇ ਜੀ ਅੱਗੇ ਦੱਸਿਓ, ਆਹ ਛੱਤੀਸਗੜ੍ਹ ਦੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਦੀ ਬੁਕਿੰਗ ਸ਼ੁਰੂ ਹੋਈ ਹੈ, ਜਦੋਂ ਨਾਲ ਦੀ ਨਾਲ ਹੀ ਸਰਵਰ ਡਾਊਨ ਹੋ ਗਿਆ। ਤੇ ਸਰਵਰ ਦੀ ਗੱਲ ਪਹਿਲਾਂ ਵੀ ਕੀਤੀ ਸੀ, ਇੱਥੇ ਵੀ ਕ੍ਰੈਸ਼ ਕਰਤਾ ਲੋਕਾਂ ਨੇ, ਡਿਮਾਂਡ ਤਾਂ ਬਹੁਤ ਹੈ ਫਿਰ ਹਨਾ? ਡਿਮਾਂਡ ਬਹੁਤ ਜ਼ਿਆਦਾ ਹੈ ਜੀ। ਦੇਖੋ, 2 ਘੰਟੇ ਵਿੱਚ 50 ਹਜ਼ਾਰ ਤੋਂ ਵੱਧ ਆਰਡਰ ਮਿਲ ਗਏ ਉਹਨਾਂ ਨੂੰ ਜੀ, 2 ਘੰਟੇ 50 ਹਜ਼ਾਰ ਆਰਡਰ। ਸਰਵਰ ਵੀ ਛੱਡ ਕੇ ਦੌੜ ਗਿਆ ਕਿ ਭਾਈ ਇੰਨੇ ਆਰਡਰ ਲੈਣੇ ਕਿੱਦਾਂ। ਸੂਬਿਆਂ ਦੀਆਂ ਸਰਕਾਰਾਂ ਕਰ ਕੀ ਰਹੀਆਂ, ਜ਼ਰੂਰਤ ਇਸ ਵਕਤ ਆਕਸੀਜਨ ਦੀ ਹੈ। ਆਕਸੀਜਨ ਲਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਲਈ ਕਿਹਾ ਜਾਂਦਾ ਹੈ ਕਿ ਰਸਤੇ ਦੇ ਵਿੱਚ ਲੋਕਾਂ ਨੇ ਲੁੱਟ ਲਈ, ਹਾਲਾਤ ਇਸ ਤਰ੍ਹਾਂ ਦੇ ਹੈਗੇ, ਪਰ ਹੁਣ ਪੁਲਿਸ ਲੱਗੀ ਅੱਗੇ, ਪਰ ਫਿਰ ਵੀ ਪਹੁੰਚ ਨਹੀਂ ਰਹੀ। ਇਸ ਵਕਤ ਜ਼ਰੂਰਤ ਹੈ, ਦੇਖੋ ਰੈਮਡੈਸਿਵਿਰ ਦੀ ਮੈਂ ਜ਼ਿਕਰ ਕਰਦਾ, ਹੁਣ ਨਵੀਂ ਗੱਲ ਇੱਕ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਗਲੂਕੋਸ਼ ਵਿੱਚ ਲੂਣ ਮਿਲਾ ਕੇ ਰੈਮਡੈਸਿਵਿਰ ਵੇਚਿਆ ਜਾ ਰਿਹਾ। ਖਾਲੀ ਸ਼ੀਸ਼ੀਆਂ ਲੈ ਲੈਂਦੇ ਆ, ਉਹਦੇ ਵਿੱਚ ਲੂਣ ਤੇ ਗਲੂਕੋਸ਼ ਮਿਲਾ ਕੇ, ਅੱਜ ਰਿਪੋਰਟ ਉਸ ਚੈਨਲ ਨੇ ਸਾਂਝੀ ਕੀਤੀ ਹੈ ਜਿਹੜੇ ਪ੍ਰਧਾਨ ਮੰਤਰੀ ਹੋਣਾ ਦੇ ਬਹੁਤ ਕਰੀਬੀ ਹੈ। ਹੁਣ ਜੇਕਰ ਇਸ ਤਰ੍ਹਾਂ ਦੀ ਗੱਲ ਹੈ, ਇਹਦਾ ਮਤਲਬ ਹੈ ਇਹਨਾਂ ਨੂੰ ਵੀ ਠੱਲ ਪਾਉਣੀ ਚਾਹੀਦੀ ਹੈ। ਜ਼ਰੂਰਤ ਵੈਕਸੀਨ ਦੀ ਹੈ, ਜ਼ਰੂਰਤ ਆਕਸੀਜਨ ਦੀ ਹੈ,
जरूरत बैडा की है, जरूरत वेंटीलेटर की एक थान तो दूजे तक पहुंचाने के लिए होम डिलीवरी जरूरी चीजा की करन दी है। आ जिहड़ी चीज की होम डिलीवरी की जा रही है किन्नी की जरूरी है, चलो ये कुछ हर एक बंदे की। मैं जो अर्थ शास्त्र पढ़ता सी उन्होंने दिनों च मैं एक उदाहरण से कि हर बंदे की अपनी जरूरत होंगी है, पर अज ये जरूरत जिहड़ी आ इन्हां दिनों विच है नहीं गी। इस समय दे विच साडा सेहत सिस्टम जिहड़ा है सारे की नजर उत्ते है, मोबाइलों के नंबर आधार कार्ड के पूरे पते, वो आधार कार्ड जिन्हू लिंक करने लिए असि 100-100 बार सोचते हैं, आ काम के लाने उन्होंने लिंक करने लिए मिनट नहीं लाया, पैन कार्ड लिया के नाल लिंक कर दिते, कल नू फ्रॉड हो जाए जेकर कोई तो की करनगे, सर्वर विचो डाउन हो गया, CSMCL पोर्टल इन्होंने बनाया से वो डाउन हो गया, 15-15 किलोमीटर दियां लाइनां लगियां दिखाई दित्तियां, 15 किलोमीटर अपने आप दे विच कहण दी हैरानी दी गल हुंदी है, मतलब ये नहीं लगातार लगिया हो गया, लोग उत्थे मोटरसाइकिल खड़े करके चल गए, साडी बारी भी पिछे आउणी है। इस तरह के जेकर हालात है उस तो भी वड्डी गल है, मैनू लगदा 100 दी चीज होणी है तो 100 रुपया उपर डिलीवरी ली जा रही है वह भी ऑनलाइन, उस तो बाद जो घर लैके जाना उत्थे भी पेमेंट है। अज सोचदी क्यों नहीं साडी जनता, सोचण दी लोड़ है, भावें छत्तीसगढ़ है भावें कोई भी सूबे है, अपने अपने जगाड़ सरकार ने बनाए क्योंकि बहुत वड्डा इस तो टैक्स के रूप में पैसा इकट्ठा हुंदा है। नहीं तो बठिंडे वाले पास का पता लग्या कि बंद के दौरान भी गड्डियां चो सरकारी गड्डियां चो उतर के भी इस तरह का समान लिया ही जाता है, किहड़ी वड्डी गल है। ओ भी ना जी, खैर सारा कुछ ही है। दूजी गल है कि जे ठेके खुले ने है ना, तो फिर जे उन्हें लै लिया बेचारे ने की हो गया, कई बार सूबे प्रधान ने घरे आना हुंदा ना, अगले ने मंगा लिया होना, तो चर्चा चल रही है जे हुण पंजाब पुलिस का मुलाजम भी है जो भी पी ले, जे तो ठेका खुला फिर तो मेरे ख्याल कोई गलती नहीं, जे हां वो ठेका भी खुलवा के ले जाता नजायज तौर उ फिर तो कसूरवार है ही। जी एक गल होर है इस मामले च, जेडे दोष लगे है वह तो चलो वक् वक् वीडियो बनी है, पर उन्होंने वालों सफाई आई है कि यह वीडियो एडिट की गई है, चलो जांच का ऐसा जिस तरह भी है, पर जेडे विधायक है उन्होंने बयान तो आ गया कि माड़ी गल है, चलो बहुत कुछ हों पर्दे पिछे भी पर्दे अगे भी। अगली खबर वाल वर्दे आप जी, वैक्सीन लैके की कुछ चल रहा जी, पर इतों पहला कोरोना लड़न के वास्ते केन्द्र ने जो फंड जारी किए की कुछ है? केंद्र सरकार ने एक फंड जारी किया है कोरोना वायरस के नाल लड़न लई, ताकि देश के हर लोगों तक खर्चा पहुंच सके, उन्हां तक दवाई थोड़ी बहुती पहुंच सके, ये चंगी गल है, पर बहुत लेट याद आया 8600 करोड़ रुपए का दसया जा रहा है कि उन्होंने बजट जारी किया, चंगी गल है, पर सवाल यह नहीं कि बजट उन्होंने लिया स्पैशल COVID-19 की दवाई लई जां वैक्सीन लई जां लोगों लई, ये अजे 2021-2022 योजना थी जिसनों लागू करना थी, पर सरकार ने देखा कि इस वक्त जरूरत है, उस वेले दी स्कीम हुणे लागू करके अपने सिर तो भार ला दिता जी। पर जेडी पिछलियां गल्लां सानू दसदियां, पिछले रिकॉर्ड सानू दसदे है कि जिस समय वैक्सीन की जरूरत सी उस वेले वैक्सीन क्यों नहीं मंगवाई गई, सीरम इंस्टीट्यूट नूं 2000 रुपया देने की गल कही गई थी, 2600 करोड़ रुपया ਉਹ ਉਦੋਂ ਦਿੱਤੇ ਆਰਡਰ ਲਈ ਦਿੱਤੇ, ਜਦੋਂ ਪੈਸੇ ਉਦੋਂ ਦਿੱਤੇ, ਕਈ ਦੇਸ਼ਾਂ ਵਿੱਚ ਕੰਪਨੀਆਂ ਨੂੰ ਪਹਿਲਾਂ ਹੀ ਪੈਸੇ ਫੜਾ ਦਿੱਤੇ ਗਏ, ਸਿਰਮ ਇੰਸਟੀਚਿਊਟ ਨੇ ਆਪਣੇ ਪੱਲਿਓਂ 2000 ਕਰੋੜ ਰੁਪਏ ਲਾਇਆ, ਹਾਲਾਂਕਿ ਇਹਨਾਂ ਨੇ ਪੈਸੇ ਬਾਅਦ ਚ ਸਰਕਾਰ ਤੋਂ ਲੈਣੇ ਸੀ, ਵੈਕਸੀਨ ਫ੍ਰੀ ਨਹੀਂ ਦੇਣੀ ਸੀ, ਪੈਸੇ ਲੈਣੇ ਸੀਗੇ। ਪਰ ਮੈਂ ਇੱਥੇ ਗੱਲ ਕਰਦਾ ਕਿ ਜਦੋਂ ਕੋਈ ਵੈਕਸੀਨ ਆਈ ਸੀ, ਬਹੁਤੀਆਂ ਕੰਪਨੀਆਂ ਨੇ, ਅਜੇ ਤੱਕ ਵੀ 5-6 ਕੰਪਨੀਆਂ ਹੀ ਨੇ ਜਿਹੜੀਆਂ ਵੈਕਸੀਨ ਬਣਾ ਰਹੀਆਂ, ਕਈ ਦੇਸ਼ਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੇ ਕਈ ਦੇਸ਼ਾਂ ਨੇ ਪਹਿਲ ਕਰਕੇ, ਅਮਰੀਕਾ ਵਰਗੇ ਦੇਸ਼ਾਂ ਨੇ ਪਹਿਲਾਂ ਹੀ 5000 ਕਰੋੜ ਰੁਪਿਆ ਕਈ ਕੰਪਨੀਆਂ ਨੂੰ ਦੇਤਾ ਕਿ ਭਾਈ ਆਹ ਮਦਦ ਹੈ ਸਾਡੇ ਵੱਲੋਂ, ਤੁਸੀਂ ਕਰੋ, ਜੋ ਹਿਸਾਬ ਕਿਤਾਬ ਹੋਇਆ ਅਸੀਂ ਬਾਅਦ ਵਿੱਚ ਕਰਾਂਗੇ। ਪਰ ਸਾਡੇ ਇੱਥੇ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲਿਆ। ਭਾਰਤ ਬਾਇਓਟੈਕ ਨੇ ਵੀ ਸਾਰੇ ਪੈਸੇ ਆਪਣੇ ਕੋਲ ਲਾਏ, 4500 ਕਰੋੜ ਰੁਪਿਆ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤਾ, ਉਹਨਾਂ ਵਿੱਚੋਂ ਇਹ ਕਿਹਾ ਗਿਆ ਸੀ ਕਿ 100 ਮਿਲੀਅਨ ਦਵਾਈਆਂ ਤਿਆਰ ਕਰਨੀਆਂ, ਪਰ ਅਜੇ ਤੱਕ ਵੀ ਉਹ ਅੰਕੜਾ ਸਾਡੇ ਕੋਲ ਪਾਰ ਨਹੀਂ ਹੋਇਆ, ਅਜੇ ਤੱਕ ਵੀ ਵੈਕਸੀਨ ਉਨੀ ਦਿੱਤੀ ਨਹੀਂ ਜਾ ਸਕੀ। ਇਸ ਵਕਤ ਵਿਦੇਸ਼ ਵਿੱਚ ਚਲੇ ਗਏ ਉਹ ਕੰਪਨੀ ਵਾਲੇ ਬਣਾਉਣੀ ਹੈ, ਜਿੰਨੇ ਇੱਕ ਅੰਕੜੇ ਉਹਨਾਂ ਨੇ ਦਿੱਤੇ ਆ 2600 ਕਰੋੜ ਡੋਜ਼ ਹੋਰ ਦੇਣੀ ਹੈ, ਕਿਉਂਕਿ ਵੱਖ ਵੱਖ ਸੂਬਿਆਂ ਨੇ ਵੀ ਆਰਡਰ ਕੀਤੇ, ਪੰਜਾਬ ਨੇ ਵੀ ਵਿੱਚੋਂ 10 ਲੱਖ ਵੈਕਸੀਨ ਦਾ ਆਰਡਰ ਕੀਤਾ, ਪਤਾ ਤਾਂ ਇਹ ਵੀ ਲੱਗਾ ਕਿ ਅੱਜ ਉਹਨਾਂ ਨੇ ਵੀ ਕਈ ਥਾਵਾਂ ਤੇ 18 ਤੋਂ 45 ਸਾਲ ਤੱਕ ਵੈਕਸੀਨ ਦੀ ਸ਼ੁਰੂਆਤ ਕਰ ਦੇਣੀ ਸੀ, ਪਰ ਕੀਤੀ ਨਹੀਂ ਕਿਉਂਕਿ ਦਵਾਈ ਪਹੁੰਚੀ ਨਹੀਂ।
ਉਸ ਤੋਂ ਬਾਅਦ ਅੱਜ ਵੱਖ ਵੱਖ ਅਖਬਾਰਾਂ ਨੇ ਖਬਰ ਨੂੰ ਪਹਿਲ ਦੇ ਆਧਾਰ ਤੇ ਲਾਇਆ ਕਿ 18 ਤੋਂ 45 ਸਾਲ ਤੱਕ ਵੈਕਸੀਨ ਦੇ ਦੇਣੀ ਹੈ। ਫਿਰ ਬਾਅਦ ਸ਼ਾਮ ਤੱਕ ਪਤਾ ਲੱਗਦਾ ਕਈ ਹਸਪਤਾਲਾਂ ਨੇ ਸ਼ੁਰੂ ਨਹੀਂ ਕੀਤਾ ਕੰਮ ਕਿਉਂਕਿ ਵੈਕਸੀਨ ਉਨ੍ਹਾਂ ਕੋਲ ਹੈ ਨੀਗੀ। ਇਹ ਉਸੇ ਪ੍ਰੋਜੈਕਟ ਦਾ ਹਿੱਸਾ ਹੈ। 2020 ਵਿਚ 400 ਮਿਲੀਅਨ ਟੀਕਿਆਂ ਲਈ 4 ਕੰਪਨੀਆਂ ਨੂੰ ਅਮਰੀਕਾ ਨੇ ਪੈਸੇ ਫੜਾ ਦਿੱਤੇ ਸੀਗੇ। ਉਹ ਕਹਿੰਦੇ ਤੁਸੀਂ ਤਿਆਰ ਕਰੋ ਦਵਾਈਆਂ, ਸਾਡੇ ਦੇਸ਼ ਦੇ ਲੋਕਾਂ ਲਈ ਜ਼ਰੂਰਤ ਹੈ। ਪਰ ਸਾਡੇ ਇਸ ਤਰ੍ਹਾਂ ਦਾ ਕੁਝ ਨਹੀਂ। ਉਨ੍ਹਾਂ ਦਿਨਾਂ ਵਿਚ ਵੀ ਸਾਡੇ ਪ੍ਰੋਜੈਕਟ ਜਿਹੜੇ ਹੈ 2000 ਕਰੋੜ ਦੇ ਤਕਰੀਬਨ ਸਰਕਾਰੀ ਇਮਾਰਤਾਂ ਦੇ ਉਪਰ ਖਰਚਿਆ ਗਿਆ, ਜਿਹਦੇ ਵਿਚ ਵਿਸਟਾ ਪ੍ਰੋਜੈਕਟ ਸੀਗਾ। ਵੈਂਟੀਲੇਟਰ ਤੇ ਧੱਕੇ ਨਾਲ ਖਰਚ ਕੱਢਿਆ ਗਿਆ ਪੀਐਮ ਕੇਅਰ ਫੰਡ ਵਿਚੋਂ। ਚਲੋ ਚੰਗੀ ਗੱਲ ਹੈ, ਉਹਦਾ ਮੂੰਹ ਖੁੱਲਿਆ। ਪਰ ਕੰਪਨੀਆਂ ਨੂੰ ਜਿਹੜੇ ਪੈਸੇ ਦੇਣੇ ਸੀਗੇ ਉਹ ਦਿੱਤਾ ਨੀ। ਹੁਣ ਨਵੀਆਂ ਕੰਪਨੀਆਂ ਜਿਹੜੀਆਂ ਆ ਰਹੀਆਂ ਆ ਉਹਨਾਂ ਨੂੰ ਵਿਦੇਸ਼ਾਂ ਤੋਂ ਵੈਕਸੀਨ ਲੈ ਕੇ ਭਾਰਤ ਉਹਨਾਂ ਨੇ ਪਹੁੰਚਣਾ। ਮਤਲਬ ਇਹ ਹੈ ਸਨੈਪ ਜੀ ਕਿ ਵਿਦੇਸ਼ਾਂ ਦੀ ਹੁਣ ਵੈਕਸੀਨ ਦੀ ਜ਼ਰੂਰਤ ਪੈ ਗਈ ਹੈ, ਕਿਉਂਕਿ ਇੱਕ ਕੰਪਨੀ ਇੰਨੀ ਵੱਡੀ ਆਬਾਦੀ ਲਈ ਵੈਕਸੀਨ ਤਿਆਰ ਨਹੀਂ ਕਰ ਸਕਦੀ। ਇਸ ਕਰਕੇ ਹੁਣ ਲੱਗਦਾ ਕਿ ਕੇਂਦਰ ਨੇ ਜਿਹੜਾ ਫੰਡ ਜਾਰੀ ਕੀਤਾ ਉਹ ਵਿਦੇਸ਼ਾਂ ਦੀਆਂ ਕੰਪਨੀਆਂ ਲਈ ਵੀ ਕੀਤਾ। ਅਗਲੇ ਮਹੀਨੇ ਤੋਂ ਵੈਕਸੀਨ ਹੋਰ ਆਉਣੀ ਸ਼ੁਰੂ ਹੋ ਜਾਣੀ ਹੈ। 4-5 ਹਿੱਸਾ ਹੋ ਸਕਦਾ ਉਸ ਵੈਕਸੀਨ ਦੇ ਨਾਲ ਕਵਰ ਕੀਤਾ ਜਾ ਸਕੇ ਜੀ। ਸੋ ਚੰਗੀ ਗੱਲ ਹੈ ਜੀ ਜੇ ਕੁਛ ਹੋ ਜਾਵੇ ਤੇ। ਕਾਫੀ ਕੁਛ ਹੋਰ ਹੈ, ਇਹਦੀ ਗੱਲ ਵੀ ਆਪਾਂ ਕਰ ਲਈਏ। ਵੈਕਸੀਨ ਕੰਪਨੀ ਦੇ ਵਾਸਤੇ ਪੇਟੈਂਟ ਚ ਛੋਟ ਦਾ ਕੰਮ ਔਖਾ ਜਾਂ ਸੌਖਾ ਜੀ? ਦੇਖੋ ਹੁਣ ਅਮਰੀਕਾ ਨੇ ਇੱਕ ਪਹਿਲ ਕਰਨੀ ਕੀਤੀ ਸੀ ਜੋ ਬਾਈਡਨ ਪ੍ਰਸ਼ਾਸਨ ਨੇ ਕਿ ਜੇਕਰ ਦਿੰਦੇ ਆ ਤਾਂ ਚੰਗੀ ਗੱਲ ਹੈ। ਪੇਟੈਂਟ ਹੁੰਦਾ ਕੀ ਆ? ਜੇਕਰ ਅੱਜ ਮੇਰੇ ਕੋਲ ਇਹ ਅਧਿਕਾਰ ਆ ਕਿ ਇਸ ਕੰਪਨੀ ਦੀ ਵੈਕਸੀਨ ਮੈਂ ਹੀ ਬਣਾਉਣੀ ਆ, ਤਾਂ ਸਿਰਫ ਉਹ ਅਧਿਕਾਰ ਮੇਰੇ ਕੋਲ ਹੈ। ਇੱਕ ਹਿਸਾਬ ਦਾ ਕਾਪੀ ਰਾਈਟ ਹੁੰਦਾ। ਸਾਡੇ ਨੀ ਇੱਦਾਂ ਕਿ ਸਿੰਗਰ ਗਾਣੇ ਗੁਣੇ ਗਾ ਲੈਂਦੇ, ਇੱਕ ਦੂਜੇ ਚੱਕ ਕੇ ਮਿਊਜ਼ਿਕ ਲਾ ਕੇ ਕਈਆਂ ਕੋਲ ਪੇਟੈਂਟ ਹੁੰਦਾ। ਪੇਟੈਂਟ ਹੁੰਦਾ ਕਿ ਅਧਿਕਾਰ ਮੇਰੇ ਕੋਲ ਹੈ। ਅਮਰੀਕਾ ਨੇ ਕਿਹਾ ਕਿ ਇੰਨੀ ਵੱਡੀ ਮਾਤਰਾ ਵਿਚ ਵੈਕਸੀਨ ਦੀ ਜ਼ਰੂਰਤ ਹੈ, ਜੇਕਰ ਕੰਪਨੀਆਂ ਚਾਹੁਣ ਤਾਂ ਅਸੀਂ ਸਮਰਥਨ ਕਰਦੇ ਹਾਂ ਕਿ ਹੋਰਾਂ ਕੰਪਨੀਆਂ ਨੂੰ ਫਾਰਮੂਲਾ ਦਿੱਤਾ ਜਾਵੇ। ਉਹਨਾਂ ਸਮਰਥਨ ਕੀਤਾ ਇਸ ਚੀਜ਼ ਦਾ, ਪਰ ਵਿਰੋਧ ਹੋਣਾ ਸ਼ੁਰੂ ਹੋ ਗਿਆ। ਯੂਰਪੀਅਨ ਯੂਨੀਅਨ ਨੇ ਵੀ ਇਸ ਦਾ ਵਿਰੋਧ ਕੀਤਾ, ਕਈ ਦੇਸ਼ਾਂ ਨੇ ਵੀ ਵਿਰੋਧ ਕੀਤਾ। ਗਰੀਬ ਦੇਸ਼ਾਂ ਨੇ ਤਾਂ ਚਲੋ ਕੀ ਕਰਨਾ, ਉਹਨਾਂ ਤਾਂ ਵੈਕਸੀਨ ਦੀ ਜ਼ਰੂਰਤ ਹੈ, ਪਰ ਕਈ ਦੇਸ਼ ਜਿੱਥੇ ਕੰਪਨੀਆਂ ਮੁੱਖ ਕੰਮ ਕਰਦੀਆਂ ਉਹਨਾਂ ਨੇ ਕੀਤਾ। ਇਹ ਕੰਮ ਸੌਖਾ ਨੀਗਾ ਇਹ ਪੇਟੈਂਟ ਵਾਲਾ ਕੰਮ, ਕਿਉਂਕਿ ਇੱਕ ਕੰਪਨੀ ਹੈ ਉਹਨੇ ਪਹਿਲਾਂ ਵੱਖ ਵੱਖ ਆਪਾਂ ਐਂਗਲ ਆ ਜਿਹੜੇ ਆਪਾਂ ਦੇਖਾਂਗੇ। ਇੱਕ ਕੰਪਨੀ ਹੈ ਉਹਨੇ ਆਪਣੇ ਪੱਲਿਓਂ ਲਾ ਕੇ ਵੈਕਸੀਨ ਤਿਆਰ ਕੀਤੀ ਹੈ, ਉਹਦਾ ਇਹ ਕੰਮ ਹੈ ਕਿ ਮੈਂ ਕੱਲ ਨੂੰ ਪ੍ਰੋਫਿਟ ਕੱਢਣਾ, ਕਿਉਂਕਿ ਬਿਜ਼ਨਸਮੈਨ ਦਾ ਕੰਮ ਸਿਰਫ ਬਿਜ਼ਨਸ ਕਰਨਾ ਹੁੰਦਾ। ਦੂਸਰੇ ਪਾਸੇ ਸਾਡੀ ਨਿਗਾਹ ਉਹਨਾਂ ਦੇਸ਼ਾਂ ਤੇ ਹੈ ਕਿ ਜਿਨ੍ਹਾਂ ਨੇ ਵੈਕਸੀਨ ਤਿਆਰ ਕਰ ਲਈ ਹੈ, ਅਸੀਂ ਉਹਨਾਂ ਤੋਂ ਵੈਕਸੀਨ ਲਵਾਂਗੇ। ਜੇਕਰ ਵੈਕਸੀਨ ਵੱਡੇ ਪੱਧਰ ਤੇ ਉਹਨਾਂ ਨੇ ਤਿਆਰ ਨਾ ਕੀਤੀ ਤਾਂ ਫਿਰ ਹੁਣ ਜਿਹੜਾ ਭਰੋਸੇ ਚ ਲੈ ਕੇ ਉਹਨਾਂ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਸਾਨੂੰ ਫਾਰਮੂਲਾ ਦੇ ਦਿਓ ਤਾਂ ਕਿ ਅਸੀਂ ਵੀ ਵੈਕਸੀਨ ਤਿਆਰ ਕਰ ਲਈਏ। ਇਹ ਕੰਮ ਸੌਖਾ ਇਸ ਕਰਕੇ ਨੀਗਾ, ਇੱਕ ਤਾਂ ਇਹਨਾਂ ਕਾਲਾ ਬਜ਼ਾਰੀ ਵੱਧ ਜਾਣੀ ਹੈ, ਦੂਜੇ ਨੰਬਰ ਦੇ ਉੱਪਰ ਵੈਕਸੀਨ ਉਸ ਕੰਪਨੀ ਨੇ ਬਣਾ ਲਈ ਠੀਕ ਹੈ, ਜਿਹੜੀ ਦੂਜੀ ਨੂੰ ਦਿੱਤਾ ਕੰਮ ਉਹਨੇ ਅੱਗੇ ਨਿਕਲਣੀ ਜਾਂ ਵੱਧ ਮਾਤਰਾ ਦੇ ਵਿੱਚ ਬਣਾਉਣ ਦੇ ਲਈ ਜ਼ਿਆਦਾ ਵੈਕਸੀਨ ਤਿਆਰ ਕਰਨ ਦੀ ਜ਼ਰੂਰਤ ਕੀਤੀ, ਤਾਂ ਫਿਰ ਕੀ ਪਤਾ ਉਹ ਇੱਕ ਪਹਿਲਾਂ ਵੈਕਸੀਨ ਤੇ ਦੋਸ਼ ਲੱਗੇ ਕਿ ਉਹਦੀ ਜਿਹੜਾ ਗਰਮੈਸ਼ ਹੈ ਉਹ ਜ਼ਿਆਦਾ ਹੋਈ, ਇਸ ਕਰਕੇ ਖੂਨ ਦੇ ਥੱਬੇ ਜੰਮਦੇ ਆ। ਹਾਲਾਂਕਿ ਉਹਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਨੀ। ਜੇਕਰ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਤੇ ਇਹਦਾ ਮਤਲਬ ਇਹ ਹੈ ਕਿ ਫਿਰ ਉਹ ਕੰਪਨੀਆਂ ਵਿੱਚ ਹੋੜ ਲੱਗ ਜਾਣੀਆਂ, ਭਾਈ ਹੁਣ ਅਸੀਂ ਅੱਗੇ ਬਣਾਵਾਂਗੇ ਜਲਦੀ, ਅਸੀਂ ਜ਼ਿਆਦਾ ਬਣਾਵਾਂਗੇ, ਇਹਦੇ ਨਾਲ ਵੀ ਕੰਮ ਖਰਾਬ ਹੋ ਸਕਦਾ ਕਿਉਂਕਿ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਇਹ ਜਿਹੜੀ ਵੈਕਸੀਨ ਹੈ ਇਹ ਬੜੀ ਸੋਚ ਸਮਝ ਕੇ ਬਣਾਈ ਗਈ ਹੈ ਕੰਪਨੀਆਂ ਵੱਲੋਂ। ਹੁਣ ਜੇਕਰ ਉਹਦਾ ਪੇਂਟੈਂਟ ਬਾਕੀਆਂ ਨੂੰ ਦਿੰਦੇ ਆ ਤਾਂ ਫਿਰ ਇਹ ਹੋ ਜਾਣਾ ਔਖਾ। ਕਾਰਨ ਇੱਕ ਹੋਰ ਹੈ, ਉਹ ਸਭ ਤੋਂ ਵੱਡਾ ਕਾਰਨ ਹੈ। ਜੇਕਰ ਤੁਸੀਂ ਅੱਜ ਮੈਨੂੰ ਫਾਰਮੂਲਾ ਸਿਖਾਉਂਗੇ ਤਾਂ ਮੈਂ ਕਿਹਾ ਸਕਲੈਪ ਜੀ ਮੈਨੂੰ ਟਿਊਸ਼ਨ ਰੱਖ ਲਓ, ਤੁਸੀਂ ਅਲਜਬਰੇ ਦਾ ਸਮਝਾ ਦਿਓ ਮੈਨੂੰ, 2-3 ਹਫ਼ਤੇ ਤੇ ਸਮਝਣ ਲੱਗ ਹੀ ਜਾਣਗੇ, ਜੇ ਬਹੁਤ ਦਿਮਾਗ ਤੇਜ਼ ਆ ਮੈਂ 2 ਦਿਨ ਚ ਵੀ ਸਮਝ ਲਊਂਗਾ ਜਾਂ ਫਿਰ ਹਫ਼ਤਾ ਵੀ ਲਗਾਵਾਂਗੇ। ਹੁਣ ਜੇਕਰ ਕੰਪਨੀਆਂ ਫਾਰਮੂਲਾ ਸਮਝਾਉਣ ਤੇ ਆ ਗਈਆਂ, ਕੋਈ ਬੰਦੇ ਉੱਥੇ ਭੇਜੇ ਤਾਂ ਵੀ 2-3 ਮਹੀਨੇ ਦਾ 5-6 ਮਹੀਨੇ ਦਾ ਸਮਾਂ ਲੱਗ ਸਕਦਾ। ਸਮਾਨ ਵੀ ਇੰਪੋਰਟ ਐਕਸਪੋਰਟ ਕਰਨਾ ਇੱਕ ਥਾਂ ਤੋਂ ਦੂਜੀ ਥਾਂ ਤੇ, ਉੱਥੇ ਵੀ ਸਮਾਂ ਲੱਗ ਸਕਦਾ। ਕਹਿਣ ਦਾ ਮਤਲਬ ਹੈ ਕਿ ਇਹ ਕੰਮ ਇੰਨਾ ਸੌਖਾ ਨਹੀਂ ਗਾ। ਅਮਰੀਕਾ ਨੇ ਭਾਵੇਂ ਇਸ ਚੀਜ਼ ਦੀ ਹਮਾਇਤ ਕੀਤੀ ਆ ਕਿ ਇਹ ਕੰਮ ਕਰ ਲੈਣਾ ਚਾਹੀਦਾ, ਕਿਉਂਕਿ 60 ਤੋਂ ਵੱਧ ਅਜਿਹੇ ਦੇਸ਼ ਹੈ, ਗਰੀਬ ਦੇਸ਼, ਜਿਨ੍ਹਾਂ ਤੱਕ ਅਜੇ ਤੱਕ ਵੈਕਸੀਨ ਪਹੁੰਚਣੀ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨਾਂ ਨੂੰ ਪਤਾ ਵੀ ਨਹੀਂ ਗਾ। ਅਮਰੀਕਾ ਵਿੱਚ 44% ਆਬਾਦੀ ਨੂੰ ਕੋਰੋਨਾ ਵਾਇਰਸ ਦਾ ਟੀਕਾ ਲੱਗ ਚੁੱਕਿਆ। ਕਈ ਥਾਵਾਂ ਤੇ ਤਾਂ ਇਹ ਵੀ ਕਹਿਤਾ ਕਿ ਹੁਣ ਜ਼ਰੂਰਤ ਹੈ ਨੀ ਗੀ। ਨਿਊਯਾਰਕ ਦੀ ਬਹੁਤ ਵੱਡੀ ਅਖਬਾਰ ਨੇ ਅੱਜ ਖਬਰ ਛਾਪੀ ਹੈ। ਪਰ ਅਫਰੀਕਾ ਉੱਥੇ 1% ਹੀ ਵੈਕਸੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋਈ ਹੈ। ਹੁਣ 17 ਦੇਸ਼ ਇਦਾਂ ਦੇ ਅਫਰੀਕਾ ਵਿੱਚ ਹੀ ਪੈਂਦੇ ਜਿੱਥੇ ਤੱਕ ਅਜੇ ਤੱਕ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਡਾਕਟਰਾਂ ਦੀ ਟੀਮ ਉੱਥੇ ਨਹੀਂ ਪਹੁੰਚ ਰਹੀ, 200 ਬੰਦੇ ਪਿੱਛੇ ਇੱਕ ਡਾਕਟਰ ਕੰਮ ਕਰ ਰਿਹਾ, ਤੇ ਉੱਥੇ ਕਿਸ ਤਰ੍ਹਾਂ ਹਾਲਾਤ ਕੰਟਰੋਲ ਕਰਨੇ ਆ?
ਹੁਣ ਗੱਲਾਂ ਦੋਨੇ ਸਹੀ ਆਪਣੀ ਜਗ੍ਹਾ ਤੇ ਜੇਕਰ ਕੰਪਨੀ ਨੂੰ ਕਿਹਾ ਜਾਵੇ ਕਿ ਤੁਸੀਂ ਤਰੀਕਾ ਦੱਸ ਦੋ ਠੀਕ ਹੈ ਜੇ ਦੱਸ ਦੇਣਗੇ ਕੀ ਦੂਜੀ ਕੰਪਨੀ ਉਸੇ ਤਰ੍ਹਾਂ ਦੀ ਓਨੀ ਕੁ ਰਫ਼ਤਾਰ ਦੇ ਨਾਲ ਵੈਕਸੀਨ ਬਣਾ ਲੇਗੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਮਤਲਬ ਕਿ ਜਮਾਖੋਰੀ ਕੰਮ ਕਾਲਾ ਬਜ਼ਾਰੀ ਇਹ ਸਾਰਾ ਕੁਝ ਹੋਣ ਦੀ ਸੰਭਾਵਨਾ ਪਰ ਕੰਮ ਮੈਨੂੰ ਨਿੱਜੀ ਤੌਰ ਤੇ ਵੀ ਲੱਗਦਾ ਇੰਨਾ ਸੌਖਾ ਨਹੀਂ ਗਾ ਕਿਉਂਕਿ ਕੰਪਨੀਆਂ 5-6 ਐਸਟ੍ਰਾਜੈਨਿਕਾ ਆ ਮਾਡਰਨਾ ਆ ਜਾਂ ਫਿਰ ਫਾਈਜ਼ਰ ਹੈ ਭਾਰਤ ਵਾਲੀ ਕੋਵਿਸ਼ੀਲਡ ਆ ਜਾਂ ਕੋਵੈਕਸੀਨ ਹੈ ਉਸ ਤੋਂ ਬਾਅਦ ਰੂਸ ਦੀ ਵੀ ਸਪੂਤਨਿਕ ਵੀ ਹੈਗੀ ਆ ਹੋਰਾਂ ਵੀ ਦੇਸ਼ਾਂ ਚ ਬਹੁਤ ਸਾਰੀਆਂ ਕੰਪਨੀਆਂ ਹੈ ਪਰ ਇਹ 6-7 ਮੁੱਖ ਕੰਪਨੀਆਂ ਜਿਨ੍ਹਾਂ ਨੇ ਵੈਕਸੀਨ ਤਿਆਰ ਕੀਤੀ ਹੈ ਚਾਈਨਾ ਦੀ ਦਵਾਈ ਵੀ ਹੈਗੀ ਹੈ ਭਾਵੇਂ ਬ੍ਰਾਜ਼ੀਲ ਨੇ ਉਹ ਰੋਕ ਦਿੱਤੀ ਹੈ ਸਾਊਥ ਅਫਰੀਕਾ ਨੇ ਰੋਕ ਦਿੱਤੀ ਹੈ ਇਹ ਕਹਿ ਕੇ ਸਾਡੇ ਇਸ ਲੋਕਾਂ ਦੇ ਉੱਪਰ ਕਾਰਗਰ ਸਿੱਧ ਨਹੀਂ ਹੋਈ ਪਰ ਇਹ ਕੰਮ ਪੇਟੈਂਟ ਵਾਲਾ ਇੰਨਾ ਸੌਖਾ ਨਹੀਂ ਜੀ ਇਹ ਵੀ ਗੱਲ ਹੈ ਕਿ ਪੇਟੈਂਟ ਵਾਲਾ ਕੰਮ ਇੰਨਾ ਸੌਖਾ ਤਾਂ ਨਹੀਂ ਤੇ ਜੀ ਆਰ ਐਸ ਐਸ ਦੇ ਵੱਲੋਂ ਭਾਜਪਾ ਨੂੰ ਕੀ ਸਲਾਹ ਦਿੱਤੀ ਦੇਖੋ ਆਰ ਐਸ ਐਸ ਵਾਲੇ ਤਾਂ ਹੁਣ ਸਲਾਹ ਦਿੰਦੇ ਪਏ ਆ ਕਿ ਬੰਗਾਲ ਵਿਚ ਚੋਣਾਂ ਹੋਈਆਂ ਪਈ ਆਪਾਂ ਹਾਰ ਵੀ ਗਏ ਆ ਆਪਣਾ ਹੀ ਹੁਣ ਪਾਰਟੀ ਉਹਨਾਂ ਦੀ ਆ ਪਿੱਛੇ ਸਾਰਾ ਕੁਝ ਸਪੋਰਟ ਕੀਤੀ ਜਾਂਦੀ ਹੈ ਉਹ ਕਹਿੰਦੇ ਆ ਕਿ ਪਾਰਟੀ ਨੂੰ ਮੰਥਨ ਕਰਨ ਦੀ ਜ਼ਰੂਰਤ ਹੈ ਕਿ ਪਾਰਟੀ ਆਖਿਰ ਹਾਰੀ ਕਿਉਂ ਦੇਖੋ ਦਲੀਪ ਘੋਸ਼ ਦੇ ਉੱਪਰ ਸਾਰੇ ਦੋਸ਼ ਲੱਗ ਰਹੇ ਆ ਕਿ ਬੰਦੇ ਨੇ ਵੰਡ ਪਾ ਕੇ ਰੱਖੀ ਹੈ ਇੱਕ ਬੰਗਾਲ ਵਿਚ ਨੀ ਹੋਰਾਂ ਸੂਬਿਆਂ ਵਿਚ ਵੀ ਹਾਲਾਤ ਬਹੁਤ ਠੀਕ ਨੇ ਰਹੇ ਅਸਾਮ ਨੂੰ ਛੱਡ ਕੇ ਜੀ ਆਰ ਐਸ ਐਸ ਪਰਦੇ ਦੇ ਪਿੱਛੇ ਹਮੇਸ਼ਾ ਕੰਮ ਕਰ ਰਹੀ ਸੀ ਹੁਣ ਵੀ ਚਲੋ ਕਰਦੀ ਹੈ ਹੁਣ ਉਹਨਾਂ ਨੇ ਇੱਕ ਜਿਹੜਾ ਲੇਖ ਛਾਪਿਆ ਇਹ ਭਾਜਪਾ ਲਈ ਇੱਕ ਸਭ ਤੋਂ ਵੱਡੀ ਚੁਣੌਤੀ ਵੀ ਆਉਣ ਵਾਲੇ ਸਮੇਂ ਦੇ ਲਈ ਉਹਨਾਂ ਦੀ ਇੱਕ ਕਹਿ ਸਕਦੇ ਆ ਕਿ ਚਪੇੜ ਦਾ ਕੰਮ ਵੀ ਕਰ ਸਕਦੀ ਹੈ ਕਾਰਨ ਇਹ ਹੈ ਕਿ ਪੱਛਮੀ ਬੰਗਾਲ ਵਿਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਲੈ ਕੇ ਗਏ ਸੀ ਭਾਜਪਾ ਵਾਲੇ ਉਹਨਾਂ ਨੂੰ ਲੱਗਾ ਕਿ ਅਸੀਂ ਜਿੱਤ ਕੇ ਆਉਣਾ ਹਾਂ ਪਹਿਲਾਂ 3 ਸੀਟਾਂ ਸੀਗੀਆਂ 3 ਤੋਂ ਐਤਕੀ 50-60 ਸੀਟਾਂ ਉਹਨਾਂ ਨੇ ਵਧਾਈਆਂ ਚੰਗੀ ਗੱਲ ਹੈ ਜੀ ਵਿਰੋਧੀ ਧਿਰ ਵਜੋਂ ਉਭਰ ਗਏ ਆ ਇਹ ਵੀ ਠੀਕ ਹੈ ਪਰ ਹੁਣ ਤੁਸੀਂ ਦੇਖੋ ਉੱਥੇ ਦੀ ਸਿਆਸਤ ਵਿਚ ਵੀ ਬਦਲਾਵ ਆਉਣੇ ਸ਼ੁਰੂ ਹੋ ਗਏ ਆ ਬਦਲਾਵ ਕਿਸ ਤਰ੍ਹਾਂ ਆ ਰਹੇ ਆ ਜਿਹੜੇ ਰਾਜਪਾਲ ਹੈ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਤਾ ਜਿਵੇਂ ਰਾਤ ਨੂੰ ਸੌਂਦਾ ਆ ਇਹ ਦੇਖਦਾ ਕਿ ਹਾਲਾਤ ਬਹੁਤ ਖਰਾਬ ਆ ਸਵੇਰੇ ਜਦੋਂ ਉੱਠਦਾ ਪਤਾ ਲੱਗਦਾ ਹਾਲਾਤ ਬਿਲਕੁਲ ਠੀਕ ਹੈ ਰਾਤ ਨੂੰ ਹਾਲਾਤ ਖਰਾਬ ਕਿੱਦਾਂ ਹੋ ਜਾਂਦੇ ਆ ਇੱਕ ਘੁਟਾਲਾ ਹੋਇਆ ਸੀ ਉੱਥੇ ਸਟਾਰ ਦਾ ਹੁਣ ਉਹਨੂੰ ਲੈ ਕੇ ਵੀ ਜਾਂਚ ਦੁਆਰਾ ਖੁੱਲਣ ਲੱਗੀ ਹੈ ਉਹ TMC ਦੇ ਬਹੁਤ ਸਾਰੇ ਬੰਦੇ ਸੀਗੇ ਪਿਛਲੇ ਆਗੂ ਉਹਨਾਂ ਦਾ ਨਾਮ ਵੱਜਦਾ ਸੀਗਾ ਹੁਣ ਚੋਣਾਂ ਤੋਂ ਬਾਅਦ ਜਦੋਂ ਨਤੀਜੇ ਆਏ ਆ ਜਦੋਂ ਸਹੁੰ ਚੁੱਕ ਲਈ ਹੈ ਉਸ ਤੋਂ ਬਾਅਦ ਹੀ ਕਿਉਂ ਜਾਂਚ ਖੁੱਲੀ ਹੈ ਸਾਨੂੰ ਪਤਾ ਹੀ ਹੋਣਾ ਜਦੋਂ 3 ਤਰੀਕ ਦਾ 4 ਤਰੀਕ ਵਾਲੇ ਪ੍ਰੋਗਰਾਮ ਚ ਆਪਾਂ ਜ਼ਿਕਰ ਕੀਤਾ ਸੀ ਕਿ ਹੋ ਸਕਦਾ ਕਿ CBI ਕਿਸ ਤਰ੍ਹਾਂ ਕੰਮ ਕਰਦੀ ਹੈ ਏਜੰਸੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਇਹ ਨਤੀਜਿਆਂ ਤੋਂ ਬਾਅਦ ਪਤਾ ਲੱਗ ਹੀ ਜਾਣਾ ਫਿਰ ਇਹ ਨਤੀਜੇ ਆ ਗਏ ਹੁਣ ਵੋਟਾਂ ਵੀ ਖਤਮ ਹੋ ਗਈਆਂ ਮੁੱਖ ਮੰਤਰੀ ਵੀ ਬਣ ਗਏ ਆ ਕਿ ਆਪਣੀ ਕੁਰਸੀਆਂ ਵੀ ਸੰਭਾਲ ਲਈਆਂ ਸਹੁੰ ਵੀ ਚੁੱਕ ਲਈ ਅੱਜ ਮੰਤਰੀਆਂ ਨੇ ਵੀ ਸਹੁੰ ਚੁੱਕ ਲਈ ਹੈ ਪਰ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਸ਼ੁਰੂ ਹੋ ਜਾਣੀ ਹੈ ਇੱਥੋਂ ਹੀ ਸਰਕਾਰਾਂ ਦਾ ਪੱਖ ਸਾਫ਼ ਹੋ ਗਿਆ ਪਰ ਹੁਣ ਆ ਜਿਹੜਾ RSS ਵਾਲਾ ਪੱਤਰ ਹੈ ਇਹਨੇ ਭਾਜਪਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸੰਘ ਵੀ ਸਾਡੇ ਖਿਲਾਫ ਹੁੰਦਾ ਜਾ ਰਿਹਾ ਸੰਘ ਦੇ ਕਈ ਵੱਡੇ ਨੇਤਾ ਮਹਾਮੰਤਰੀ ਸੰਤੋਸ਼ ਕਿਹਾ ਜਾਂਦਾ ਇਹਨਾਂ ਨੂੰ ਜਿਨ੍ਹਾਂ ਨੇ ਪੱਤਰ ਲਿਖਿਆ ਹੁਣ ਜੇਕਰ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਇਹ ਬਾਜੀ ਤੁਰਾਈਆਂ ਸੁਨੈਬ ਜੀ ਇੱਕ ਹਿਸਾਬ ਦੀਆਂ ਇਹ ਸੰਕੇਤ ਚੰਗੇ ਨਹੀਂ ਪਤਾ ਤਾਂ ਇਹ ਵੀ ਲੱਗਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਉਹਨਾਂ ਨੇ ਅੱਗੇ ਅੱਗੇ ਰੱਖਿਆ ਪਰ ਹੁਣ ਖੁੱਲ ਕੇ ਵੀ ਸੰਘ ਵਾਲੇ ਅੱਗੇ ਆਉਣ ਲੱਗ ਪਏ ਆ ਲਾਪਰਵਾਹੀ ਭਾਜਪਾ ਦੀ ਦੱਸ ਰਹੇ ਆ ਦੇਖਦੇ ਆ ਅੱਗੇ ਅੱਗੇ ਕੀ ਹੁੰਦਾ ਮਿਥਨ ਚੱਕਰਵਰਤੀ ਨਾਲ ਨੀ ਤਾਂ ਉਹਨਾਂ ਦੀਆਂ ਪਹਿਲਾਂ ਹੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਦੇਖਦੇ ਆ ਗੱਲ ਕਿੱਧਰ ਜਾਂਦੀ ਆ ਤੇ ਬਿਹਾਰ ਦੇ ਵਿੱਚ ਪੱਪੂ ਯਾਦਵ ਤੇ FIR ਕਾਹਤੋਂ ਹੋ ਗਿਆ ਜੀ ਉਹਨੇ ਤਾਂ ਮਾਮਲੇ ਚੱਕੇ ਸੀ ਚਲੋ ਪੱਪੂ ਯਾਦਵ ਵੀ ਵੈਸੇ ਬਹੁਤਾ ਦੁੱਧ ਧੋਤਾ ਨੀਗਾ ਉਹਦੇ ਵੀ ਪਿਛਲੇ ਰਿਕਾਰਡ ਇਸੇ ਤਰ੍ਹਾਂ ਦੇ ਆ ਪਰ ਪੱਪੂ ਯਾਦਵ ਨੇ ਇਸ ਵਾਰ ਐਂਬੂਲੈਂਸ ਵਾਲੇ ਮੁੱਦਾ ਜਿਹੜਾ ਚੱਕਿਆ ਸੀ ਜੈਪਾ ਰੋਡੀ ਵਾਲਾ ਹੁਣ ਰੋਡੀ ਨੇ ਜਿਸ ਤਰ੍ਹਾਂ ਆਪਣੇ ਉੱਥੇ ਦਫ਼ਤਰ ਦੇ ਬਾਹਰ ਐਂਬੂਲੈਂਸ ਖੜੀਆਂ ਕਰਕੇ ਰੱਖੀਆਂ ਉਹ ਕਰਨ ਦੀ ਕੀ ਲੋੜ ਸੀਗੀ ਦੇਖੋ ਦਾਅਵਾ ਤਾਂ ਇਹ ਕੀਤਾ ਗਿਆ ਪਹਿਲਾਂ ਕਿ 70 ਤੋਂ ਵੱਧ ਐਂਬੂਲੈਂਸਾਂ ਖੜੀਆਂ ਸੀ ਪਰ ਜਦੋਂ ਪਤਾ ਲੱਗਿਆ ਰਾਤੋ ਰਾਤ ਵਿੱਚੋਂ 40 ਰਹਿ ਗਈਆਂ ਤੇ ਬਾਕੀ ਇੱਧਰ ਉੱਧਰ ਹੋ ਗਈਆਂ 40 ਵੀ ਸਨੈਪ ਜੀ ਬਹੁਤ ਹੁੰਦੀਆਂ ਜੇਕਰ ਆਪਾਂ ਗਿਣਤੀ ਕਰਕੇ ਦੇਖੀਏ 40 ਵਿੱਚ ਵੀ ਜੇਕਰ ਇੱਕ ਬੰਦਾ ਹੀ ਲੈ ਕੇ ਜਾਣਾ ਹੋਵੇ ਹਸਪਤਾਲ ਤੇ 40 ਬੰਦੇ ਬਣ ਜਾਂਦੇ ਇੱਕ ਟਾਈਮ ਦੇ ਜੀ ਕੱਠੀਆਂ ਜਾਣੀਆਂ ਤਾਂ ਪਰ ਉਹ ਘਰ ਕੀ ਕਰਦੀਆਂ ਸੀਗੀਆਂ ਇਹ ਨੀ ਪਤਾ ਰਾਜੀਵ ਪ੍ਰਤਾਪ ਰੂਡੀ ਨੂੰ ਸ਼ਾਇਦ ਇਹ ਲੱਗਾ ਹੋਊਗਾ ਰਾਤੋ ਰਾਤ ਡਬਲ ਹੋ ਜਾਣੀਆਂ ਕਿਉਂਕਿ ਇੱਥੇ ਤਾਂ ਕਈ 15-15 ਲੱਖ ਵੀ ਉਡੀਕੀ ਜਾਂਦੇ ਆ ਉਹ ਵੀ ਸ਼ਾਇਦ ਡਬਲ ਹੋ ਕੇ ਆ ਜਾਣ ਖਾਤਿਆਂ ਚ 2-2 ਹਜ਼ਾਰ ਤੇ ਕਹਿੰਦੇ ਪਾਉਣੇ ਉਹ ਵੀ ਨੀ ਕਈਆਂ ਦੇ ਆਏ ਪਰ ਰਾਜੀਵ ਪ੍ਰਤਾਪ ਰੂਡੀ MP ਲੈਂਡ ਵਿਚੋਂ ਜੇਕਰ ਉਹ ਐਂਬੂਲੈਂਸ ਖਰੀਦਦੇ ਆ ਤਾਂ ਫਿਰ ਵਰਤੀਆਂ ਕਿਉਂ ਨੀ ਗਈਆਂ
ਅੱਜ ਜ਼ਰੂਰਤ ਹਰ ਸੂਬੇ ਵਿਚ ਆ, ਹਰ ਥਾਂ ਤੇ ਆ। ਜੇ ਤੁਹਾਡੇ ਕੋਲ ਖੜੀਆਂ ਐਕਸਟਰਾ, ਤੁਹਾਨੂੰ ਨਹੀਂ ਜ਼ਰੂਰਤ ਬਿਹਾਰ ਵਿਚ, ਤੁਸੀਂ ਨਾਲ ਯੂਪੀ ਭੇਜ ਦੋ, ਗੁਆਂਢ ਚ ਪੈਂਦਾ। ਜੇ ਨਹੀਂ ਤਾਂ ਤੁਸੀਂ ਹਿਮਾਚਲ ਚ ਭੇਜ ਦੋ, ਉੱਥੇ ਵੀ ਜ਼ਰੂਰਤ ਹੈ। ਪੰਜਾਬ ਚ ਭੇਜ ਦੋ, ਦਿੱਲੀ ਭੇਜ ਦੋ, ਇੱਥੇ ਸਭ ਤੋਂ ਵੱਧ ਜ਼ਰੂਰਤ ਹੈ। ਸਾਰਾ ਕੁਝ ਛੱਡੋ, ਤੁਸੀਂ ਮਹਾਰਾਸ਼ਟਰ ਹੀ ਭੇਜ ਦੋ। ਖੜੀਆਂ ਕੀ ਕਰਨੀਆਂ? ਉਹ ਨੀ ਕਿਹਾ ਕਿ ਇੱਥੇ ਜੀ ਡਰਾਈਵਰ ਹੈ ਨੀ ਗੇ, ਇਸ ਕਰਕੇ ਖੜੀਆਂ। ਜੇ ਡਰਾਈਵਰ ਹੈ ਨੀ ਗੇ ਤਾਂ ਫਿਰ ਢਾਕੇ ਕਾਹਤੋਂ ਰੱਖੀਆਂ ਸੀ ਇਸ ਤਰ੍ਹਾਂ ਸੰਭਾਲ ਕੇ ਕਿ ਉਹਨਾਂ ਨੂੰ ਠੰਡ ਲੱਗ ਜਾਣੀ ਸੀਗੀ? ਪੱਪੂ ਯਾਦਵ ਨੇ ਐਂਬੂਲੈਂਸ ਵਾਲਾ ਮਾਮਲਾ ਚੁੱਕਿਆ, ਬੰਦਾ ਜਿੱਦਾਂ ਦਾ ਮਰਜ਼ੀ ਹੈ ਉਹਨੇ ਚੁੱਕਿਆ, ਸਹੀ ਚੁੱਕਿਆ। ਹੁਣ ਉਹਦੇ ਉੱਪਰ ਐਫ ਆਈ ਆਰ ਦਰਜ ਕੀਤੀ ਹੈ। ਉਹ ਕਹਿੰਦੇ ਆ ਕਿ ਇੱਕ ਤਾਂ ਕੋਰੋਨਾ ਨਿਯਮਾਂ ਦੀਆਂ ਇੰਨੇ ਬੰਦੇ ਨੇ ਧੱਜੀਆਂ ਉਡਾਈਆਂ, ਤੇ ਕਿਉਂਕਿ ਉੱਥੇ ਇਕੱਠ ਬਹੁਤਾ ਹੋਣ ਨੀ ਦੇਣਾ ਸੀਗਾ, ਤੇ ਇਹ ਬੰਦਾ ਉੱਥੇ ਜ਼ਿਆਦਾ ਬੰਦੇ ਲੈ ਕੇ ਪਹੁੰਚਿਆ। ਜਦਕਿ ਹੁਣ ਪਤਾ ਇਹ ਵੀ ਲੱਗਿਆ ਕਿ ਵਿੱਚ ਜਿਹੜੇ ਬੰਦੇ ਸੀਗੇ ਉਹ ਡਰਾਈਵਰ ਸੀਗੇ, ਕਿਉਂਕਿ ਰੂਡੀ ਹੁਣੀ ਤਾਂ ਕਹਿੰਦੇ ਸਾਡੇ ਕੋਲ ਡਰਾਈਵਰ ਹੈ ਨੀ, ਇਸ ਕਰਕੇ ਖੜੀਆਂ। ਉਹ ਕਹਿੰਦੇ ਲਓ ਜੀ ਡਰਾਈਵਰ ਮੈਂ ਲਿਆਉਣਾ, ਕਰੋ ਫਿਰ ਤੁਸੀਂ ਅੱਗੇ ਵੱਲ ਕੰਮ ਜੇ ਕਰਨਾ ਤਾਂ। ਇਸ ਸਨੈਪ ਜੀ ਸਿਆਸਤ ਹੈ, ਹੁਣ ਇੱਕ ਬੰਦਾ ਸਹੀ ਕੰਮ ਕਰਦਾ ਤੇ ਉਹਦੇ ਉੱਪਰ ਵੀ ਪਰਚਾ ਹੋ ਗਿਆ। ਦੇਖ ਲਓ ਹਾਲਾਤ ਕਿਸ ਤਰ੍ਹਾਂ ਦੇ ਬਣਾ ਦਿੱਤੇ ਗਏ ਆ। ਮੈਨੂੰ ਲੱਗਦਾ ਕਿ ਜੇਕਰ ਚੰਗਾ ਬੰਦਾ ਚੰਗਾ ਕੰਮ ਕਰਨਾ ਚਾਹੁੰਦਾ, ਚਾਹੇ ਮਾੜਾ ਬੰਦਾ ਚੰਗਾ ਕੰਮ ਕਰਨਾ ਚਾਹੁੰਦਾ, ਤੇ ਅੱਜ ਕੱਲ੍ਹ ਕੰਮ ਕਰਨ ਦਿੱਤਾ ਨਹੀਂ ਜਾ ਰਿਹਾ, ਉਲਟ ਉਹਨੂੰ ਹੀ ਘੇਰ ਲਿਆ ਜਾਂਦਾ। ਪੱਪੂ ਯਾਦਵ ਦੀ ਇੱਕ ਉਦਾਹਰਣ ਹੈ। ਤੇ ਇਹਦੇ ਚ ਤਾਂ ਫਿਰ ਪੱਪੂ ਯਾਦਵ ਨੇ ਤਾਂ ਵਾਹਵਾ ਕੁਝ ਕੱਢ ਕੇ ਸਾਹਮਣੇ ਲਿਆਤਾ ਸੀਗਾ ਕਿ ਇੱਕ ਐਂਬੂਲੈਂਸ ਆ ਜਿਹੜੀ ਉਹਦੇ ਨਾਲ ਰੇਤਾ ਹੀ ਭਰੀ ਜਾਂਦੇ ਸੀ, ਮਾਂ ਦੇ ਪੁੱਤ ਬੁਲਟ ਮੋਟਰਸਾਈਕਲ ਪਿੱਛੇ ਖੜਾ ਸੀ, ਤੇ ਹੁਣ ਜਾਂਦੀਆਂ ਗੱਲਾਂ ਕਿੱਧਰ ਨੂੰ ਹੈ ਇਹ ਤਾਂ ਸਵਾਲ ਹੈ, ਪਰ ਇਹਦੀ ਪੜਤਾਲ ਨਹੀਂ ਹੋ ਰਹੀ ਜਿੱਥੇ ਹੋਣੀ ਚਾਹੀਦੀ ਹੈ ਜਿਹੜੀ ਗੱਲ ਦੀ। ਮੈਂ ਸਨੈਪ ਜੀ ਇੱਕ ਗੱਲ ਇੱਥੇ ਹੋਰ ਕਰ ਲੈਣਾ, ਬਿਹਾਰ ਦੀ ਗੱਲ ਹੈ। ਜੇਕਰ ਐਂਬੂਲੈਂਸ ਅੱਜ ਖੜੀਆਂ, ਬਿਹਾਰ ਦੇ ਵਿੱਚ ਗੰਗਾ ਕੰਢੇ ਦੇ 40 ਤੋਂ ਵੱਧ ਲਾਸ਼ਾਂ ਮਿਲੀਆਂ, ਲੈ ਕੇ ਜਾਣ ਨੂੰ ਕੋਈ ਵੀ ਨਹੀਂਗਾ। ਅੱਜ ਉਹਨਾਂ ਐਂਬੂਲੈਂਸ ਦੀ ਜ਼ਰੂਰਤ ਉੱਥੇ ਵੀ ਹੋ ਸਕਦੀ ਹੈ, ਉੱਥੇ ਵੀ ਰਾਜਨੀਤੀ, ਲਾਸ਼ਾਂ ਤੇ ਵੀ ਰਾਜਨੀਤੀ ਕਰੀ ਜਾ ਰਹੇ ਆ। ਕਹਿੰਦੇ ਯੂਪੀ ਤੋਂ ਆਈਆਂ, ਜੇ ਯੂਪੀ ਚ ਵੀ ਆਈਆਂ ਹੈਗੀਆਂ ਤੇ ਕਿਸੇ ਦੀਆਂ ਲਾਸ਼ਾਂ ਇਨਸਾਨ ਹੀ ਆ, ਇਨਸਾਨੀਅਤ ਪੱਖੋਂ ਵੀ ਉਹਨਾਂ ਨੂੰ ਕੱਢ ਕੇ ਰੱਖ ਲੈਣੇ। ਚਲੋ ਜਿਸ ਤਰ੍ਹਾਂ ਦੇ ਵੀ ਹਾਲਾਤ ਹੈ ਬਕਸਰ ਜ਼ਿਲ੍ਹੇ ਦੀ ਇਹ ਘਟਨਾ, ਪਰ ਜੋ ਕੁਛ ਵੀ ਹੋ ਰਿਹਾ ਇਸ ਟਾਈਮ ਬਹੁਤ ਗਲਤ ਹੋ ਰਿਹਾ ਜੀ। ਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇਣਾ ਜੀ? ਹੁਣ ਨੇਪਾਲ ਵਿਚ ਸਰਕਾਰ ਹੁਣ ਪਲਟਣ ਹੀ ਵਾਲੀ ਆ, ਅਸਤੀਫਾ ਇਨ੍ਹਾਂ ਨੂੰ ਦੇਣਾ ਪੈਣਾ। ਕਾਰਨ ਇਹ ਹੈ ਕਿ ਵਿਰੋਧੀ ਧਿਰਾਂ ਦੇ ਹੁਣ ਨਿਸ਼ਾਨੇ ਤੇ ਆ ਗਏ ਆ। ਪ੍ਰਚੰਡ ਧੜਾ ਸੀ ਉੱਥੇ, ਪ੍ਰਚੰਡ ਝੜੇ ਨੇ 124 ਵੋਟਾਂ ਇਨ੍ਹਾਂ ਦੇ ਵਿਪੱਖ ਚ ਮਤਲਬ ਉਲਟੀ ਗਈਆਂ ਇਨ੍ਹਾਂ ਦੇ। ਪ੍ਰਚੰਡ ਝੜੇ ਨੇ ਸ਼ੁਰੂ ਤੋਂ ਹੀ ਪਹਿਲਾਂ ਇਕੱਠੇ ਕੰਮ ਕਰਦੇ ਆਏ ਆ, ਪਰ ਬਾਅਦ ਵਿਚ ਜਦੋਂ ਵੇਖਿਆ ਕੰਮ ਪ੍ਰਧਾਨ ਮੰਤਰੀ ਓਲੀ ਸਹੀ ਤਰੀਕੇ ਨਾਲ ਨਹੀਂ ਕਰਦੇ ਪਏ, ਉਨ੍ਹਾਂ ਨੇ ਪਿੱਛੇ ਵੱਲ ਪੈਰ ਖਿੱਚ ਲਿਆ ਜਿਹੜਾ ਬਹੁਮਤ ਦਿੱਤਾ ਸੀਗਾ। ਬਹੁਮਤ ਤੋਂ ਬਾਅਦ ਦੁਬਾਰਾ ਵੋਟਿੰਗ ਹੋਈ ਹੈ, 232 ਸੰਸਦ ਮੈਂਬਰਾਂ ਨੇ ਹਿੱਸਾ ਲਿਆ, 124 ਓਲੀ ਦੇ ਹੱਕ ਵਿਚ ਵਿਰੋਧ ਵਿਚ ਗਈਆਂ, ਜਦਕਿ 93 ਉਹਦੇ ਪੱਖ ਚ ਗਈਆਂ, 93 ਘੱਟ ਆ, ਅੰਕੜਾ ਪੂਰਾ ਨਹੀਂ ਹੁੰਦਾ। ਲੱਗਦਾ ਇਹੀ ਹੈ ਕਿ ਇਨ੍ਹਾਂ ਨੂੰ ਅਸਤੀਫਾ ਦੇਣਾ ਪੈਣਾ। ਹੁਣ ਪਿਛਲੇ ਲਗਭਗ 4 ਤੋਂ 5 ਮਹੀਨੇ ਹੋ ਗਏ ਆ ਨੇਪਾਲ ਵਿਚ ਇਸੇ ਤਰ੍ਹਾਂ ਦੇ ਹਾਲਾਤ ਬਣੇ ਆ। ਅੱਖ ਭਾਰਤ ਵੱਲ ਹੈ ਕਿ ਕੁਛ ਨਾ ਕੁਛ ਮਦਦ ਕੀਤੀ ਜਾਊਗੀ, ਪਰ ਹੋਣਾ ਕੁਛ ਨੀ ਗਾ। ਨੇਪਾਲ ਦੇ ਲੋਕ ਹੁਣ ਲੱਗਦਾ ਹੈ ਕਿ ਸਮਝਦਾਰ ਹੋ ਗਏ। ਵੈਸੇ ਓਲੀ ਨੇ ਪਿਛਲੀ ਵਾਰੀ ਪਾਰਲੀਮੈਂਟ ਆਪੀ ਭੰਗ ਕਰਤੀ ਸੀਗੀ, ਉਹ ਰਾਤੋਂ ਰਾਤ ਜਾ ਕੇ, ਜਿੱਦਾਂ ਸਾਡੇ ਵੀ ਇੱਥੇ ਕਈ ਮੰਤਰੀ ਜਾਂਦੇ ਆ ਰਾਤ ਨੂੰ 12 ਵਜੇ ਮੀਟਿੰਗ ਕਰਦੇ ਆ, ਸਵੇਰ ਨੂੰ ਸੰਸਦ ਭੰਗ ਕਰਤੀ, ਉਹਦਾ ਵੀ ਵਿਰੋਧ ਹੋਇਆ। ਉਸੇ ਵਿਰੋਧ ਕਰਕੇ ਲੋਕਾਂ ਸਾਹਮਣੇ ਖੜੇ ਨੀ ਹੋਏ, ਪ੍ਰਚੰਡ ਧੜੇ ਮੋਹਰੇ ਖੜੇ ਨੀ ਹੋਏ। ਹੁਣ ਇਨ੍ਹਾਂ ਨੂੰ ਲੱਗਦਾ ਕਿ ਅਸਤੀਫਾ 1-2 ਦਿਨ ਵਿਚ ਦੇਣਾ ਹੀ ਪੈਣਾ। ਤੇ ਪਾਕਿਸਤਾਨ ਦੇ ਵਿਚ ਈਵੀਐਮ ਦੇ ਨਾਲ ਵੋਟਿੰਗ ਹੋਣੀ ਹੈ ਜੀ? ਹੁਣ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਮਨਜੂਰੀ ਦੇ ਦਿੱਤੀ ਆ ਤੇ ਈਵੀਐਮ ਦੇ ਨਾਲ ਹੁਣ ਵੋਟਾਂ ਹੋਣੀਆਂ ਕਰਨੀਆਂ। ਇੱਕ ਮਤਾ ਸੀਗਾ ਉਹਨਾਂ ਨੇ, ਮਤਾ ਜਿਹੜਾ ਆਰਡੀਨੈਂਸ ਸੀ ਉਹਨੂੰ ਮਨਜੂਰੀ ਦੇ ਦਿੱਤੀ ਆ ਆਰਿਫ ਅਲਵੀ, ਉੱਥੇ ਦੇ ਰਾਸ਼ਟਰਪਤੀ ਜਿਹੜੇ। ਚਲੋ ਦੇਖਦੇ ਆ ਕਿ ਵੋਟਾਂ ਈਵੀਐਮ ਨਾਲ ਹੁੰਦੀਆਂ ਜਾਂ ਨਹੀਂ ਹੁੰਦੀਆਂ। ਵਿਰੋਧੀ ਧਿਰਾਂ ਨੇ ਉਸ ਤੋਂ ਪਹਿਲਾਂ ਸਵਾਲ ਚੁੱਕਣੇ ਸ਼ੁਰੂ ਕਰਤੇ ਆ। ਉਹ ਕਹਿੰਦੇ ਭਾਈ ਇਮਰਾਨ ਖਾਨ ਦੀ ਸਰਕਾਰ ਨੇ ਹੈਗਾ ਹਾਰਨਾ, ਹਾਰਨ ਦਾ ਡਰ ਆ, ਇਸ ਕਰਕੇ ਬੈਲਟ ਪੇਪਰ ਨੇ ਕਹਿੰਦੇ ਵੋਟਾਂ ਨੀ ਪੈਣੀਆਂ ਤੇ ਵੋਟਾਂ ਪਾਉਣੀਆਂ ਈਵੀਐਮ ਦੇ ਨਾਲ। ਇਹਦਾ ਮਤਲਬ ਉੱਥੇ ਦੇ ਲੋਕਾਂ ਨੂੰ ਵੀ ਪਹਿਲਾਂ ਹੀ ਸ਼ੱਕ ਆ ਕਿ ਈਵੀਐਮ ਨਾਲ ਕਿਤੇ ਗੜਬੜੀ ਤਾਂ ਨਹੀਂ ਹੁੰਦੀ। ਹਾਲਾਂਕਿ ਇਹ ਦੋਸ਼ ਕਈ ਵਾਰ ਕਈ ਦੇਸ਼ਾਂ ਵਿਚ ਲੱਗਦੇ ਆਏ ਨੇ, ਕਈ ਦੇਸ਼ਾਂ ਨੇ ਈਵੀਐਮ ਨੂੰ ਬੈਨ ਵੀ ਕੀਤਾ, ਪਰ ਪਾਕਿਸਤਾਨ ਵਿਚ ਈਵੀਐਮ ਨੂੰ ਹੁਣ ਅੱਜ ਮਨਜੂਰੀ ਦੇ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਚ ਵੋਟਾਂ ਈਵੀਐਮ ਦੇ ਨਾਲ ਹੀ ਹੋਣਗੀਆਂ। ਬੈਲਟ ਪੇਪਰ ਵਾਲਾ ਕੰਮ ਉਹ ਵੀ ਖਤਮ ਕਰਨ ਲੱਗੇ, ਭਾਵੇਂ ਉਪ ਚੋਣਾਂ ਹੋਣ ਤੇ ਭਾਵੇਂ ਦੇਸ਼ ਦੀਆਂ ਸਰਵ ਚੋਣਾਂ। ਇੱਕ ਮੰਦਭਾਗੀ ਖਬਰ ਹੈ ਜੀ ਅਫਗਾਨਿਸਤਾਨ ਤੋਂ, ਉੱਥੇ ਇੱਕ ਹਮਲਾ ਹੁੰਦਾ ਤੇ ਹੁਣ ਤੱਕ 68 ਮੌਤਾਂ ਉੱਥੇ ਹੋ ਚੁੱਕੀਆਂ। ਮੈਂ ਜੀ ਅਫਗਾਨ ਦੀ ਰਾਜਧਾਨੀ ਕਾਬੁਲ ਹੈ, ਉੱਥੇ ਇੱਕ ਸਕੂਲ ਵਿਚ ਇਹ ਹਮਲਾ ਹੋਇਆ। ਜ਼ਿਆਦਾਤਰ ਬੱਚਿਆਂ ਦੀ ਉਮਰ ਹੈ 13 ਤੋਂ ਲੈ ਕੇ 17 ਸਾਲ ਤੱਕ ਜਿਨ੍ਹਾਂ ਦੀ ਮੌਤ ਹੋਈ ਹੈ, ਉਹਦੇ ਵਿਚ ਸਕੂਲੀ ਵਿਦਿਆਰਥਣਾਂ।
ਹੁਣ ਸਕੂਲ ਲੱਗਾ ਬਾਹਰ ਕੋਈ ਬੰਬ ਰੱਖ ਦਿੰਦਾ ਬਲਾਸਟ ਹੁੰਦਾ ਹਾਲੇ ਤੱਕ ਇਹਦੀ ਕਿਸੇ ਨੇ ਵੀ ਜਿੰਮੇਵਾਰੀ ਨਹੀਂ ਲਈ ਪਰ ਇੰਨਾ ਜ਼ਰੂਰ ਹੈ ਕਿ ਸ਼ੀਆ ਭਾਈਚਾਰੇ ਨਾਲ ਸਬੰਧਿਤ ਬਹੁਤ ਸਾਰੇ ਮੁਸਲਿਮ ਲੋਕ ਉਸ ਇਲਾਕੇ ਵਿਚ ਰਹਿੰਦੇ ਆ ਤੇ ਉਨ੍ਹਾਂ ਦੇ ਨਾਲ ਪਹਿਲਾਂ ਹੀ ISIS ਦਾ ਸਹੀ ਤਰੀਕੇ ਨਾਲ ਨਹੀਂ ਚੱਲਦਾ ਉਨ੍ਹਾਂ ਨੇ ਪਹਿਲਾਂ ਵੀ ਕਈ ਏਦਾਂ ਦੇ ਹਮਲੇ ਕੀਤੇ ਆ ਤੇ ਸ਼ੱਕ ਉਧਰ ਨੂੰ ਹੀ ਜਾਂਦਾ ਹਾਲੇ ਤੱਕ ਕਿਸੇ ਵੀ ਇਸ ਤਰ੍ਹਾਂ ਦੀ ਸੰਸਥਾ ਨੇ ਜਿਹੜੀ ਸੰਗਠਨ ਹੈ ਉਨ੍ਹਾਂ ਨੇ ਜਿੰਮੇਵਾਰੀ ਨਹੀਂ ਲਈ ਪਰ 68 ਲੋਕ ਉਨ੍ਹਾਂ ਵਿਚ ਬਹੁਤ ਸਾਰੇ ਵਿਦਿਆਰਥੀ ਕਾਬੁਲ ਵਿਚ ਮਾਰੇ ਜਾ ਚੁੱਕੇ ਨੇ ਪਰ ਜੋ ਵੀ ਹੈ ਜੀ ਬਹੁਤ ਮਾੜਾ ਤੇ ਮੰਦਭਾਗਾ ਵਰਤਾਰਾ ਬੱਚਿਆਂ ਨੇ ਕਿਸੇ ਦਾ ਕੀ ਵਿਗਾੜਿਆ ਹੁੰਦਾ ਸਾਹਿਬ ਜੀ ਗੱਲ ਤਾਂ ਬਿਲਕੁਲ ਸਹੀ ਹੈ ਬੱਚਿਆਂ ਨੇ ਕਿਸੇ ਦਾ ਵਿਗਾੜਿਆ ਤਾਂ ਨਹੀਂ ਹੁੰਦਾ ਪਾਕਿਸਤਾਨ ਦੀ ਵੀ ਮੈਨੂੰ ਉਹ ਘਟਨਾ ਯਾਦ ਆਉਂਦੀ ਹੈ ਜਿੱਥੇ 100 ਤੋਂ ਵੱਧ ਬੱਚਿਆਂ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਸੀ ਕਲਾਸ ਲੱਗੀ ਸੀ ਉਸ ਤੋਂ ਬਾਅਦ ਨਾਈਜੀਰੀਆ ਵਿਚ ਵੀ ਪਿਛਲੇ ਹਫ਼ਤੇ ਉਹ ਜਿਹੜੇ ਉੱਥੇ ਦੀ ਯੂਨਿਟ ਹੈ ਇੱਕ ਉਨ੍ਹਾਂ ਨੇ ਸਕੂਲ ਵਿਚ ਪੜ ਰਹੇ ਬੱਚਿਆਂ ਨੇ ਇਹ ਤਾਂ ਫਿਰ ਵੀ ਚਲੋ 13 ਤੋਂ 17 ਸਾਲ ਤੱਕ ਹੈ ਮੌਤ ਬੱਚਿਆਂ ਦੀ ਹੈ ਬਹੁਤ ਦੁਖਦਾਈ ਹੁੰਦੀ ਹੈ ਉਨ੍ਹਾਂ ਬੱਚਿਆਂ ਦੀ ਉਮਰ 4 ਤੋਂ ਲੈ ਕੇ 7 ਸਾਲ ਤੱਕ ਸੀ ਉਨ੍ਹਾਂ ਨੇ ਗੋਲੀਆਂ ਨਾਲ ਚਾਕੂਆਂ ਨਾਲ ਉੱਥੇ ਵੀ ਉਨ੍ਹਾਂ ਬੱਚਿਆਂ ਨੂੰ ਮਾਰ ਦਿੱਤਾ ਸੀ ਬੜੀ ਮੰਦਭਾਗੀ ਘਟਨਾਵਾਂ ਨੇ ਵੱਖ ਵੱਖ ਦੇਸ਼ਾਂ ਦੀਆਂ ਜੀ ਬਿਲਕੁਲ ਤੇ ਆਪਾਂ ਹੁਣ ਜੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਸਰੋਤਿਆਂ ਦੇ ਨਾਲ ਫਿਰ ਸਾਂਝ ਪਾਉਣੇ ਆ ਕੋਈ ਵਿਚਾਰ ਕਿਸੇ ਵੀ ਸਰੋਤੇ ਦਾ ਹੋਇਆ ਤੇ ਉਹ ਆਪਾਂ ਸਾਂਝਾ ਕਰਾਂਗੇ ਉਸ ਤੋਂ ਬਾਅਦ ਸਿੱਧਾ ਜਾਵਾਂਗੇ ਕੈਨੇਡਾ ਦੇ ਨਾਲ ਜੁੜਾਂਗੇ ਤੇ ਉਧਰੋਂ ਦਿੱਲੀ ਤੋਂ ਇੱਕ ਅਧਿਆਪਕ ਆਪਣੇ ਨਾਲ ਜੁੜਨਗੇ